ਬਾਈ ਦੀ ਸਟੋਰੀ ਦਾ ਸਾਰ ਪਤਾ ਕੀ ਹੈ ਬਾਈ ਦੀ ਸਟੋਰੀ ਦਾ ਸਾਰ ਹਵਾ ਬੰਦੇ 'ਚ ਜਮਾ ਨਹੀਂ ਕੰਮ ਖਰਚ ਪੂਰੀ ਅਮਰੀਕਾ ਨਾਲ ਮੈਂ ਹੁਣ ਕੁਝ ਚੰਦ ਸਿੱਖ ਪਰਿਵਾਰਾਂ 'ਚੋਂ ਆ ਪੂਰੇ ਦੁਨੀਆ ਦੇ ਵਿੱਚ ਜਿਨ੍ਹਾਂ ਦੇ ਆਪਣੇ ਹੈਲੀਕਾਪਟਰ ਵੀਰੇ ਜਿੰਨੀ ਤਾਕਤ ਤੁਹਾਡੇ ਪਰਿਵਾਰ ਕੋਲ ਆ ਸੈਂਟਰ ਦੇ ਵਿੱਚ ਜਿੰਨਾ ਉਹਨੂੰ ਮੈਂ ਦਖਲ ਜੇ ਚੰਗਾ ਸ਼ਬਦ ਹੈ ਹੋਵੇ ਤਾਂ ਬੀਰੇ ਤੂੰ ਜਹਾਜ਼ ਕਿਉਂ ਤੂੰ ਤਾਂ ਵੀਰੇ ਰੌਕਟ ਵੀ ਪਾ ਲੈਂਦਾ ਤੈਨੂੰ ਕੀ ਚਿੰਤਾ ਹੋਣੀ ਸੀ ਆਪਣੇ ਵਾਲੇ ਵਸੇ ਜਹਾਜ਼ 'ਚ ਬੈਠ ਕੇ ਜਿਆਦਾ ਤੰਗ ਕਰਦੇ ਕੇ ਬਾਹਰ ਲੈ ਫਸ ਗਏ ਆਪਣੇ ਆਪਣੇ ਵਾਲੇ ਜਹਾਜ਼ 'ਤੇ ਬਹਿ ਕੇ ਰਿਸ਼ਤੇਦਾਰੀ ਲੱਭਣ ਲੱਪੈਂਦੇ ਆ ਅੱਜ ਤੱਕ ਮੇਰੇ ਦਫ਼ਤਰ 'ਚ ਜਿੰਨੇ ਵੀ ਮੁੰਡੇ ਕੰਮ ਕੀਤੇ ਆ ਚਾਹੇ ਉਹ ਬਿਹਾਰ ਤੋਂ ਕੀਤੇ ਚਾਹੇ ਉੱਤਰਾਖੰਡ ਤੋਂ ਕੀਤੇ ਸਾਰੇ ਪੰਜਾਬੀ ਬੋਲਣ ਲੱਗ ਪੈਂਦੇ ਆ ਉਹ ਮੇਰੇ ਦਫਤਰ ਮਸ਼ਹੂਰ ਹੈ ਵੀ ਬਿਨ ਪੰਜਾਬੀ ਦੇ ਉੱਥੇ ਕੋਈ ਗੱਲ ਹੀ ਨਹੀਂ ਸੁਣਦਾ ਇਹ ਕਿਨੇ ਨਹੀਂ ਪੀਤੀ ਇਹ ਹੁਣ ਤੁਹਾਨੂੰ ਪਸੰਦ ਆ ਗਿਆ ਤੁਹਾਡੀ ਇਹ ਕਰਮਾਂ ਦੀ ਇਹ ਮੇਰੇ ਕਰਮਾਂ ਦੀ ਚਾਰੇ ਜਿਹੜੇ ਲੋਕ ਲੀਡਰ ਨੂੰ ਸੁਣਿਆ ਆ ਕੇ ਸਾਨੂੰ ਪਰਚੀ ਕਹਿਣਾ ਸਰ ਜਹਾਜ਼ ਵਿੱਚ ਸੀਐਮ ਸਾਹਿਬ ਕੋ ਮੇਰੀ ਟਿਕਟ ਕੇ ਬਾਰੇ ਵਿੱਚ ਬੋਲ ਦੇਣਾ ਇਹਨੇ ਭਰਾਵਾ ਹੀ ਟੈਕਸੀ ਚਲਾਉਣ ਵਾਲੇ ਆ ਸੀਐਮ ਸਾਹਿਬ ਨੇ ਸਾਡੀ ਟਿਕਟ ਨੂੰ ਉਹ ਗੱਲ ਠੀਕ ਹੈ ਵੀ ਇਹ ਜਹਾਜ਼ 'ਚ ਬਹਿ ਕੇ ਨਾਲ ਆਏ ਆ ਹੁਣ ਤੁਸੀਂ ਕਿਹਾ ਵੀ ਅਸੀਂ ਕਣਕ ਘਰੇ ਕੱਢਦੇ ਹਾਂ ਉੱਥੇ ਜਦੋਂ ਕੋਈ ਵੀ ਤੁਹਾਨੂੰ ਕਹੇ ਵੀ ਆਹ ਮੈਂ ਘਰੇ ਗੱਡੀ ਆ ਜੀ ਉੱਥੇ ਘਰੇ ਕੱਢਣ ਦਾ ਮਤਲਬ ਹੀ ਸਿਰਫ ਇੱਕ ਚੀਜ਼ ਤੋਂ ਆ ਤੇ ਮੈਨੂੰ ਕਹਿੰਦਾ ਵੀ ਸਰਦਾਰ ਜੀ ਆਪ ਕਿਆ ਕੰਮ ਕਰਤੇ ਹਨ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਵੀ ਟੈਕਸੀ ਚਲਾਤਾ ਹਾਂ ਹੂੰ ਤੇ ਉਹ ਕਹਿੰਦਾ ਮਜ਼ਾਕ ਮਤ ਕੀਜੀਏ ਮੈਂ ਕਿਹਾ ਨਹੀਂ ਨਹੀਂ ਮਜ਼ਾਕ ਨਹੀਂ ਕਰ ਰਹਾ ਸੱਚ ਬਤਾ ਰਹਾ ਮੈਂ ਕਿਹਾ ਫਰਕ ਕਿਤਨਾ ਹੈ ਤੇਰੇ ਚਾਰ ਪਹੀਏ ਹਨ ਸਾਡੇ ਚਾਰ ਪੱਖੇ ਹਨ ਮੇਰੇ ਦਾਦੀ ਜੀ ਦਾ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਬਹੁਤ ਵਿਸ਼ਵਾਸ ਸੀ ਅੱਜ ਵੀ ਸਾਡੇ ਜਿੰਨੇ ਘਰ ਹੈ ਉਹਨਾਂ ਸਾਰਿਆਂ ਵਿੱਚ ਮਹਾਰਾਜ ਦੇ ਸਰੂਪ ਹੈ ਜੀ ਮੇਰੇ ਪੰਜ ਪੁੱਤ ਤੇ ਪੰਜੋ ਹੀ ਅਫਸਰ ਤੇ ਉਹ ਉਹ ਹਮੇਸ਼ਾ ਕਹਿੰਦੇ ਹੁੰਦੀ ਸੀ ਕਹਿੰਦੀ ਵੀ ਇਹ ਸਿਰਫ ਗੁਰੂ ਦੀ ਕਿਰਪਾ ਹੈ ਤੇ ਤੁਸੀਂ ਗੁਰੂ ਦੇ ਲਾੜ ਲੱਗੋ ਹਲੀਮੀ ਰੱਖੋ ਪਿਆਰ ਪਾਓ ਲੋਕਾਂ ਦੇ ਵਿੱਚ ਤੇ ਫਿਰ ਦੁਨੀਆ ਤੁਹਾਡੇ ਪੈਰਾਂ 'ਚ ਹੋਊਗੀ ਮੇਰੀ ਪਹਿਲੀ ਨੌਕਰੀ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਮੇਰੇ ਫਾਦਰ ਐਸਪੀਸੀਆਈਡੀ ਜਲੰਧਰ ਸੀ ਤੇ ਮੈਂ ਪ੍ਰੈਸ਼ਰ ਕੁੱਕਰ ਪੇਜ ਸੀ ਮੈਨੂੰ ਯਾਦ ਆ ਮੈਨੂੰ ਤਨਖਾਹ ਲੱਗੀ ਪਹਿਲੀ 7800 ਰੁਪਿਆ ਅੱਛਾ ਤੇ ਮੈਂ ਤੇ ਵੀ 1778 7800 ਤੱਕ ਬਹੁਤ ਪ੍ਰਮੋਸ਼ਨ ਮੈਂ ਕਾ ਨਵਰੀਤੀ ਸੁੱਤਾ ਨਹੀਂ ਮੈਂ ਸਾਰੀ ਰਾਤ ਐਨੀ ਖੁਸ਼ੀ ਮੈਂ ਕਿਹਾ ਵੀ ਇੰਨਾ ਪੈਸਾ ਸਾਂਭੂਗਾ ਕਿਦਾਂ ਇਸ ਕੇ ਤੇਰੀ ਚਿੱਟੀ ਪਜਾਮੇ কুরਤੇ ਦੀ ਜਿਹੜਾ ਤੁਸੀਂ ਸ਼ੋਅ ਕਰਦੇ ਪਏ ਆ ਵੀ ਇੱਥੇ ਬੰਦੇ ਦੀ ਮਿਹਨਤ ਵੀ ਟੱਕੀ ਜਾਂਦੀ ਹੈ ਐਫਰਟਸ ਵੀ ਟੱਕੇ ਜਾਂਦੇ ਤੇ ਸੁਪਨੇ ਵੀ ਟੱਕੇ ਜਾਂਦੇ ਆ ਉਹ ਹਰ ਕੋਈ ਬੰਦਾ ਇਹੀ ਸੋਚਦਾ ਵੀ ਜਿਹੜਾ ਇਹਨਾਂ ਨੂੰ ਸੋਖਾ ਹੀ ਪ੍ਰਾਪਤ ਹੋਇਆ ਹੈ ਜਾਂ ਇਹ ਚਿੱਟੇ ਪਜਾਮੇ কুরਤੇ ਕਰਨੀ ਪ੍ਰਾਪਤ ਹੋਇਆ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਹਾਂ ਨਵਰੀ ਸਿਵੀਆ ਚਿੱਟਾ কুরਤਾ ਪਜਾਮਾ ਸਰੀਜ਼ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਤੇ ਪਰ ਸਾਡੇ ਪਹੁੰਚਣ ਤੋਂ ਪਹਿਲਾਂ ਕਾਫੀ ਪਹੁੰਚ ਗਈ ਆ ਤਾਂ ਇਹ ਵਿੱਚ ਹੁਣ ਚੱਲਦਾ ਚਲੋ ਅਸੀਂ ਅੱਜ ਪਹੁੰਚੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਕੋਲ ਇੱਕ ਪਿੰਡ ਦੇ ਵਿੱਚ ਮੇਰੇ ਨਾਲ ਬਾਈ ਅਜੇ ਵੀਰ ਸਿੰਘ ਲਾਲਪੁਰਾਣੀ ਚਿੱਟਾਗੁਰਤਾ ਭੇਮਾ ਸ੍ਰੀ ਦੇ ਵਿੱਚ ਜਿਹੜੀ ਹਰ ਵਾਰੀ ਗੱਲ ਬੋਲਦਾ ਐਤਕੀ ਵੀ ਉਹੀ ਬੋਲੂਗਾ ਵੀ ਵੀਰੇ ਆਪਾਂ ਇਲੈਕਸ਼ਨ ਵੇਲੇ ਸਾਰਿਆਂ ਨਾਲ ਸਿਆਸੀ ਗੱਲਾਂ ਕਰਾਂਗੇ ਪਰ ਇਹਦੇ ਵਿੱਚ ਸਿਆਸਤਦਾਨਾਂ ਦੇ ਨਾਲ ਹੀ ਗੱਲਾਂ ਆਪਾਂ ਹੋਰ ਕਰਾਂਗੇ ਖੇਤੀਬਾੜੀ ਦੀਆਂ ਉਹਨਾਂ ਦੇ ਕਿੱਤਿਆਂ ਨਾਲ ਸੰਬੰਧ ਤੇ ਹੋਰ ਪੰਜਾਬ ਬਾਰੇ ਬਹੁਤ ਸਾਰੀਆਂ ਗੱਲਾਂ ਕਰਾਂਗੇ ਬ੍ਰੇ ਸਸਤੀ ਕਾਲ ਥੈਂਕ ਯੂ ਨਵਰੀਤ ਪਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਸੁਖ ਅੰਮ੍ਰਿਤ ਫਾਰਮ ਦੇ ਉੱਤੇ ਤੁਹਾਡਾ ਤਏ ਦਿਨੋਂ ਤੁਹਾਡੀ ਟੀਮ ਦਾ ਬਹੁਤ ਬਹੁਤ ਵੈਲਕਮ ਹੈ ਆਮ ਵੈਰੀ ਗ੍ਰੇਟਫੁਲ ਟੂ ਯੂ ਥੈਂਕ ਯੂ ਬ੍ਰੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਕਾਫੀ ਪੀ ਲੈਨੇ ਆ ਪਹਿਲਾਂ ਮਾੜੀ ਮਾੜੀ ਹੌਲੀ ਹੌਲੀ ਕਾਫੀ ਚੱਲ ਲੈਂਦੇ ਨਾਲ ਨਾਲ ਇੱਕ ਘੁੱਟ ਪਰ ਕੇ ਨਾਲੇ ਤੀ ਤਾਂ ਉਹਦਾ ਵੀ ਟ੍ਰੈਫਿਕ ਥੱਕੇ ਆਏ ਆ ਹਾਂ ਇੱਥੇ ਟ੍ਰੈਫਿਕ ਬੜੀ ਸੀ 5 ਘੰਟੇ ਲੱਗ ਗਏ ਫਿਰ ਕੌਫੀ ਦਾ ਡੋਸ ਠੀਕ ਰਹਿੰਦਾ ਸੂਤ ਕੰਮ ਰਿੰਦਾ ਨਾ ਨਾ ਸੂਤ ਆ ਬਾਈ ਜਮੇ ਆ ਕਿੰਨਾ ਸੋਹਣਾ ਸ਼ਬਦ ਆ ਆਪਣੇ ਹਨਾ ਇੱਧਰ ਏਰੀਆ 'ਚ ਆਪਾਂ ਵਰਦਾ ਸੂਤ ਆ ਬਾਈ ਮੈਨੂੰ ਮਾਣ ਹੈ ਜੀ ਪੰਜਾਬੀ ਹੋਣ ਤੇ ਮੈਂ ਤਾਂ ਨਵਰੀਤਪੀਰ 2005 ਦਿੱਲੀ ਗਿਆ ਸੀ ਆਪਣੇ ਬਿਜ਼ਨਸ ਤੇ ਰਿਲੇਸ਼ਨਸ਼ਿਪ 'ਚ ਓਕੇ ਤੇ ਅੱਜ ਤੱਕ ਮੇਰੇ ਦਫ਼ਤਰ 'ਚ ਜਿੰਨੇ ਵੀ ਮੁੱਡੇ ਕੰਮ ਕੀਤੇ ਆ ਚਾਹੇ ਉਹ ਬਿਹਾਰ ਤੋਂ ਕੀਤੇ ਚਾਹੇ ਉੱਤਰਾਖੰਡ ਤੋਂ ਕੀਤੇ ਇਹ ਸਾਰੇ ਪੰਜਾਬੀ ਬੋਲਣ ਲਾਤੇ ਉਹ ਮੇਰੇ ਦਫ਼ਤਰ ਮਸ਼ਹੂਰ ਹੈ ਵੀ ਬਿਨ ਪੰਜਾਬੀ ਦੇ ਉੱਥੇ ਕੋਈ ਗੱਲ ਹੀ ਨਹੀਂ ਸੁਣਦਾ ਜਦੋਂ ਹਿੰਦੀ ਚ ਗੱਲ ਕਰਦੇ ਆ ਲੇਕਿ ਸਾਡੀ ਮਾਤਰ ਭਾਸ਼ਾ ਪਰ ਚਲੋ ਪੰਜਾਬੀਆਂ ਨੂੰ ਖੁਸ਼ੀ ਹੁੰਦੀ ਹੈ ਆਪਣੀ ਭਾਸ਼ਾ ਬੋਲਦੇ ਹੋਏ ਜਿਹਨੂੰ ਫਿਰ ਉਹ ਖਿੱਚਦੇ ਹੌਲੀ ਹੌਲੀ ਵੀ ਅਭੀ ਨਿਆ ਨਿਆ ਆਇਆ ਹੈ ਥੋੜੇ ਦਿਨ ਰਹੇਗਾ ਤਾਂ ਫਿਰ ਪੰਜਾਬੀ ਸਿੱਖ ਜਾਏਗਾ ਸੋ ਇਸ ਕਰਕੇ ਪੰਜਾਬੀ ਦੀ ਆਪਣੀ ਟੌਰ ਹੈ ਜੀ ਪਰ ਫਿਰ ਉਹ ਕਿਤੇ ਬਾਟ ਤਾਂ ਨਹੀਂ ਕੱਢਦੇ ਤੇ ਐਸੇ ਪੰਜਾਬੀ ਬੋਲ ਕੇ ਚਲੋ ਪਹਿਲਾਂ ਤਾਂ ਇਹ ਆਪਾਂ ਕਿਹੜੇ ਪਿੰਡ ਖੜੇ ਆ ਕਿਉਂਕਿ ਅਸੀਂ ਤਾਂ ਗੂਗਲ ਬਾਬੇ ਦਾ ਅੱਜਕੱਲ ਸਾਨੂੰ ਪਤਾ ਹੀ ਆ ਲੋਕੇਸ਼ਨ ਲਾਓ ਜੀ ਤੋ ਜਿੱਧਰ ਜਿੱਧਰ ਦੀ ਲਿਹਾਈ ਜਾਂਦੀ ਆ ਉਹ ਬੀਬੀ ਤੇ ਤੁਰੇ ਆਉਣੇ ਆ ਉਸੇ ਰਾ ਇਹ ਸਾਡਾ ਨਵਰੀਤਪੀਰ ਜਿਹੜਾ ਫਾਰਮ ਹੈ ਪਿੰਡ ਕਲਵਾ ਹੈ ਜੀ ਸਾਡਾ ਕਲਵਾ ਮੋੜ ਬਹੁਤ ਮਸ਼ਹੂਰ ਹੈ ਜਦੋਂ ਗੜ ਸ਼ੰਕਰ ਤੋਂ ਆਪਾਂ ਨੂਰਪੁਰ ਬੇਦੀ ਨੂੰ ਜਾਈਏ ਤੇ ਕਲਵਾ ਮੋੜ ਤੋਂ ਫਿਰ ਰਸਤਾ ਇੱਕ ਨੰਦਪੁਰ ਸਾਹਿਬ ਨੂੰ ਜਾਂਦਾ ਹੈ ਤੇ ਇੱਕ ਨਾਨਾ ਦੇਵੀ ਨੂੰ ਜਾਂਦਾ ਸੋ ਇਹ ਕਲਵਾ ਮੋੜ ਦੇ ਵਿੱਚ ਕਲਵਾ ਪਿੰਡ 'ਚ ਸਾਡਾ ਜੱਦੀ ਜ਼ਮੀਨ ਸੀ ਇਹ ਫਿਰ ਅਸੀਂ ਇੱਥੇ ਆਪਣਾ ਜਿਹੜਾ ਰਹਿਣ ਵਸੇਰਾ ਬਣਾਇਆ ਹਾਲਾਂਕਿ ਸਾਡਾ ਜੱਦੀ ਪਿੰਡ ਇੱਥੋਂ 6 ਕਿਲੋਮੀਟਰ ਦੂਰ ਜਿਹੜਾ लालपुर लाल है जी हां ते ओ जेड़ा हैगा उथे भी मकान हैगा बट ਬਹੁਤਾ ਸਮਾਂ ਅਸੀਂ ਜਦੋਂ ਆਪਣੇ ਇੱਥੇ ਫਾਰਮ ਦੇ ਉੱਤੇ ਰਹਿੰਨੇ ਆ ਜਦੋਂ ਫਾਰਮ ਬਣਿਆ ਤੇ ਕਿਉਂਕਿ ਫਾਰਮਾਂ ਦੇ ਨਾਮ ਤੇ ਰੱਖਣ ਦਾ ਮਤਲਬ ਇਹ ਹੁੰਦਾ ਵੀ ਚਲੋ ਆਪਣੀ ਜਿਹੜੀ ਜਾਇਦਾਦ ਨੂੰ ਨਾਮ ਤੇ ਦੇਣਾ ਤੇ ਫਿਰ ਮੇਰੇ ਫਾਦਰ ਦੇ ਮੈਂ ਤਾਂ ਤਾਂ ਵਿੱਚ ਟੋਕਤਾ ਮੈਂ ਵੀਰੇ ਪਤਾ ਕੀ ਹੁੰਦਾ ਮੈਂ ਸਵਾਲ ਪੁੱਛਣ ਲੱਗਿਆ ਸੀ ਬੀਸੋ ਕਮਰੇ ਤੇ ਕਿਉਂ ਰੱਖਿਆ ਉਹ ਤੁਸੀਂ ਪਹਿਲਾਂ ਹੀ ਸ਼ੁਰੂ ਕਰ ਲੈ ਮੈਂ ਬਾਈ ਮੇਰਾ ਕੰਮ ਵੀ ਰਹਿ ਜਾਣ ਦੇ ਵਿੱਚ ਉਹ ਐਕਚੁਅਲੀ ਪੋਲਿਟਿਸਟ ਆ ਕੇ ਤੇ ਫਿਰ ਤੁਹਾਨੂੰ ਪਤਾ ਜਦੋਂ ਮਾਈਕ ਲੱਗ ਜਾਂਦਾ ਉਦੋਂ ਫਿਰ ਬੋਲਣ ਪੋਲਿਟਿਸ਼ੀਅਨ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਤਾਂ ਕਰਕੇ ਤੁਹਾਡਾ ਕੰਮ ਵੀ ਅਸੀਂ ਨਾਲ ਹੀ ਖਿੱਚੀ ਜਾਂਦੇ ਵਾਲਾ ਹੈਗਾ ਜੀ ਨਹੀਂ ਜੀ ਸਾਡੇ ਸਾਡੇ ਤਾਂ ਪਾਸੇ ਦੇ ਜਿਹੜੇ ਲੀਡਰ ਹੈ ਕਈ ਉਹਦਾਂ ਵੀ ਮਸ਼ਹੂਰ ਬਹੁਤ ਨੇ ਅੱਛਾ ਸਾਡੇ ਉੱਥੋਂ ਦੇ ਇੱਕ ਲੀਡਰ ਨੇ ਬੜੇ ਚੰਗੇ ਬੁਲਾਰੇ ਨੇ ਨਹੀਂ ਮਤਲਬ ਜਦੋਂ ਉਹ ਬੋਲਦੇ ਆ ਤਾਂ ਮੈਂ ਕਦੇ ਵੀ ਉਹਨਾਂ ਨੂੰ ਮਿਸ ਨਹੀਂ ਕਰਨਾ ਚਾਹੁੰਦਾ ਜੀ ਉਹਨਾਂ ਤੋਂ ਯਾਰ ਕੁਝ ਵਧੀਆ ਫੈਕਚੁਅਲ ਹੋਊਗਾ ਹਨਾ ਕੰਮ ਪਰ ਉਹਨਾਂ ਬਾਰੇ ਮਸ਼ਹੂਰ ਹੈ ਵੀ ਜੇ ਉਹਨਾਂ ਨੂੰ ਕਹਿ ਵੀ ਦੇਣ ਵੀ ਜੀ ਤੁਹਾਨੂੰ ਅੱਜ ਜਾ ਕੇ ਤੁਸੀਂ ਪ੍ਰਧਾਨ ਮੰਤਰੀ ਬਣ ਜਾਣਾ ਕਹਿੰਦੇ ਵੀ ਪਰ ਜੇ ਮਾਈਕ 'ਤੇ ਪਹੁੰਚੇ ਹਨ ਚਾਰ ਹਾਂ ਤੋ ਕੁਛ ਨਾ ਕੁਛ ਅਹੇਜਾ ਜ਼ਰੂਰ ਬੋਲ ਦੇਣਗੇ ਬਿਲਕੁਲ ਠੀਕ ਗੱਲ ਹੈ ਜੀ ਤੁਹਾਡੀ ਇਹ ਤਾਂ ਜਿਹੜਾ ਹੈਗਾ ਮਾਈਕ ਦੇਖ ਕੇ ਤੇ ਉਹ ਪੋਲਿਟੀਕਲ ਆਦਮੀ ਦੀ ਅੱਖਾਂ ਹੋ ਗਈ ਚਮਚਮਾ ਜਾਂਦੀਆਂ ਉਹਦੀ ਰੂਹ ਦੀ ਖੁਰਾਕ ਹੈ ਖੁਸ਼ ਹੋ ਜਾਂਦਾ ਅਗਲਾ ਵੀ ਮੈਨੂੰ ਮੌਕਾ ਮਿਲ ਗਿਆ ਆਪਣੇ ਵਿਚਾਰ ਰੱਖਣ ਦਾ ਨਹੀਂ ਬਟ ਯੂਥ ਦਾ ਫਰਕ ਹੈ ਜਦੋਂ ਅਸੀਂ ਵੀ ਜਿਹੜੇ ਨਵੇਂ ਲੀਡਰ ਆ ਜਿੰਨੇ ਵੀ ਚਾਹੇ ਕਿਸੇ ਵੀ ਪਾਰਟੀ ਦੇ ਆ ਮੈਂ ਨਹੀਂ ਕਹਿੰਦਾ ਕਿ ਤੁਹਾਡੀ ਪਾਰਟੀ ਨਹੀਂ ਹੋਣੀ ਕਿਸੇ ਵੀ ਪਾਰਟੀ ਦੇ ਉਹਨਾਂ 'ਚ ਫਰਕ ਆ ਤੇ ਉਹ ਦਿਸਦਾ ਹੈ ਜੀ ਕਿ ਉਹਨਾਂ 'ਚ ਬਹੁਤੇ ਲੋਕ ਕੁਝ ਕਰਨਾ ਵੀ ਚਾਹੁੰਦੇ ਆ ਨਹੀਂ ਦੇਖੋ ਜੀ ਮੈਂ ਤਾਂ ਇਸ ਚੀਜ਼ ਨੂੰ ਬਹੁਤ ਐਪਰੀਸ਼ੀਏਟ ਕਰਦਾ ਮੈਂ ਇਹ ਨਹੀਂ ਕਹਿੰਦਾਗਾ ਕਿ ਦੇਖੋ ਸਕਸੈਸ ਸਟੋਰੀ ਦਾ ਜਿਹੜਾ ਸਮਿਕਰਣ ਹੈ ਹੌਸ਼ ਤੇ ਜੋਸ਼ਤ ਹੈ ਜੀ ਸੋ ਯੰਗ ਪੋਲੀਟਿਸ਼ੀਅਨਸ ਆਣੇ ਚਾਹੀਦੇ ਕੋਈ ਵੀ ਯੰਗਸਟਰ ਕਿਸੇ ਵੀ ਟ੍ਰੇਡ 'ਚ ਆਉਣੇ ਚਾਹੀਦੇ ਆ ਤੇ ਐਕਸਪੀਰੀਅੰਸ ਜਿਹੜਾ ਉਹਦੀ ਗਾਈਡਿੰਗ ਲਾਈਟ ਹੋਣੀ ਚਾਹੀਦੀ ਆ ਤੇ ਫਿਰ ਉਹ ਡੈਡਲੀ ਕੰਬੀਨੇਸ਼ਨ ਬਣ ਜਾਂਦਾ ਸੋ ਹੁਣ ਮੈਂ ਦੇਖਿਆ ਜੀ ਕਿ ਬਹੁਤ ਜ਼ਿਆਦਾ ਯੰਗਸਟਰਸ ਜਿਹੜੇ ਹੈਗੇ ਆ ਉਹ ਜੁਆਇਨ ਕਰ ਰਹੇ ਆ ਔਰ ਪਾਰਟੀਆਂ ਵੀ ਜਿਹੜਾ ਹੈਗਾ ਹੁਣ ਯੰਗਸਟਰਸ ਨੂੰ ਜਿਹੜਾ ਵੈਲਕਮ ਕਰ ਰਹੀਆਂ ਗੁੱਡ ਅੱਛੀ ਗੱਲ ਹੈ ਜੀ ਚੇਂਜ ਆਉਣੀ ਚਾਹੀਦੀ ਹੈਗੀ ਬਾਈ ਦੀ ਸਟੋਰੀ ਦਾ ਸਾਰ ਪਤਾ ਕੀ ਆ ਬਾਈ ਦੀ ਸਟੋਰੀ ਦਾ ਸਾਰ ਹਵਾ ਬੰਦੇ ਚ ਜਮਾਣੀ ਕੰਮ ਖਰਚ ਪੂਰੀ ਸਾਡੀ ਮਿਹਰਬਾਨੀ ਹੈ ਜੀ ਸਾਨੂੰ ਹਮੇਸ਼ਾ ਹੀ ਕਿਉਂਕਿ ਸਾਡਾ ਘਰ ਜਿਹੜਾ ਮੇਰੇ ਦਾਦੀ ਜੀ ਮੇਰੇ ਦਾਦਾ ਜੀ ਦੀ ਡੈਥ ਬਹੁਤ ਯੰਗ ਏਜ ਹੋ ਗਈ ਸੀ ਜਦੋਂ ਮੇਰੇ ਫਾਦਰ ਸਿਰਫ 11 ਸਾਲ ਦੇ ਸੀ ਮੇਰੇ ਦਾਦੀ ਜੀ ਦਾ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਬਹੁਤ ਵਿਸ਼ਵਾਸ ਸੀ ਅੱਜ ਵੀ ਸਾਡੇ ਜਿੰਨੇ ਘਰ ਹੈ ਉਹਨਾਂ ਸਾਰਿਆਂ ਵਿੱਚ ਮਹਾਰਾਜ ਦੇ ਸਰੂਪ ਹੈ ਜੀ ਔਰ ਦਿੱਲੀ ਦੇ ਵਿੱਚ ਸਾਡਾ ਪਹਿਲਾ ਘਰ ਬਣਿਆ ਸੀ ਜਿਹੜਾ ਵੀਆਈਪੀ ਏਰੀਆ ਦੇ ਵਿੱਚ ਅੱਜ ਵੀ ਨਿਸ਼ਾਨ ਸਾਹਿਬ ਝੁੱਲਦਾ ਹੈ ਜੀ ਉਹ ਖਬਰਾਂ 'ਚ ਵੀ ਬਹੁਤ ਆਇਆ ਸੀਗਾ ਸੋ ਉਹ ਜਿਹੜਾ ਹੈਗਾ ਜੀ ਇਹ ਕਿਨੇ ਨਹੀਂ ਪੀਤੀ ਇਹ ਹੁਣ ਤੁਹਾਨੂੰ ਪਸੰਦ ਆ ਗਈ ਇਹ ਤੁਹਾਡੀ ਇਹਦੀ ਕਰਮਾਂ ਦੀ ਇਹ ਮੇਰੇ ਕਰਮਾਂ ਦੀ ਸੋ ਉਹਨਾਂ ਨੇ ਫਿਰ ਜਿਹੜਾ ਹੈਗਾ ਉਹ ਬੜਾ ਸਾਨੂੰ ਉਹਨਾਂ ਨੇ ਦੱਸਿਆ ਜੀ ਕਿ ਦੇਖੋ ਮੈਂ ਅਨਪੜ ਸਗੀ ਮੇਰਾ ਸਿਰ ਦਾ ਸਾਈਂ ਬਹੁਤ ਛੋਟੀ ਉਮਰ ਚਲ ਗਿਆ ਮੇਰੇ ਪੰਜ ਪੁੱਤ ਤੇ ਪੰਜੋ ਹੀ ਅਫਸਰ ਤੇ ਉਹ ਉਹ ਹਮੇਸ਼ਾ ਕਹਿੰਦੇ ਹੁੰਦੀ ਸੀ ਕਹਿੰਦੀ ਵੀ ਇਹ ਸਿਰਫ ਗੁਰੂ ਦੀ ਕਿਰਪਾ ਹੈ ਤੇ ਤੁਸੀਂ ਗੁਰੂ ਦੇ ਲਾੜ ਲੱਗੋ ਹਲੀਮੀ ਰੱਖੋ ਪਿਆਰ ਪਾਓ ਲੋਕਾਂ ਦੇ ਵਿੱਚ ਤੇ ਫਿਰ ਦੁਨੀਆ ਤੁਹਾਡੇ ਪੈਰਾਂ 'ਚ ਹੋਗੇ ਤੇ ਸਾਡਾ ਪਰਿਵਾਰ ਜਿਹੜਾ ਹੈ ਜੀ ਇਹ ਦਾ ਇੱਕ ਜਾਗ ਦਾ ਐਗਜ਼ਾਮਪਲ ਹੈ ਗੁਰੂ ਤੇ ਵਿਸ਼ਵਾਸ ਦਾ ਹਰ ਇੱਕ ਨਾਲ ਮੁਹੱਬਤ ਦਾ ਔਰ ਆਪਣੇ ਆਪ ਨੂੰ ਸਦਾ ਵਸੀਂ ਆਪਣੇ ਲੋਕਾਂ ਵਰਗੇ ਮਹਿਸੂਸ ਕਰਦੇ ਹਾਂ ਕਦੀ ਮਹਿਸੂਸ ਹੀ ਨਹੀਂ ਹੋਇਆ ਕਿ ਸਾਡੇ ਕੋ ਕੋਈ ਤਾਕਤ ਹੈ ਕੋਈ ਸਾਡੇ ਕੋ ਉਤਪਾ ਹੈ ਮੈਨੂੰ ਵੀ ਬਹੁਤ ਅੱਛਾ ਲੱਗਦਾ ਮੈਂ ਆਪਣੇ ਪਿੰਡ ਆਉਣਾ 17-18 ਸਾਲ ਹੋ ਗਏ ਮੇਰਾ ਰੈਗੂਲਰ ਆਪਣੇ ਪਿੰਡ ਆਣਾ ਜਾਣਾ ਆਪਣੀ ਖੇਤੀ ਕਰੀਦੀ ਹੈ ਆਪਣੇ ਲੋਕਾਂ ਚ ਬੈਠੀਦਾ ਉਹਨਾਂ ਦੇ ਦੁੱਖ ਸੁਣਿਦੇ ਉਹਨਾਂ ਨੂੰ ਵੀ ਅੱਛਾ ਲੱਗਦਾ ਹੈ ਕਿ ਯਾਰ ਸਾਡਾ ਬੱਚਾ ਸਾਡੇ ਚ ਬੈਠਦਾ ਸੋ ਇਸ ਕਰਕੇ ਜਿਹੜਾ ਹੈਗਾ ਜੀ ਇੱਕ ਨੇਚਰੀ ਬਣ ਗਈ ਜੀ ਆਪਣੇ ਲੋਕਾਂ ਦੇ ਵਿੱਚ ਬੈਠਣ ਦੀ ਅੱਛਾ ਇੱਥੇ ਫਾਰਮ ਤੇ ਲਾਇਆ ਕੀ ਹੈ ਮੈਂ ਤਾਂ ਕਿਉਂਕਿ ਸਭ ਤੋਂ ਪਹਿਲਾਂ ਤਾਂ ਮੈਂ ਬਈ ਦਰਖਤਾਂ ਦਾ ਸ਼ਕੀਨ ਬੰਦਾ ਮੈਨੂੰ ਇਹ ਦੱਸੋ ਵੀ ਆ ਬਾਗ ਆ ਜਿਹੜਾ ਕਿੰਨੂ ਆਂਦਾ ਤੁਸੀਂ ਹਾਂਜੀ ਇਹ ਕਿੰਨੇ ਸਾਲ ਪੁਰਾਣਾ ਹੈ ਇਹ ਵੀਰ ਜੀ 7 ਸਾਲ ਹੋ ਗਏ ਜੀ ਹੁਣ अच्छा ਤੇ 7 ਸਾਲ ਹੋ ਗਏ ਜੀ 7 ਸਾਲ ਪਹਿਲਾਂ ਲਾਇਆ ਸੀਗਾ ਫਿਰ ਪਿੱਛੇ ਥੋੜੀ ਜਮੀਨ ਰੱਖੀ ਆ ਆਪਣੇ ਕਣਕ-ਕਣਕ ਲਾਉਣ ਦੇ ਲਈ ਹੂੰ ਆਪਣੇ ਕਣਕ ਵੀ ਘਰੋਂ ਹੀ ਕੱਢੀ ਦੀ ਆ ਸਬਜ਼ੀਆਂ ਜਿਹੜੀਆਂ ਸੀਜ਼ਨਲ ਸਬਜ਼ੀਆਂ ਉਹ ਵੀ ਫਿਰ ਜਿਹੜੀਆਂ ਇੱਥੇ ਜਿਹੜਾ ਆਪਣੇ ਘਰੋਂ ਹੀ ਕੱਢਦੇ ਹੈਗੇ ਆ ਆਪਣੇ ਫਾਰਮ ਤੋਂ ਹੁਣ ਦਿੱਲੀ ਜਦੋਂ ਮੈਂ ਗਿਆ ਮੈਂ ਵੀ ਫਿਰ ਇੱਕ ਛੋਟਾ ਜਿਹਾ ਨਾਲ ਆਪਣਾ ਕਿਚਨ ਗਾਰਡਨ ਬਣਾਇਆ ਬਿਕਾਜ਼ ਕਿਸਾਨੀ ਤੇ ਸਾਨੂੰ ਜਿਹਨੂੰ ਕਹਿੰਦੇ ਵੀ ਆਪਾਂ ਬੇਸਿਕਲੀ ਕਿਤੇ ਵਿਸ਼ੇਜ ਤਾਂ ਮਿਲੀ-ਮਿਲੀ ਆ ਜੀ ਫਿਰ ਮੈਂ ਉੱਥੇ ਵੀ ਆਪਣਾ ਜਿਹੜੀਆਂ ਸਬਜ਼ੀਆਂ ਸਬਜ਼ੀਆਂ ਸਾਡੇ ਘਰ ਦੀਆਂ ਉੱਥੋਂ ਹੀ ਆਉਂਦੀਆਂ ਅੱਛਾ ਨਾ ਕਈ ਵਾਰੀ ਬੋਲੀ 'ਚ ਮਾੜਾ ਜਾਂ ਫਰਕ ਨਾਲ ਸ਼ਬਦ ਕਿਵੇਂ ਮਾਇਨੇ ਬਦਲ ਜਾਂਦੇ ਆ ਤੁਸੀਂ ਜਦੋਂ ਆਪਾਂ ਰੋਟੀ ਖਾਂਦੇ ਸੀਗੇ ਜੀ ਤੁਸੀਂ ਕਿਹਾ ਵੀ ਇਹ ਚਟਨੀ ਘਰੇ ਕੱਢੀ ਆ ਹਾਂ ਠੀਕ ਆ ਜੀ ਮੈਂ ਇੱਕਦਮ ਕਰਨੇ ਚਾਕੇ ਹੁਣ ਤੁਸੀਂ ਕਿਹਾ ਵੀ ਅਸੀਂ ਕਣਕ ਘਰੇ ਕੱਢਦੇ ਆ ਹਾਂ ਹਨਾ ਇਹ ਜਦ ਕਿ ਖਿੱਤੇ ਦੇ ਵਿੱਚ ਸ਼ਬਦ ਥੋੜੀ ਥੋੜੀ ਪੈਂਦਾ ਰਹਿੰਦਾ ਹੁਣ ਮੈਂ ਜਿਹੜੇ ਪਾਸਿਓਂ ਆ ਉੱਥੇ ਜਦੋਂ ਕੋਈ ਵੀ ਤੁਹਾਨੂੰ ਕਹੇ ਬੀ ਆਮੇ ਘਰੇ ਕੱਢੀ ਆ ਜੀ ਉੱਥੇ ਘਰੇ ਕੱਢਣ ਦਾ ਮਤਲਬ ਵੀ ਸਿਰਫ ਇੱਕ ਚੀਜ਼ ਤੋਂ ਆ ਠੀਕ ਹੈ ਜੀ ਮੈਨੂੰ 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 ਇਹਦਾ ਮੈਨੂੰ ਜਵਾਨੀ ਦੇ ਯਾਦ ਆ ਗਏ ਜਿਸ ਇਲਾਕੇ ਦੀ ਤੁਸੀਂ ਗੱਲ ਕਰਦੇ ਹੋ ਮੇਰਾ ਯਾਰ ਹੁੰਦਾ ਸੀ ਹਾਂ ਤੇ ਮੈਂ ਉਹਨੂੰ ਸਾਰੇ ਯੂਨੀਵਰਸਿਟੀ ਇਕੱਠੇ ਪੜ੍ਹਦੇ ਸੀ ਕਿਉਂਕਿ ਮੈਂ ਬੀ ਟੈਕ ਆਪਣੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਤੋਂ ਕੀਤੀ ਆ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਜੀ ਓਕੇ ਤੇ ਮੈਂ 1998 ਤੋਂ 2002 ਉਥੇ ਬੀ ਟੈਕ ਕੀਤੀ ਉਹ ਮੇਰਾ ਫਰੈਂਡ ਸੀ ਮੈਂ ਉਹਨੂੰ ਮੈਂ ਕਿਹਾ ਯਾਰ ਘਰੋਂ ਨਾ ਉਹ ਜਦੋਂ ਹੁਣ ਹੋਸਟਲ ਚ ਰਹਿੰਦੇ ਹੁੰਦੇ ਆ ਤੇ ਜਿਹੜਾ ਮੁੰਡਾ ਘਰ ਚਲ ਜੇ ਤਾਂ ਉਹ ਫਿਰ ਉਹਦੀ ਉਢੀਕ ਬੜੀ ਹੁੰਦੀ ਵੀ ਘਰੋਂ ਲੈ ਕੇ ਆਊਗਾ ਵੀ ਜੋ ਵੀ ਘਰ ਪਿੰਨੀਆਂ ਬਣੀਆਂ ਇਹ ਬੜਾ ਵੀ ਖਾਣ ਨੂੰ ਮਿਲੂ ਆ ਵੀ ਹਫਤਾ ਲੰਘ ਜਾਣਾ ਤੇ ਮੈਂ ਆਪਣਾ ਕੰਗ ਮੁੰਡੇ ਦਾ ਨਾਮ ਦੱਸੇ ਮੈਂ ਉਹਨੂੰ ਕੰਗ ਰੁਕਿਆ ਮੈਂ ਵੀਰੇ ਜੋ ਘਰ ਬਣਿਆ ਨਾ ਮੈਂ ਕਿਹਾ ਕੱਢਿਆ ਪਿਆ ਨਾ ਜੋ ਚੱਕ ਲਿਆ ਹਾਂ ਪਾ ਅਗਲੇ ਦਿਨ ਮੈਨੂੰ ਆ ਗਿਆ ਮੈਨੂੰ ਕਹਿੰਦਾ ਫਿਰ ਬੈਠਣਾ ਕਦੋਂ ਮੈਂ ਕਹਿੰਦਾ ਮਤਲਬ ਨਾ ਤੂੰ ਕਿਹਾ ਸੀ ਜੋ ਕੱਢਣਾ ਕਹਿੰਦਾ ਕੱਢ ਲਿਆ ਕਹਿੰਦਾ ਡੈਲੀ ਨੇ ਬੋਤਲ ਕੱਢੀ ਨਵੀਂ ਮੈਂ ਲੈ ਆਇਆ ਕਹਿੰਦਾ ਮੈਂ ਭਰਾਵਾ ਅਗਲੀ ਵਾਰ ਮੈਂ ਗਿਆ ਹੁਣ ਸੋ ਸਮਝ ਕੇ ਪੁੱਛਾਂਗੇ ਵੀ ਕਰ ਕੱਢਿਆ ਕੀ ਪਹਿਲਾਂ ਪੁੱਛ ਲਿਆ ਕਰਾਂਗੇ ਵੀ ਹਾਂ ਭਾਈ ਕੱਢਿਆ ਕੀ ਕਰਦੇ ਵਿੱਚ ਉਹੀ ਲੈ ਕੇ ਆਈ ਸੋ ਇਸ ਕਰਕੇ ਜਿਹੜਾ ਹੈਗਾ ਜੀ ਨਹੀਂ ਠੀਕ ਹੈ ਸ਼ਬਦ ਸਾਡੇ ਪੰਜਾਬੀ ਦਾ ਸੱਪਣਾ ਇਹ ਤਾਂ ਹੈ ਨਾ ਸੱਪਣਾ ਤੇ ਹੁਣ ਆਪਾਂ ਉਹਨੇ ਤੁਹਾਡੇ ਕੰਮਕਾਰ ਤੇ ਤੁਹਾਡਾ ਕੰਮ ਬੀਸਿਕਲੀ ਏਵੀਏਸ਼ਨ ਇੰਡਸਟਰੀ ਦਾ ਮੇਰੇ ਮੇਰੇ ਹੈਲੀਕਾਪਟਰ ਨੇ ਜੀ ਹਾਂ ਔਰ ਮੈਂ 2005 ਦੇ ਵਿੱਚ ਆਪਣੀ ਐਵੀਏਸ਼ਨ ਕੰਪਨੀ ਸ਼ੁਰੂ ਕੀਤੀ ਸੀ ਹਾਂ ਔਰ ਵਾਹਿਗੁਰੂ ਦੀ ਬੜੀ ਆਪਾਰ ਕਿਰਪਾ ਜੀ ਮੇਰੇ ਖਿਆਲ ਨਾਲ ਮੈਂ ਹੁਣ ਕੁਝ ਚੰਦ ਸਿੱਖ ਪਰਿਵਾਰਾਂ ਚੋਂ ਆ ਪੂਰੇ ਦੁਨੀਆ ਦੇ ਵਿੱਚ ਜਿਨ੍ਹਾਂ ਦੇ ਆਪਣੇ ਹੈਲੀਕਾਪਟਰ ਨੇ ਅੱਛਾ ਹੁਣ ਇੱਕ ਗੱਲ ਹੈ ਕਈ ਮinare ਰਹਿਣੀ ਜਾਂਦਾ ਵੀਰੇ ਜਿੰਨੀ ਤਾਕਤ ਤੁਹਾਡੇ ਪਰਿਵਾਰ ਕੋਲੇ ਆ ਸੈਂਟਰ ਦੇ ਵਿੱਚ ਜਿੰਨਾ ਉਹਨੂੰ ਮੈਂ ਦਖਲ ਜੇ ਚੰਗਾ ਸ਼ਬਦ ਹੈ ਹੋਵੇ ਤਾਂ ਦਖਲ ਕਹਿ ਲੋ ਜਾਂ ਜਿੰਨਾ ਉੱਥੇ ਯਕੀਨ ਆ ਤੁਹਾਡੇ ਪਰਿਵਾਰ ਦੇ ਜਿੰਨੀ ਤਾਕਤ ਹੈ ਵੀਰੇ ਤੂੰ ਜਹਾਜ਼ ਕਿਉਂ ਤੂੰ ਤਾਂ ਵੀਰੇ ਰੌਕਟ ਵੀ ਪਾ ਲੈਂਦਾ ਤੈਨੂੰ ਕੀ ਚਿੰਤਾ ਹੋਣੀ ਸੀ ਨਹੀਂ ਉਹ ਐਕਚੁਅਲੀ ਗੱਲ ਇਸ ਤਰ੍ਹਾਂ ਦੀ ਵੀ ਸਾਡੀ ਇੱਕ ਬਦਕਿਸਮਤੀ ਹੈ ਹਾਂ ਇਸਕੇ ਤੇਰੀ ਚਿੱਟੇ ਪਜਾਮੇ কুরਤੇ ਦੀ ਜਿਹੜਾ ਤੁਸੀਂ ਸ਼ੋਅ ਕਰਦੇ ਪਏ ਆ ਵੀ ਇੱਥੇ ਬੰਦੇ ਦੀ ਮਿਹਨਤ ਵੀ ਟੱਕੀ ਜਾਂਦੀ ਹੈ ਹੂੰ ਉਹਦੇ ਉਹਦੇ ਜਿਹੜੇ ਚਾਰੇ ਦੇ ਐਫਰਟਸ ਵੀ ਟੱਕੇ ਜਾਂਦੇ ਤੇ ਸੁਪਨੇ ਵੀ ਟੱਕੇ ਜਾਂਦੇ ਆ ਉਹ ਹਰ ਕੋਈ ਬੰਦਾ ਇਹੀ ਸੋਚਦਾ ਵੀ ਜਿਹੜਾ ਇਹਨਾਂ ਨੂੰ ਸੋ ਖਾਈ ਪ੍ਰਾਪਤ ਹੋਇਆ ਜਾਂ ਚਿੱਟੇ ਪਜਾਮੇ ਕੁਰਤੇ ਕਾਰਨੀ ਪ੍ਰਾਪਤ ਹੋਇਆ ਸੋ ਜਦੋਂ ਮੈਂ 2005 ਦੇ ਵਿੱਚ ਸ਼ੁਰੂ ਕੀਤਾ ਬਿਜ਼ਨਸ ਉਦੋਂ ਦਾ ਪਰਿਵਾਰ ਜਿਹੜਾ ਹੈਗਾ ਟੋਟਲੀ ਮੇਰੇ ਫਾਦਰ ਪੁਲਿਸ 'ਚ ਸੀਗੇ ਤੇ ਮੈਂ ਫਰਸਟ ਜਨਰੇਸ਼ਨ ਆ ਬਿਜ਼ਨਸ ਲਈ ਵਾਈ ਗੁਰੂ ਨੇ ਪਾਰ ਕਿਰਪਾ ਕੀਤੀ ਇਹ ਲਾਈਨ ਫੜੀ ਗਈ ਤੇ ਇਹ ਲਾਈਨ ਦੇ 8-9 ਸਾਲ ਪੂ ਮੁਕੰਮਲ ਹੋਣ ਤੋਂ ਬਾਅਦ ਫਿਰ ਚਿੱਟੇ ਪਜਾਮੇ ਕੁਰਤੇ ਪਰਿਵਾਰ ਨੇ ਪਾਏ ਸੋ ਇਸ ਕਰਕੇ ਚਿੱਟੇ ਪਜਾਮੇ ਕੁਰਤੇ ਉਹਨਾਂ ਪਹਿਲੋਂ ਦੇ ਬਣਿਆ ਹੋਇਆ ਕੀਤਾ ਹੈਗਾ ਹੁਣ ਤਾਂ 17 ਸਾਲ ਹੋ ਗਏ ਇਸ ਬਿਜ਼ਨਸ ਦੇ ਵਿੱਚ ਵਾਈ ਗੁਰੂ ਨੇ ਬੜਾ ਨਾਮ ਦਿੱਤਾ ਹੈ ਵੱਡੇ ਵੱਡੇ ਪ੍ਰੋਜੈਕਟ ਕੀਤੇ ਨੇ ਮੈਂ ਬੜਾ ਯੰਗ ਏਜ ਤੇ ਸ਼ੁਰੂ ਕਰ ਲਿਆ ਸੀਗਾ ਬਟ ਯੰਗ ਏਜ ਦੇ ਵਿੱਚ ਬਹੁਤ ਵੱਡੇ ਮਾਈਲਸਟੋਨ ਮੇਰੀ ਕੰਪਨੀ ਨੇ ਅਚੀਵ ਕੀਤੇ ਆ 2007 ਦੇ ਵਿੱਚ ਮੈਂ ਪਹਿਲੀ ਕੰਪਨੀ ਬਣਿਆ ਸੀ ਜਿਹੜੀ ਹੈਗੀ ਆ ਪ੍ਰਾਈਵੇਟ ਕੰਪਨੀ ਜਿਨੇ ਕਿ ਛਤਿਸਗੜ ਪੁਲਿਸ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ ਐਂਟੀ ਨੇਕਸਲ ਆਪਰੇਸ਼ਨ ਜਿਹੜੇ ਉਹ ਕਰਦੇ ਨੇ ਐਂਟੀ ਸੋਸ਼ਲ ਆਪਰੇਸ਼ਨਸ ਉਹਨਾਂ ਦੇ ਜਿਹੜੇ ਹੈਗੇ ਫਿਰ 2010 ਦੇ ਵਿੱਚ ਵੀਰ ਜੀ ਮੈਂ ਫਰਸਟ ਕੰਪਨੀ ਬਣਿਆ ਜਿਹੜੀ ਰਿਜ਼ਰਵ ਬੈਂਕ ਆਫ ਇੰਡੀਆ ਲਈ ਕੰਮ ਕਰਨਾ ਸ਼ੁਰੂ ਹੋਇਆ ਤੇ ਉਹ ਡੀਮੋਨਟਾਈਜ਼ੇਸ਼ਨ ਦੇ ਵਿੱਚ ਵੀ ਜਿਹੜੀ ਖਬਰਾਂ ਲੱਗੀਆਂ ਸੀਗਾ ਕਿ ਹੈਲੀਕਾਪਟਰ ਯੂਜ਼ ਹੋ ਰਹੇ ਆ ਪੈਸੇ ਚੈਸਟ ਉੱਤੇ ਡ੍ਰੌਪ ਕਰ ਲਈ ਉਹ ਮੈਜੋਰਟੀ ਆਫ ਦਾ ਵਰਕ ਮੇਰੀ ਕੰਪਨੀ ਕੋਲ ਸੀਗਾ ਫਿਰ 2012 ਦੇ ਵਿੱਚ ਵੀਰ ਮੈਂ ਟੈਕਨੋਲੋਜੀ ਲੈ ਕੇ ਆਇਆ ਅਮਰੀਕਾ ਤੋਂ ਹਾਈ ਟੈਂਸ਼ਨ ਵਾਇਰ ਜਿਹੜੀਆਂ ਹੁੰਦੀਆਂ ਆਪਣੇ ਜਦੋਂ ਆਪਣੇ ਘਰਾਂ 'ਚ ਹੁਣ ਬਿਜਲੀ ਚਲੀ ਜਾਂਦੀ ਹੈ ਜੀ ਉਹ ਕਹਿੰਦੇ ਨੇ ਪਿੱਛੇ ਫਾਲਟ ਪਿੱਛੋਂ ਬੱਤੀ ਲਾਈਟ ਚਲੀ ਗਈ ਜੀ ਉਹ ਜਿਹੜੀਆਂ ਹਾਈ ਟੈਂਸ਼ਨ ਵਾਇਰ ਫਿਰ ਜਦੋਂ ਉਹਨਾਂ ਨੂੰ ਰਿਪੇਅਰ ਕਰਨਾ ਹੁੰਦਾ ਉਹ ਜਰ ਉਹਨਾਂ 'ਚ ਫਾਲਟ ਆ ਜਾਂਦਾ ਫਿਰ ਉਹ ਪਿੱਛੋਂ ਲਾਈਟ ਆਫ ਕਰ ਦਿੰਦੇ ਨੇ ਠੀਕ ਹੈ ਤੇ ਉਹਦੀ ਡਿਟੈਕਸ਼ਨ ਜਿਹੜੀ ਹੈ ਉਸ ਵੇਲੇ ਫਿਰ ਮੈਂ ਹੈਲੀਕਾਪਟਰ ਦੇ ਵਿੱਚ ਸ਼ੁਰੂ ਕੀਤੀ ਉਹ ਵੀ ਇੰਡੀਆ 'ਚ ਮੇਰੀ ਕੰਪਨੀ ਪਹਿਲੀ ਬਣੀ ਅੱਛਾ ਉਹ ਜਿਹੜਾ ਜਹਾਜ਼ ਤੇ ਖੜੇ-ਖੜੇ ਠੀਕ ਕਰਦੇ ਆ ਨਹੀਂ ਜਿਹੜਾ ਜਹਾ ਪਹਿਲੋਂ ਇੱਕ ਨੋਕਸਪਾਲਦਾ हां नुक्सपालਦਾ ਦੀ ਉਹ ਹੈਲੀਕਾਪਟਰ ਤੇ ਕੈਮਰਾ ਲਾ ਕੇ ਨੁਕਸਪਾਲਦਾ ਜੀ ਤੇ ਪਹਿਲੋਂ ਕੀ ਆ ਕਿ ਹੁਣ ਜੋ ਚੱਲਦਾ ਹੁੰਦਾ ਸੀਗਾ ਉਹ ਚੱਲਦਾ ਸੀ ਗੱਡੀਆਂ ਦੇ ਵਿੱਚ ਥੱਲੇ ਹੁੰਦੀ ਨਾ ਲਾਈਟਸ ਜਿਹੜੀ ਮਾਰ ਕੇ ਉਹਦੇ ਨਾਲ ਡਿਟੈਕਸ਼ਨ ਚੱਲਦੀ ਸੀ ਫਿਰ ਉਹ ਕਈ ਵਾਰ ਹੁਣ ਹਾਈ ਟੈਂਸ਼ਨ ਵਾਰਿਆ ਉਹਦੀਆਂ ਥਾਵਾਂ ਤੇ ਹੁੰਦੀ ਆ ਜਿੱਥੇ ਗੱਡੀ ਨਹੀਂ ਜਾ ਸਕਦੀ ਸੋ ਇਹ ਕਨਸੈਪਟ ਉਹ ਹੈਲੀਕਾਪਟਰ ਸੇ ਹੌਲੀ ਹੌਲੀ ਇੰਡੀਆ ਚ ਆ ਗਿਆ ਬਟ 2012 ਚ ਮੇਰੀ ਮੇਰੀ ਕੰਪਨੀ ਪਹਿਲੀ ਕੰਪਨੀ ਸੀ ਜਿਨੇ ਕੰਮ ਸ਼ੁਰੂ ਕੀਤਾ ਫਿਰ 2014 ਚ ਦੁਬਾਰਾ ਹਿਸਟਰੀ ਬਣਾਈ 2014 ਚ ਮੇਰੀ ਕੰਪਨੀ ਪਹਿਲੀ ਕੰਪਨੀ ਬਣੀ ਜਿਹਨੂੰ ਸੀ ਆਰ ਪੀ ਐਫ ਨੇ ਜਿਹੜਾ ਫੋਰ ਬੈਸਟ ਸਰਵਿਸਿਜ਼ ਲਈ ਆਪਣੇ ਇੰਡਕਟ ਕੀਤਾ ਨਹੀਂ ਤਾਂ ਨਾਰਮਲੀ ਬੀ ਐਸ ਐਫ ਤੇ 에어 ਫੋਰਸ ਤੇ ਹੈਲੀਕਾਪਟਰਸ ਬੀ ਐਸ ਐ ਦੇ ਲਈ ਸੀ ਆਰ ਪੀ ਐਫ ਵੀ ਫਲਾਈਂਗ ਕਰਦੇ ਸੀ ਹੂੰ ਸੋ ਮੈਨੂੰ ਉਹਦੇ ਵਿੱਚ ਜਿਹੜਾ 2014 ਦੀ ਮੇਰੀ ਕੰਪਨੀ ਉੱਚ ਬਣੀ ਪਰ ਇਹ ਆਈਡੀਆ ਕਿਵੇਂ ਆਇਆ ਯਾਰ ਮਤਲਬ ਮੈਂ ਅੱਜ ਇੰਟਰਵਿਊ ਕਰ ਰਿਹਾ ਮਤਲਬ ਇਹ ਮੇਰੇ ਲਈ ਚੰਗੀ ਗੱਲ ਹੀ ਆ ਮਤਲਬ ਪੰਜਾਬ ਦੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਲੀਡਰ ਆ ਜੇ ਕਰੋ ਫਿਰ ਵੀ ਪਿੰਡ 'ਚ ਬੈਠਾ ਉਹ ਉਹਦਾ ਇੱਕ ਪਿੰਡ ਆ ਤੇ ਉਹ ਪਿੰਡ ਚ ਬੈਠਾ ਤੇ ਘਰ ਦੇ ਵਿੱਚ ਹੀ ਉਹਨੇ ਸਾਰਾ ਹਵਾਈ ਜਿਹੇ ਉਤਰਨ ਦਾ ਹੈਲੀਕਾਪਟਰ ਦੇ ਉਤਰਨ ਦਾ ਹਨਾ ਸਾਰਾ ਸਿਸਟਮ ਬਣਾਇਆ ਵਾ ਤਾਂ ਪਰ ਇਹ ਸ਼ੁਰੂ ਕਿਵੇਂ ਹੁੰਦਾ ਇਹ ਆਈਡੀਆ ਕਿੱਥੋਂ ਸੀ ਤੇ ਮਤਲਬ ਕਦੋਂ ਤੋਂ ਲੱਗਿਆ ਵੀ ਯਾਰ ਨਹੀਂ ਹੁਣ ਇੱਧਰ ਇਹ ਲੋਟ ਆ ਇਹਦੇ 'ਚ ਦਾ ਦੋ ਚੀਜ਼ਾਂ ਆ ਜੀ ਤੁਸੀਂ ਜੇ ਮੇਰੀ ਜ਼ਿੰਦਗੀ 'ਚ ਪੁੱਛੋ ਤਾਂ ਦੋ ਸਵਾਲ ਪੁੱਛ ਲੇ ਹੂੰ ਇੱਕ ਸਵਾਲ ਇਹ ਸੀਗਾ ਇੱਕ ਤੁਸੀਂ ਕਿਹਾ ਵੀ ਪਿੰਡ ਚ ਹੂੰ ਸੋ ਉਹਦੇ ਨਾਲ ਮੈਂ ਨਵਰੀਤਪੀਰ ਤੁਹਾਡੇ ਧਿਆਨ ਚ ਲੈ ਕੇ ਆਉਂਗਾ ਕਿ ਜਦੋਂ ਬੰਦਾ ਵੱਧਣਾ ਨਾ ਲਾਈਫ ਦੇ ਵਿੱਚ ਜੀ ਹੂੰ ਤੇ ਜਦੋਂ ਕੋਈ ਨਹੀਂ ਆਪਾਂ ਗੱਡੀ ਲੰਘੀ ਜਾਂਦੇ ਕੋਈ ਗੱਲ ਨਹੀਂ ਸਾਰੇ ਆਪਾਂ ਥੋੜੇ ਜਿਹਾ ਇਧਰ ਨੂੰ ਹੋ ਜਾਂਦੇ ਆ ਹਾਂ ਕੋਈ ਗੱਲ ਨਹੀਂ ਚੱਲਦੇ ਚੱਲਦੇ ਜੇ ਵੀ ਕੀ ਬੋਲਦੇ ਇਹਨੂੰ ਆਹ ਹਾਂ ਆ ਲੋ ਜੀ ਆਜੋ 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 ਇਹ ਵੀ ਚਾਹੀਏ ਜੀ ਅੱਛਾ ਚਾਚੇ ਆਦੀ ਹੋਏ ਆ ਗੱਡੀਆਂ ਸਿੱਧੀਆਂ ਲਿਆਉਣ ਦਾ ਅੱਛਾ ਜੀ ਇਹ ਨਹੀਂ ਠੀਕ ਹੈ ਜੀ ਠੀਕ ਹੈ ਅੱਛਾ ਹੀ ਆ ਗਿਆ ਮੈਂ ਅੱਛਾ ਆ ਗਿਆ ਜੀ ਆ ਗਿਆ ਹਾਂ ਜੀ ਹਾਂ ਜੀ ਸੋ ਉਹ ਵੀਰ ਦੋ ਹੈਗੇ ਕੋਈ ਗੱਲ ਨਹੀਂ ਜੇ ਕੋਈ ਨਹੀਂ ਰੁਕਦਾ ਫਿਰ ਹੁਣ ਜਾਣ ਵਾਲੇ ਨੂੰ ਕੌਣ ਰੁਕ ਸਕਦਾ ਸੋ ਉਹਦਾ ਵੀਰ ਜਦੋਂ ਕੋਈ ਬੱਚਾ ਲਾਈਫ 'ਚ ਵਾਧਾ ਆ ਹਰ ਇੱਕ ਬੰਦੇ ਦਾ ਇੱਕ ਆਪਣਾ ਆਈਡਲ ਹੁੰਦਾ ਸੋ ਮੇਰੇ ਆਈਡਲ ਜਦੋਂ ਮੈਂ ਯੰਗਸਟਰ ਗਰੋਇੰਗ ਏਜ ਤੇ ਸੀ ਤੇ ਮੇਰੇ ਆਈਡਲ ਮੇਰੇ ਮਾਮਾ ਜੀ ਸੀਗੇ ਵਾਹਿਗੁਰੂ ਉਹਨਾਂ ਨੂੰ ਹੁਣ ਜਿਹੜਾ ਆਤਮਾ ਨੂੰ ਸ਼ਾਂਤੀ ਦੇਵੇ ਗੁਰੂ ਦੇ ਗੁਰੂ ਚਰਨਾਂ 'ਚ ਜਾਵ ਰਾਜੇ ਬੜੀ ਯੰਗ ਏਜ ਦੇ ਵਿੱਚ ਉਹਨਾਂ ਦੀ ਲਾਈਫ ਤੋਂ ਮੈਂ ਕੀ ਸਿੱਖਿਆ ਜੀ ਕਿਉਂਕਿ ਬਹੁਤ ਯੰਗ ਏਜ 'ਚ ਉਹ ਇੰਗਲੈਂਡ ਚਲੇ ਗਏ ਸੀ ਔਰ ਇੱਕ ਕੰਪਨੀ ਹੈ ਹੁਣ ਟਾਟਾ ਨੇ ਖਰੀਦ ਲਈ ਟੈਟਲੇ ਕਰਕੇ ਕੰਪਨੀ ਸੀ ਜੀ ਉੱਥੇ ਵੀਰ ਉਹਨਾਂ ਨੇ ਬੋਰੀਆਂ ਚੁੱਕਣ ਤੋਂ ਕੰਮ ਸ਼ੁਰੂ ਕੀਤਾ ਸੀ ਐਂਡ ਬਾਏ ਦਾ ਏਜ ਆਫ ਹੀ 스타ਟਡ ਬੋੜੀਆਂ ਚੱਕਣੀਆਂ ਨੇ 17 ਸਾਲ ਦੀ ਉਮਰ ਸ਼ੁਰੂ ਕੀਤਾ ਬਟ ਉਸੇ ਫੈਕਟਰੀ ਦੇ ਫਸਟ ਜੀਐਮ ਬਣੇ ਐਟ ਦਾ ਏਜ ਆਫ 37 ਸੋ ਇੱਕ ਤੇ ਕੁਦਰਤ ਨੇ ਉਹਨਾਂ ਨੂੰ ਚਲੋ ਜਿਹਨੂੰ ਕਹਿੰਦੇ ਬਖਸ਼ਿਸ਼ ਕੀਤੀ ਸੀ ਸੁਭਾਅ ਵੀ ਰਾਜਾ ਸਰੂਪ ਸੀ ਜੀ ਜਦੋਂ ਬਚਪਨ ਚਾਉਣਾ ਤੇ ਮਤਲਬ ਸਾਨੂੰ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰਨਾ ਮਤਲਬ ਬੱਚਿਆਂ ਨਾਲ ਭਤੀਜੇ ਭਾਂਜਿਆਂ ਨਾਲ ਟਾਈਮ ਸਪੈਂਡ ਕਰਨਾ ਇਹ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ ਮੈਂ ਕਨਸੈਪਟ ਉਹਨਾਂ ਕੋਲੋਂ ਦੇਖਿਆ ਸੀ ਉਸ ਟਾਈਮ ਵੀ ਕਿਸ ਤਰ੍ਹਾਂ ਹੁੰਦਾ ਹੈ ਕਿਉਂਕਿ ਨਾਰਮਲੀ ਅਸੀਂ ਵਰਕਿੰਗ ਕਲਾਸ ਫੈਮਲੀਆਂ ਚੋ ਸਾਰੇ ਫਾਦਰ ਸਟਰਗਲਿੰਗ ਡੇਸ 'ਚ ਸੀਗੇ ਕਦੀ ਫਾਦਰ ਕੋਲ ਨਾ ਟਾਈਮ ਹੀ ਸੀ ਹੁੰਦਾ ਵੀ ਆਪਣੇ ਬੱਚਿਆਂ ਨਾਲ ਕੋਈ ਵਕੇਸ਼ਨ ਚਲੇ ਜਾਈਏ ਜਾਂ ਉਹਨਾਂ ਨੂੰ ਬਾਹਰ ਲੈ ਕੇ ਜਾਈਏ ਤਾਂ ਕੁਝ ਸਰਕਮਸਟੈਂਸੀਜ਼ ਐਸੇ ਹੋਏ ਵੀਰ ਜੀ ਉਹਨਾਂ ਦੇ ਲਾਈਫ ਤੇ ਡੈਥ ਬੈੱਡ ਤੇ ਆ ਗਏ ਤੇ ਮੈਂ ਕੁਦਰਤੀ ਉਦੋਂ ਇੰਗਲੈਂਡ ਸੀ ਜਦੋਂ ਡਾਕਟਰ ਨੇ ਮੈਨੂੰ ਕਿਹਾ ਵੀ ਤੁਸੀਂ ਜਾ ਕੇ ਮਿਲ ਕੇ ਆਓ ਮਿਲਿਆ ਉਹ ਵੀ ਹੋ ਸਕਦਾ 1 ਘੰਟਾ ਕੱਢਣ ਹੋ ਸਕਦਾ 1 ਦਿਨ ਕੱਢਣੇ ਹੁਣ ਕੁਦਰਤ ਤੇ ਉੱਤੇ ਤੇ ਮੈਂ ਜਦੋਂ ਗਿਆ ਤੇ ਉਹਨਾਂ ਨੇ ਮੇਰਾ ਹੱਥ ਫੜ ਲਿਆ ਤੇ ਮੈਨੂੰ ਕਹਿੰਦੇ ਵੀ ਮੈਨੂੰ ਪਤਾ ਤੂੰ ਮੈਨੂੰ ਆਈਡਲਾਈਜ਼ ਕਰਦਾ ਵੀ ਤੂੰ ਮੇਰੇ ਵਾਂਗ ਬਣਨਾ ਚਾਹੁੰਨਾ ਤੇ ਕਹਿੰਦੇ ਮੈਂ ਇਹ ਵੀ ਜਾਣਦਾ ਕਿ ਤੇਰੇ ਚ ਇੰਨੀ ਕ੍ਰੈਡੀਬਿਲਟੀ ਹੈਗੀ ਹੈ ਕਿ ਤੂੰ ਮੇਰੇ ਤੋਂ ਵੀ ਅੱਗੇ ਲਾਈਫs ਜਾਏਗਾ ਬਟ ਕਹਿੰਦੇ ਪੁੱਤ ਇੱਕ ਚੀਜ਼ ਤੈਨੂੰ ਦੱਸ ਕੇ ਜਾਣਾ ਚਾਹੁੰਨਾ ਕਿ ਮੈਂ ਇੰਨੀ ਛੇਤੀ ਸਭ ਕੁਝ ਕਮਾ ਕੇ ਇੰਨੀ ਛੇਤੀ ਇਸ ਕਰਕੇ ਗਵਾ ਲਿਆ ਕਿਉਂਕਿ ਮੈਂ ਆਪਣੇ ਵਿਰਸੇ ਤੋਂ ਦੂਰ ਚਲੇ ਗਿਆ ਸੀ ਆਮ ਹਾਂ ਮੈਂ ਆਪਣੇ ਵਿਰਸੇ ਤੋਂ ਦੂਰ ਉਸ ਸਮੇਂ ਕਿਹੜੀ ਜਗ੍ਹਾ ਸੀ ਉਹ ਇੰਗਲੈਂਡ ਸੀਗੇ ਜੀ ਇੰਗਲੈਂਡ ਹਾਂ ਉਹ ਕਹਿੰਦੇ ਮੈਂ ਆਪਣੇ ਕਲਚਰ ਤੋਂ ਆਪਣੇ ਵਿਰਸੇ ਤੋਂ ਦੂਰ ਚਲੇ ਗਿਆ ਇਸ ਕਰਕੇ ਮੈਂ ਸਭ ਕੁਝ ਗਵਾ ਬੈਠਾ ਆਪਣੇ ਬੱਚੇ ਵੀ ਗਵਾ ਬੈਠਾ ਆਪਣਾ ਸਭ ਕੁਝ ਗਵਾ ਬੈਠਾ ਬਸ ਮੇਰਾ ਬੇਟਾ ਇੱਕੋ ਚੀਜ਼ ਯਾਦ ਰੱਖੇ ਲਾਈਫ 'ਚ ਜਿੰਨਾ ਮਰਜੀ ਅੱਗੇ ਵਧੀਂ ਆਪਣੀ ਮਿੱਟੀ ਨਾਲ ਜੁੜ ਕੇ ਰਹੀਂ ਆਪਣੇ ਵਿਰਸੇ ਨਾਲ ਜੁੜ ਕੇ ਰਹੀਂ ਉਹ ਚੀਜ਼ ਮੈਂ ਉਦੋਂ 19 ਸਾਲ ਦਾ ਸੀਗਾ ਜੀ 20 ਸਾਲ ਦਾ ਉਹ ਮੇਰੇ ਦਿਲ 'ਚ ਘਾਰ ਕਰ ਗਈ ਅੱਜ ਤੱਕ ਉਹੀ ਜਿਹੜਾ ਹੈਗਾ ਇਸ ਕਰਕੇ ਮੈਂ ਪਿੰਡ ਚ ਰਹਿਣਾ ਪਸੰਦ ਕਰਦਾ ਇਥੇ ਜਿਹੜਾ ਬਸੇਰਾ ਵੀ ਤਾਂ ਹੀ ਬਣਾਇਆ ਕਿ ਅਸੀਂ ਆਪਣੇ ਵੇਸੇ ਨਾਲ ਜੁੜਨਾ ਚਾਹੁੰਨੇ ਆਪਣੇ ਕਲਚਰ ਨਾਲ ਜੁੜਨਾ ਚਾਹੁੰਨੇ ਫਿਰ ਗੁਰੂ ਦੀ ਬਖਸ਼ਿਸ਼ ਹੋਈ ਮੇਰੇ ਬੱਚੇ ਵੀ ਜਦੋਂ ਹੋਏ ਤੇ ਉਹ ਨਾਮ ਜਦੋਂ ਬੱਚੇ ਦਾ ਰੱਖਣਾ ਹੁੰਦਾ ਤੇ ਫਿਰ ਸਾਰੇ ਪ੍ਰਪੋਜ਼ ਕਰਦੇ ਸੀ ਮੈਂ ਕਹਿੰਦਾ ਨਹੀਂ ਨਾਮ ਰੱਖਣਾ ਤਾਂ ਆਪਣੇ ਬੇਟੀ ਦਾ ਜਾਂ ਬੇਟੇ ਦਾ ਉਹ ਨਾਮ ਰੱਖਣਾ ਜਿਹੜਾ ਨਾਮ ਤੋਂ ਪਤਾ ਲੱਗੇ ਵੀ ਇਹ ਪੰਜਾਬ ਤੋਂ ਪੰਜਾਬ ਤੋਂ ਆਏ ਨੇ ਪੰਜਾਬੀਆਂ ਦੇ ਬੱਚੇ ਨੇ ਸੋ ਮੈਂ ਆਪਣੀ ਵੱਡੀ ਬੇਟੀ ਦਾ ਨਾਮ ਬਾਣੀ ਸੁਖਮਰਿਤਕੌਰ ਰੱਖਿਆ ਨਿੱਕੀ ਦਾ ਨਾਮ ਅਮਰੀਨ ਅਮਰਿਤਕੌਰ ਰੱਖਿਆ ਉਹਨਾਂ ਪੁੱਤਰ ਦੀ ਦਾਤ ਜਿਹੜੀ ਬਖਸ਼ਿਸ਼ ਰੱਬ ਨੇ ਕੀਤੀ ਆ ਉਹਦਾ ਨਾਮ ਹਰਫਤੇ ਵੀਰ ਸਿੰਘ ਰੱਖਿਆ ਸੋ ਇਹ ਜਿਹੜੀ ਸਟੋਰੀ ਇੱਕ ਜਿਹੜਾ ਤੁਸੀਂ ਪਿੰਡ ਦੀ ਰਹਿਣ ਬਸੇਰੇ ਬਾਰੇ ਕਿਹਾ ਕਿ ਆਪਣੇ ਕਲਚਰ ਨੂੰ ਮੈਂ ਇਹ ਬੇਨਤੀ ਕਰਾਂਗਾ ਨੌਜਵਾਨਾਂ ਨੂੰ ਕਿ ਸਮਾਂ ਹੁੰਦਾ ਜਦੋਂ ਤੁਸੀਂ ਮਿਹਨਤ ਕਰਦੇ ਹੋ ਰੱਬ ਬਹੁਤ ਤਰੱਕੀ ਦਿੰਦਾ ਹਰ ਘਰ ਭਾਗ ਲੱਗਦੇ ਜੇ ਤੁਸੀਂ ਰੱਬ ਤੇ ਵਿਸ਼ਵਾਸ ਰੱਖਦੇ ਆ ਮਿਹਨਤ ਕਰਦੇ ਆ ਭਾਗ ਜਰੂਰ ਲੱਗਦੇ ਪਰ ਜਿੰਨੇ ਭਾਗ ਲੱਗਣ ਉਹਨੇ ਆਪਣੇ ਵਿਰਸੇ ਨਾਲ ਜ਼ਰੂਰ ਜੁੜ ਕੇ ਰਹਿਣਾ ਚਾਹੀਦਾ ਹੈਗਾ ਉਹ ਹਮੇਸ਼ਾ ਫੁੱਲਦਾ ਹੀ ਹੈ ਜੀ ਹਾਂ ਇਹ ਇਹ ਤਾਂ ਹੈ ਮਤਲਬ ਇਹ ਧਰਤੀ ਆਪਣੇ ਰਹਿਣ ਯੋਗ ਹੈਗੀ ਆ ਤਾਂ ਹੀ ਤਾਂ ਇੱਥੇ ਸਦੀਆਂ ਤੋਂ ਹਨ ਆਪਣੇ ਪੂਰਵਜ ਜਿਹੜੇ ਉਹ ਇੱਥੇ ਰਹੇ ਆ ਬਿਲਕੁਲ ਜੀ ਨਹੀਂ ਦੇਖੋ ਇਹ ਸਚਾਈ ਹੈ ਜੀ ਮੈਂ ਮੈਨੂੰ ਯਾਦ ਹੈ ਮੈਂ 1996 ਦੇ ਵਿੱਚ ਕੈਨੇਡਾ ਗਿਆ ਤੇ ਮੇਰਾ ਬ੍ਰਦਰ ਫੁੱਟਬਾਲ ਮੈਚ ਮੇਰੇ ਤਾਈ ਦਾ ਬੇਟਾ ਫੁੱਟਬਾਲ ਮੈਚ ਖੇਡਣ ਗਿਆ ਤੇ ਉਹ ਆ ਕੇ ਉਹਨੇ ਉਹ ਜਦੋਂ ਕਿ ਉਹ ਜਿਹੜੀ ਅਮਰੀਕਨ ਫੁੱਟਬਾਲ ਆ ਉਹ ਦੂਜੀ ਹੁੰਦੀ ਆ ਉੱਥੇ ਫੁੱਟਬਾਲ ਪੈਰਾਂ ਵਾਲੀ ਨੂੰ ਸੌਕਰ ਕਹਿੰਦੇ ਆ ਤੇ ਜਿਹੜੀ ਫੁੱਟਬਾਲ ਹੁੰਦੀ ਆ ਉਹਨੂੰ ਹੱਥਾਂ ਵਾਲੇ ਨਾਲ ਦੂਜੀ ਫੁੱਟਬਾਲ ਨੇ ਤੁਸੀਂ ਦੇਖਿਆ ਹੋਣਾ ਜਦੋਂ ਭੇੜਦੇ ਆ ਆਪਸ ਦੇ ਵਿੱਚ ਹਾਂ ਉਹ ਜਿਹੜੀ ਖਿੱਚ ਕੇ ਕਰਦੇ ਆ ਅੱਛਾ ਤੇ ਉਹ ਮੇਰੇ ਬ੍ਰਦਰ ਡਿੱਗ ਗਿਆ ਤੇ ਉਹ ਗੋਰੇ ਨੇ ਉਹਨੂੰ ਕਿਹਾ ਯੂ ਬਲੜੀ ਇੰਡੀਅਨ ਹਾਂ ਤੇ ਉਹ ਫਿਰ ਜਦੋਂ ਘਰ ਆਇਆ ਤੇ ਰੋਣ ਲੱਗ ਪਿਆ ਕਿ ਡੈਰੀ ਆ ਮੈਕਨੇਡੀਅਨ ਮੈਂ ਤਾਂ ਕੈਨੇਡੀਅਨ ਆ ਤੇ ਮੈਨੂੰ ਕਹ ਲਈ ਇੰਡੀਅਨ ਮਤਲਬ ਵਾਈ ਡਿਡ ਹੀ ਸੇ ਦੈਟ ਟੂ ਮੀ ਤੇ ਫਿਰ ਮੇਰੇ ਤਾਇ ਜੀ ਨੇ ਉਸ ਵੇਲੇ ਇੱਕ ਗੱਲ ਕਹੀ ਕਹਿੰਦੇ ਪੁੱਤ ਯੂ ਹੈਵ ਟੂ ਰੀਅਲਾਈਜ਼ ਤੂੰ ਜਿੰਨਾ ਮਰਜੀ ਇਥੇ ਕੈਨੇਡਾ ਜਾਪਾ ਪਰ ਰਿਅਲਿਟੀ ਹੈ ਕਿ ਯੂ ਆਰ ਇੰਡੀਅਨ ਐਂਡ ਯੂ ਸ਼ੁਡ ਬੀ ਪ੍ਰਾਊਡ ਟੂ ਬੀ ਇੰਡੀਅਨ ਐਂਡ ਮੋਰ ਇੰਪੋਰਟੈਂਟਲੀ ਤੂੰ ਯੂ ਆਰ ਪੰਜਾਬੀ ਐਂਡ ਯੂ 纽ਡ ਟੂ ਬੀ ਪ੍ਰਾਊਡ ਕਿ ਯੂ ਆਰ ਪੰਜਾਬੀ ਫਿਰ ਉਸ ਵੇਲੇ ਜੋਵਨ ਜਿਹੜਾ ਮੈਂ ਹੁਣ ਉਹਨੂੰ ਆ ਇੰਟਰਵਿਊ ਭੇਜੂਗਾ ਕਿਉਂਕਿ ਬੜੇ ਫਿਰ ਉਦੋਂ 14 ਸਾਲ ਦਾ ਸੀ ਫਿਰ ਫਰਸਟ ਟਾਈਮ ਇੰਡੀਆ ਆਇਆ ਉਹ ਆਫਟਰ ਦੈਟ ਇਨਸੀਡੈਂਟ ਕਿ ਯੈਸ ਆਈ ਮੈਂ ਪੰਜਾਬੀ ਆ ਤੇ ਮੇਰਾ ਫਰਜ਼ ਬੰਦਾ ਮੈਂ ਆਪਣੇ ਪੰਜਾਬ ਜਾਵਾਂ ਮੈਂ ਇੰਡੀਅਨ ਆ ਤੇ ਮੇਰਾ ਫਰਜ਼ ਬੰਦਾ ਆਪਣੇ ਇੰਡੀਅਨ ਜਾਵਾਂ ਸੋ ਸਾਨੂੰ ਪ੍ਰਾਊਡ ਹੋਣਾ ਚਾਹੀਦਾ ਅਸੀਂ ਪੰਜਾਬ ਚੋਂ ਆ ਸੋ ਵੀ ਸ਼ੁੱਡ ਬੀ ਪ੍ਰਾਊਡ ਦੈਟ ਵੀ ਆਰ ਇੰਡੀਅਨ ਪਰ ਤੁਹਾਡਾ ਕੰਮ ਤਾਂ ਮੇਨ ਮਤਲਬ ਇੱਥੇ ਰਹਿ ਕੇ ਪਿੰਡ ਰਹਿ ਕੇ ਪੋਸੀਬਲ ਕਿਵੇਂ ਹੁੰਦਾ ਇਹ ਸਾਰਾ ਕੁਝ ਨਹੀਂ ਆਫ ਐਂਡ ਆਨ ਜਾਣਾ ਰਹਿਣਾ ਜੀ ਹੁਣ ਬੜੇ ਸਾਲ ਹੋ ਗਏ ਕਿਉਂਕਿ 2005 ਸ਼ੁਰੂ ਕੀਤਾ ਸੀਗਾ ਹੁਣ ਕੰਪਨੀ ਵੀ ਵੱਡੀ ਹੋ ਗਈ ਹੈ ਸੋ ਉਸ ਹਿਸਾਬ ਨਾਲ ਆਫਿਸਿਸ ਵੀ ਵਕਰੇ ਵਕਰੇ ਬੇਸਿਸ ਸੈੱਟ ਨੇ ਵਕਰੇ ਵਕਰੇ ਦਫਤਰ ਸੈਟਅਪ ਹੋਏ ਪਏ ਨੇ ਹੂੰ ਚੱਲਦਾ ਰਹਿੰਦਾ ਜਦੋਂ ਲੋਡ ਹੁੰਦੀ ਆ ਮੈਂ ਫੇਰ ਆਣਾ ਜਾਣਾ ਫਿਰ ਕੋਵਿਡ ਨੇ ਹੂੰ ਵਰਕਿੰਗ ਸਟਾਈਲ ਵੀ ਬਹੁਤ ਚੇਂਜ ਕਰਤਾ ਹੈ ਅੱਗੇ ਸਾਨੂੰ ਸ਼ੌਕ ਹੁੰਦਾ ਸੀ ਵੀ ਇੱਕ ਦੂਜੇ ਨੂੰ ਮਿਲੇ ਬਿਨਾ ਉਹੀ ਸਵਾਦ ਨਹੀਂ ਸੀ ਪੂਰਾ ਹੁੰਦਾ ਤੇ ਕਿਸੇ ਅਫਸਰ ਨੂੰ ਵੀ ਹੁੰਦਾ ਸੀ ਉਹ ਕਹਿੰਦਾ ਸੀ ਆਪ ਆ ਜਾਓ ਤੇ ਜਦੋਂ ਅਸੀਂ ਵੀ ਕਿਸੇ ਨੂੰ ਸਧਾਰਨ ਕਹਿੰਦੇ ਅਸੀਂ ਕਹਿੰਦੇ ਸੀ ਤੂੰ ਆ ਜਾ ਬਈ ਤੇ ਹੁਣ ਇਹ ਹੋ ਗਿਆ ਵੀ ਵੀਡੀਓ ਕਾਨਫਰੈਂਸਿੰਗ ਪਿਛਲੇ 2-3 ਸਾਲ ਜਿਹੜੀ ਇਹਦੇ ਕਰ ਨਾਲ ਚੱਲੀ ਆ ਵਰਕਿੰਗ ਕਲਚਰ ਬੜਾ ਇੰਪਰੂਵ ਹੋ ਗਿਆ ਹੁਣ ਤੇ ਤੁਸੀਂ ਦੁਨੀਆ ਚਲ ਆ ਸਕਦੇ ਕਰੋਨਾ ਚ ਤਾਂ ਇਹ ਵੀ ਹੋ ਗਿਆ ਸੀ ਨਾ ਵੀ ਜੇ ਕੋਈ ਫੋਨ ਤੇ ਕੰਮ ਵੀ ਕਹਿੰਦਾ ਕਿਸੇ ਨੂੰ ਅਗਲਾ ਕਹਿੰਦਾ ਵੀ ਕੰਮ ਕਰਾ ਦ ਬਸ ਆਈ ਕਰੋਨਾ ਹੀ ਤਾਂ ਹੋ ਗਿਆ ਸੀਗਾ ਜੀ ਵੀ ਉਹ ਕਹਿੰਦਾ ਜੀ ਤੂੰ ਮੇਰਾ ਬੈਸਟ ਫਰੈਂਡ ਹੀ ਤਾਂ ਏ ਜੇ ਮੇਰਾ ਹਾਲਚਲ ਪੁੱਛਣ ਆਵੇਂ ਆਈ ਤੂੰ ਮੇਰਾ ਸੰਜੀਰ ਹੈਗਾ ਸੋ ਇਸ ਕਰਕੇ ਜਿਹੜਾ ਹੈਗਾ ਜੀ ਬੈਸਟ ਫਰੈਂਡ ਜਿਹੜੀ ਹੈ ਨਾ ਦੋਸਤੀ ਆ ਇਹ ਕਰੋਨਾ ਚ ਮਤਲਬ ਮੈਂ ਕਹਿੰਦਾ ਵੀ ਖਤਮ ਹੋ ਗਈ ਸੀ ਮੈਂ ਹੱਸਦਾ ਹੁੰਨਾ ਅਕਸਰ ਉਹ ਕਹਿੰਦੇ ਕਿਵੇਂ ਮੈਂ ਜਦੋਂ ਗੁੰਡਾ ਨਹੀਂ ਨਾ ਮੁੜਿਆ ਸੀ ਹਾਂ ਤੁਹਾਨੂੰ ਯਾਦ ਆ ਸਾਨੂੰ ਗੁੰਦੇ ਵਾਲੀ ਗੁੜੀ ਵਾਲਾ ਉਹਨੇ ਕਹਿੰਦਾ ਗੁੰਦਿਆ ਜੇ ਯਾਰੀ ਆ ਮੜਿਆ ਗੁੰਡਾ ਵਿਚਾਰਾ ਮੜਿਆ ਨਾ ਕੁੱਟਦਾ ਬਿਲਕੁਲ ਸਹੀ ਹੈ ਜੀ ਸੋ ਇਹ ਹਾਂ ਚਲੋ ਆਪਾਂ ਇੱਥੇ ਤੁਹਾਡੇ ਬਿਜ਼ਨਸ ਤੇ ਹੀ ਆਉਣੇ ਆ ਹਨ ਇਸ ਦੇ ਵਿੱਚ ਹੁੰਦਾ ਕੀ ਆ ਤੁਸੀਂ ਜਿਵੇਂ ਦੱਸਿਓ ਵੀ ਆਰਬੀਆਈ ਲਈ ਕੰਮ ਕਰਦੇ ਹੋ ਹਨ ਤੁਸੀਂ ਜੋ ਸਰਕਾਰ ਜਾਂ ਕੋਈ ਅਦਾਰਾ ਹੈ ਜੀ ਮਤਲਬ ਉਹ ਤੁਹਾਡੇ ਤੋਂ ਇਹ ਚੀਜ਼ਾਂ ਰੈਂਟ ਤੇ ਲੈਣੇ ਰੈਂਟ ਤੇ ਲੈਣੇ ਹਾਂ ਹਾਂ ਇਹਨੂੰ ਇਹ ਜੀ ਇਨੂੰ ਜੇ ਟੈਕਨੀਕਲ ਨਾਮ ਦੇਖਿਆ ਜਾਵੇ ਤੇ ਇਹਨੂੰ 에어 ਟੈਕਸੀ ਸਰਵਿਸਿਜ਼ ਕਹਿੰਦੇ ਆ ਹਾਂ ਮੈਨੂੰ ਯਾਦ ਹੈ ਕਿ ਮੈਂ ਛੱਤੀਸਗੜ ਇੱਕ ਵਾਰ ਗਿਆ ਉਹ ਹੁਣ ਆਪਣੇ ਪੰਜਾਬੀ ਹੁੰਦੇ ਨਾ ਉਹਨਾਂ ਨੂੰ ਉਵੇਂ ਮਤਲਬ 2-4 ਮਿੰਟ ਚੁੱਪ ਬੈਣਾ ਮੁਸ਼ਕਲ ਹੋ ਜਾਂਦਾ ਤੇ ਮੈਂ ਉਹ ਗੱਡੀ ਵਾਲੇ ਨਾਲ ਗੱਲਾਂ ਗੁੱਲਾਂ ਕਰਨ ਲੱਗ ਪਿਆ ਉਹ ਵੀ ਖੁੱਲ ਗਿਆ ਗੱਲ-ਗੱਲ ਕਰਦੇ 2000-7-8 ਦੀ ਹੋਣੀ ਆ ਤੇ ਮੈਨੂੰ ਕਹਿੰਦਾ ਵੀ ਸਰਤਾਰ ਜੀ ਆਪ ਕੀ ਕੰਮ ਕਰਤੇ ਹਨ ਹੂੰ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਵੀ ਟੈਕਸੀ ਚਲਾਤਾ ਹੂੰ ਹੂੰ ਤੇ ਉਹ ਕਹਿੰਦਾ ਮਜ਼ਾਕ ਮਤ ਕੀਜੀਏ ਮੈਂ ਕਿਹਾ ਨਹੀਂ ਨਹੀਂ ਮਜ਼ਾਕ ਨਹੀਂ ਕਰ ਰਹਾ ਸੱਚ ਬਤਾ ਰਹਾ ਹੂੰ ਮੈਂ ਕਹਾ ਫਰਕ ਕਿੰਨਾ ਹੈ ਤੇਰੇ ਚਾਰ ਪਹੀਏ ਹਨ ਸਾਡੇ ਚਾਰ ਪੱਖੇ ਹਨ ਤਾਂ ਹੈ ਤਾਂ ਇਹ ਨੂੰ ਇਹਨੂੰ ਇਹ ਟੈਕਸੀ ਸਰਵਿਸਿਜ਼ ਵੀ ਕਹਿ ਦਿੰਦੇ ਆ ਸੋ ਇਹ ਨੂੰ ਜਿਹੜਾ ਹੈਗਾ ਗਵਰਨਮੈਂਟ ਵੀ ਯੂਜ਼ ਕਰਦੇ ਆ ਪ੍ਰਾਈਵੇਟ ਆਰਗੇਨਾਈਜੇਸ਼ਨਸ ਵੀ ਕਾਫੀ ਜਿਹੜਾ ਯੂਜੇਜ ਹੈਗੀ ਹੈ ਪ੍ਰੋਜੈਕਟਸ ਹੈਗੇ ਨੇ ਜੀ ਵੱਖਰੇ ਵੱਖਰੇ ਜਿਸ ਤਰ੍ਹਾਂ ਮੈਂ ਤੁਹਾਡੇ ਧਿਆਨ ਚ ਲੈ ਕੇ ਪੁਲਿਸ ਵੀ ਯੂਜ਼ ਹੁੰਦਾ ਆ ਸੋ ਇਸ ਤਰ੍ਹਾਂ ਦੇ ਪ੍ਰੋਜੈਕਟਸ ਦੀ ਵੱਖਰੇ ਵੱਖਰੇ ਜਿਹੜੀ ਹੈ ਸਾਡੀ ਟੌਪ ਟੌਪ 3 ਚੋਂ ਕਿਹਦਾ ਹਾਂ ਜੀ ਬੜੇ ਹਾਂ ਮੈਂ ਕੈਸਾ ਹਾਂ ਜੀ ਹਾਂ ਕਿ ਵਾਹਿਗੁਰੂ ਨੇ ਬੜੀਆ ਪਾਰ ਬਖਸ਼ਿਸ਼ ਕੀਤੀ ਹੈ ਕਿਉਂਕਿ ਮੇਰੀ ਮੈਂ ਜਿਹੜਾ ਫਰਸਟ ਜਨਰੇਸ਼ਨ ਆਪਣੇ ਫੈਮਿਲੀ ਦੀ ਕਿਉਂਕਿ ਮੇਰੇ ਗ੍ਰੈਂਡਫਾਦਰ ਪਟਰਨਲ ਗ੍ਰੈਂਡਫਾਦਰ ਵੀ ਪੁਲਿਸ ਸੀ ਮੇਰੇ ਮਟਰਨਲ ਗ੍ਰੈਂਡਫਾਦਰ ਵੀ ਪੁਲਿਸ ਸੀ ਮੇਰੇ ਫਾਦਰ ਵੀ ਪੁਲਿਸ ਸੀ ਸਾਡੀ ਫੈਮਿਲੀ 'ਚ ਕੋਈ ਬਿਜ਼ਨਸ ਹੈ ਨਹੀਂ ਤੇ ਮੈਂ ਪਹਿਲੀ ਜਨਰੇਸ਼ਨ ਆ ਤੇ ਕੁਦਰਤ ਨੇ ਬਹੁਤ ਬਖਸ਼ਿਸ਼ ਕੀਤੀ ਆ ਕਿ ਪਰ ਕੰਮ ਵੱਖਰਾ ਨਹੀਂ ਲੱਗਦਾ ਤੁਹਾਨੂੰ ਮਤਲਬ ਲੋਕਾਂ ਦੇ ਵੀ ਹੋਰ ਕੰਮ ਆ ਜੀ ਪਰ ਉਹ ਮਤਲਬ ਜੇ ਹੁਣ ਹੋ ਸਕਦਾ ਮਤਲਬ ਇਹ ਤਾਂ ਪੋਸੀਬਲ ਹੈ ਨਾ ਵੀ ਆਪਣੇ ਪੰਜਾਬ 'ਚ ਵੀ ਲੋਕ ਬਿਜ਼ਨਸ ਕਰਦੇ ਆ ਹੋ ਸਕਦਾ ਕਿਸੇ ਦਾ ਵੱਡਾ ਵੀ ਹੋਵੇ ਤੁਹਾਡਾ ਹਣਾ ਪਰ ਉਹ بڑا ਉਹ ਬਿਜ਼ਨਸ ਹੁੰਦਾ ਆ ਜਿਹੜੇ ਮਤਲਬ ਜਿਨ੍ਹਾਂ ਦਾ ਨੂੰ ਗਲੈਮਰਾਈਜ਼ ਨਹੀਂ ਕੀਤਾ ਜਾਂਦਾ ਬਿਲਕੁਲ ਇਹ ਬਿਜ਼ਨਸ ਇਹ ਗਲੈਮਰ ਆ ਬਿਲਹ ਹੈ ਇਹਦੇ ਵਿੱਚ ਵੀਰ ਹੈਗਾ ਕੋਈ ਸ਼ੱਕ ਵਾਲੀ ਗੱਲ ਨਹੀਂ ਇਹ ਇਹਦੇ ਵਿੱਚ ਗਲੈਮਰ ਹੈ ਕਿ ਰੈਕੋਗਨੀਸ਼ਨ ਹੈ ਜਦੋਂ ਅਸੀਂ ਕਿਤੇ ਜਾਂਦੇ ਵੀ ਆ ਜਦੋਂ 10 ਇੰਡਸਟਰੀ ਵਾਲੇ ਬੈਠੇ ਹੋ ਕੇ ਕਹਿੰਦੇ ਵੀ ਤੂੰ ਆ ਇਮਪੋਰਟ ਐਕਸਪੋਰਟ ਹੋ ਕਹਿੰਦਾ ਯੂ ਆਰ ਆ ਕਹਿੰਦਾ ਆਮ ਇੰਟੂ ਇਮਪੋਰਟ ਤੇ ਉਹ ਸਾਨੂੰ ਪੁੱਛਦੇ ਆ ਵੀ ਤੁਸੀਂ ਮੈਂ ਕਹਿੰਦਾ ਜੀ ਆਈ ਹੈਵ ਹੈਲੀਕਾਪਟਰਸ ਯਾ ਨਾਮ ਇਨਟੂ ਐਵੀਏਸ਼ਨ ਫਿਰ ਉਹ ਦੋ ਕਮੈਂਟ ਫਿਰ ਉਹ ਇਨਕਿਊਜ਼ਿਟਿਵ ਹੋ ਜਾਂਦੇ ਗੱਲਾਂ ਬਾਤਾ ਕਰਨੀ ਵੀ ਅੱਛਾ ਕਿਵੇਂ ਚੱਲਦਾ ਹੈ ਕਿਵੇਂ ਤੁਸੀਂ ਕਰਦੇ ਹੋ ਕੀ ਤੁਹਾਡੇ ਕਲਾਇੰਟ ਹੈ ਸੋ ਰੈਕੋਗਨੀਸ਼ਨ ਬੜੀ ਡਿਫਰੈਂਟ ਹੈ ਜੀ ਜੇ ਜੇ ਸ਼ੋ ਪੋਲੀਟੀਕਲ ਹੁੰਦਾ ਨਾ ਮੈਂ ਤੁਹਾਨੂੰ ਇੱਕ ਸਵਾਲ ਪੱਕਾ ਕਰਨਾ ਸੀ ਉਹ ਪੰਜਾਬ ਦੇ ਇੱਕ ਤੁਸੀਂ ਪਰਿਵਾਰ ਨੂੰ ਰਹਿ ਦੇ ਦਿੰਦੇ ਨਾ ਇਹ ਉਹ ਬਹੁਤ ਵਧੀਆ ਰਹਿੰਦਾ ਵਿਚਾਰੇ ਬੱਸਾਂ ਪਾ ਕੇ ਐਵੇਂ ਬਦਨਾਮ ਹੋ ਗਏ ਉਹ ਐਕਚੁਅਲੀ ਪਤਾ ਕੀ ਹੈ ਜੀ ਉਹ ਮੈਂ ਹੁਣ ਇਹਦਾ ਜੇ ਜਵਾਬ ਤੇ ਹੀ ਦੇ ਸਕਦਾ ਕੈਲੀਬਰ ਆਪਣਾ ਆਪਣਾ ਹੁੰਦਾ ਜੇ ਵੱਡੀ ਸੋਚ ਨਾਲ ਚੱਲੋਗੇ ਤਾਂ ਵੱਡੇ ਹੀ ਬਦੋਗੇ ਤੇ ਜੇ ਉਹਨੇ ਕਿ ਚੋਗੇ ਰਹਿ ਜਾਓਗੇ ਫਿਰ ਉਹਨੇ ਕਿ ਚੋਗੇ ਰਹਿ ਜਾਓਗੇ ਤਾਂ ਫਿਰ ਜਿਹੜਾ ਹੈਗਾ ਆ ਔਰ ਹਾਲੇ ਤਾਂ ਵੀ ਰਸੀ ਬੜੇ ਯੂਜ਼ਡ ਹੋ ਗਏ ਕਿ ਸਿਸਟਮ ਲੋਕ ਵੀ ਬਹੁਤ ਫੇਰ ਹੋ ਗਏ ਤੇ ਪਹਿਲਾਂ ਜਦੋਂ ਮੈਨੂੰ ਯਾਦ ਆ 2007 'ਚ ਹੈਲੀਕਾਪਟਰ ਜਾਂਦੇ ਹੁੰਦੇ ਸੀ ਨਾ ਤੇ ਜਦੋਂ ਜਾਣਾ ਜੀ ਇਲੈਕਸ਼ਨਾਂ ਦੇ ਵਿੱਚ ਤੇ ਸਾਡੇ ਕੋਲ ਨਾ ਉਹ ਵਿਚਾਰੇ ਜਿਹੜੇ ਲੋਕਲ ਲੀਡਰ ਨੇ ਸੁਣਾ ਆ ਕੇ ਸਾਨੂੰ ਪਰਚੀ ਕਹਿਣਾ ਸਰ ਜਹਾਜ਼ 'ਚ ਸੀਐਮ ਸਾਹਿਬ ਕੋ ਮੇਰੀ ਟਿਕਟ ਦੇ ਬਾਰੇ ਵਿੱਚ ਬੋਲ ਦੇਣਾ ਇਹ ਕਹਿੰਦੇ ਭਰਾਵਾ ਇਹ ਟੈਕਸੀ ਚ ਲਾਉਣ ਵਾਲੇ ਆ ਸੀਐਮ ਸਾਹਿਬ ਨੇ ਸਾਡੀ ਟਿਕਟ ਨਹੀਂ ਉਹ ਗੱਲ ਠੀਕ ਹੈ ਵੀ ਇਹ ਜਹਾਜ਼ 'ਚ ਬਹਿ ਕੇ ਨਾਲ ਆਏ ਆ ਪਰ ਟਿਕਟਾ ਸਾਡੇ ਕਰ ਨਹੀਂ ਉਹਨਾਂ ਨੂੰ ਐ ਲੱਗਦਾ ਵੀ ਇਹ ਜਹਾਜ਼ 'ਚ ਨਾਲ ਬਹਿ ਕੇ ਆਏ ਤੇ ਪਤਾ ਨਹੀਂ ਇਹੀ ਕਰਤਾ ਤਰਤਾ ਗਏ ਸਾਰੇ ਪਰ ਗੱਲ ਦਾ ਟੈਕਨੀਕਲੀ ਸਹੀ ਆ ਮਤਲਬ ਜੇ ਕਿਸੇ ਬੰਦੇ ਨੇ ਤੁਸੀਂ ਅੱਧਾ ਘੰਟਾ ਬਹਿ ਕੇ ਜਾਣਾ ਹੈ ਹੈਨਾ ਤਸ ਜਾਹਰ ਆ ਵੀ ਉਹ ਜਦ ਮੈਨੂੰ ਪਹਿਲੇ ਹੀ ਕਹਿਣਾ ਹੋਣਾ ਵੀ ਐਵੇਂ ਤਾਂ ਨਹੀਂ ਵੀ ਉਹ ਸਾਰੇ ਕੋਈ ਹੋਰ ਹੀ ਗੱਲਾਂ ਕਰੀ ਜਾਂਦੇ ਰਹਿਣਗੇ ਵੀ ਹਨਾ ਪਾਲਿਸੀਜ਼ ਦੀਆਂ ਹੀ ਨਾਰਮਲ ਗੱਲ ਵੀ ਹੁੰਦੀ ਹੋਣੀ ਆ ਮੈਂ ਤਾਂ ਥਰ ਕੋਈ ਅਸੀਰੀ ਗੱਲ ਸੁਣਾਓ ਜਿਹੜੀ ਕਿਤੇ ਸੀਐਮ ਨਾਲ ਤੁਸੀਂ ਬੈਠੇ ਹੋ ਜਾਂ ਕਿਸੇ ਇਹ ਜੇ ਬੰਦੇ ਨਾਲ ਜਿਹੜੀ ਹਵਾ ਚ ਹੋਈ ਹੋਵੇ ਨਹੀਂ ਦੇਖ ਕਈ ਐਕਸੀਡੈਂਟ ਹੁੰਦੇ ਪਰ ਚਲੋ ਉਹ ਤਾਂ ਕਾਕਪਿਟ ਮੈਨੂੰ ਹੈਲੀਕਾਪਟਰ ਵਾਲੇ ਉਹਦੇ ਕੰਫੀਨੈਂਸਰ ਕਈ ਘਾਸੇ ਕੇ ਬਜਾਗ ਦੇ ਗੱਲਾਂ ਚੱਲਦੀਆਂ ਹੈ ਨਹੀਂ ਬਟ ਇਹ ਆ ਵੀ ਇੱਕ ਚੀਜ਼ ਦੇਖਣ ਨੂੰ ਬੜੀ ਇੱਕ ਮੈਂ ਇਨਸੀਡੈਂਟ ਤੁਹਾਨੂੰ ਸ਼ੇਅਰ ਕਰੂੰਗਾ ਹਾਂ ਕਿ ਪੰਜਾਬ ਦੇ ਵਿੱਚ ਹਾਂ ਪੋਲਿਟਿਕਸ ਦੇ ਪ੍ਰਿੰਸ ਮਤਲਬ ਵਾਟ ਯੂ ਮੀਨ ਬਾਈ ਪੋਲਿਟਿਕਸ ਹਾਂ ਉਹ ਜਦੋਂ ਤੁਸੀਂ ਦੂਜੇ ਪਾਸੇ ਜਾ ਕੇ ਦੇਖਦੇ ਨਾ ਦੂਜੇ ਸ਼ੇਡ ਦੇ ਪਾਸੇ ਉਹਨਾਂ ਦੀ ਡੈਫੀਨੇਸ਼ਨ ਹੀ ਡਿਫਰੈਂਟ ਹੈ ਜਿਵੇਂ ਕਿ ਮੈਂ ਅੱਜ ਜਿਹੜਾ ਗੱਲ ਕਰ ਰਿਹਾ ਸੀ ਆਪਣੇ ਫਾਦਰ ਨਾਲ ਹੀ ਮੈਂ ਕਿਹਾ ਜੀ ਵੀ ਪੰਜਾਬ ਚ ਪੋਲਿਟਿਸ਼ਨ ਹੋਈ ਹੈ ਜਿਹਦੇ ਕੋ ਚਾਰ ਗਨ ਮੈਨ ਅੱਛਾ ਔਰ ਪਹਿਚਾਨ ਹੋ ਰਹੀ ਮਤਲਬ ਜਿਹੜਾ ਵੀ ਕੋਈ ਪਹਿਲਾਂ ਪੋਲਿਟਿਕਸ ਉਹਨਾਂ ਦੀ ਦੌੜਨ ਦੀ ਵੀ ਕਿਸੇ ਤਰੀਕੇ ਮੈਂ ਚਾਰ ਗਨਮੈਨ ਰੱਖ ਲਾਂ ਵੀ ਮੇਰੀ ਪਹਿਚਾਨ ਹੋ ਜੇ ਵੀ ਮੈਂ ਵੀ ਪੋਲਿਟਿਕਸ ਚ ਆਗਾ ਮੇਰੇ ਕੋ ਹਾਂ ਮੈਨੂੰ ਯਾਦ ਹੈ ਸਭ ਤੋਂ ਵਧੀਆ ਇਨਸੀਡੈਂਟ ਵਾਸ 2008 ਐਂਡ ਮੈਂ ਕਿਉਂਕਿ ਮੇਰੇ ਫਾਦਰ ਵੀ ਪੁਲਿਸ ਸੀ ਕਈ ਵਾਰ ਮੌਕਾ ਮਿਲਿਆ ਕਿ ਜਦੋਂ ਸੀਐਮ ਵਿਜ਼ਿਟਸ ਵਗੈਰਾ ਹੁੰਦੀਆਂ ਸੀਗੀਆਂ ਤਾਂ ਮੈਂ ਉਹ ਆਦੀ ਸੀ ਉਸ ਕੌਨਵੇ ਦਾ ਦੇਖਣ ਦਾ ਤੇ 2007 ਦੀ ਗੱਲ ਆ ਕਿ ਮੈਂ ਬੁਬਨੇਸ਼ਵਰ ਚਲੇਗਾ ਮੇਰਾ ਹੈਲੀਕਾਪਟਰ ਸੀ ਤੇ ਉੱਥੇ ਨਵੀਨ ਪਟਾਏ ਜੀ ਨੇ ਆਉਣਾ ਸੀਗਾ ਹਾਂ ਤੇ ਉਹ ਖੜੇ ਹੋ ਗਏ ਸਾਰੇ ਜਣੇ ਵੀ ਸੀਐਮ ਆ ਰਿਹਾ ਸੀਐਮ ਆ ਰਿਹਾ ਹੁਣ ਮੈਂ ਮੇਰੀਆਂ ਅੱਖਾਂ ਤਰਸਣੀਆਂ ਉਹ ਪੰਜਾਬ ਦੇ ਮਾਹੌਲ ਵੇਖਣ ਵਾਲੀਆਂ ਵੀ ਹੁਣ ਸੀਐਮ ਆਊਗਾ 10 ਗੱਡੀਆਂ ਅੱਗੇ ਹੋਣਗੀਆਂ 10 ਗੱਡੀਆਂ ਪਿੱਛੇ ਹੋਣਗੀਆਂ ਟੌਂਗ 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 ਕਰਦੇ ਆਉਣਗੇ ਤੇ ਉਹ ਜਦੋਂ ਆਏ ਨਵੀਨ ਪਟਾਏ ਜੀ ਮੈਨੂੰ ਯਾਦ ਇੱਕ ਮਹਿੰਦਰਾ ਜੀਪ ਸੀ ਉਰੇ ਜੇ ਦੋ ਗੱਲ ਮੈਂ ਡੰਡੇ ਲੈ ਕੇ ਹਾਂ ਤੇ ਸਿਆਣ ਸਾਹਿਬ ਪਿੱਛੇ ਇਸ ਟੀਮ ਦੇ ਵਿੱਚ ਤੇ ਮੈਂ ਜਦੋਂ ਉਹ ਗੱਡੀਆਂ ਆ ਗਿਆ ਨਾ ਤੇ ਮੈਨੂੰ ਲੱਗਾ ਵੀ ਉਹ ਜਦੋਂ ਉਹ ਪਹਿਲੀ ਪਾਰਟੀ ਨਹੀਂ ਹੁੰਦੀ ਹੁੰਦੀ ਫਰਸਟ ਪਾਰਟੀ ਜਣੀ ਉਹ ਮੈਨੂੰ ਰਾਜ ਆ ਛਡਾਉਣੀ ਆਇਆ ਇਹਦੇ ਰਾਜ ਛਾਉਣ ਤੇ ਮੈਂ ਉਹਨਾਂ ਨੂੰ ਉਹ ਗੱਡੀ ਤੇ ਨਾਉਂਦੀ ਮੈਂ ਕਿਹਾ ਲੱਗਦਾ ਵੀ ਪਾਰਟੀ ਆ ਗਈ ਵੀ ਸੀਐਮ ਸਾਹਿਬ ਕਹਿੰਦਾ ਸਰ ਇਹਦੇ ਚ ਹੀ ਬੈਠੇ ਸੀਐਮ ਆ ਰਹੇ ਸੋ ਐਸੇ ਬੜੇ ਇੱਕ ਮਤਲਬ ਵੱਖਰੀ ਵੱਖਰੀ ਚੀਜ਼ਾਂ ਵੱਖਰੇ ਵੱਖਰੇ ਸਟੇਟਸ ਦੇਖਣ ਨੂੰ ਮਿਲਦੀਆਂ ਆ ਕਈ ਐਸੀਆਂ ਥਾਵਾਂ ਆ ਕਿਉਂਕਿ ਇੱਕ ਤਾਂ ਇਹ ਆ ਕਿ ਮੈਂ ਵਿੱਚ ਤਾਂ ਰੁਕਦਾ ਬੰਦਾ ਜੀ ਨੂੰ ਪਿਆਰ ਕਰਦਾ ਜੀ ਬੰਦਾ ਉਹਨੂੰ ਨਿੰਦਣ ਦੇ ਹੱਕ ਵੀ ਆਪਦੇ ਕੋਲੇ ਰੱਖਦਾ ਜੀ ਮਤਲਬ ਹੁਣ ਆਪਾਂ ਸਾਰੇ ਪੰਜਾਬੀ ਆ ਜੀ ਅੱਛਾ ਜੇ ਪੰਜਾਬ ਨੂੰ ਕੋਈ ਮਾੜਾ ਮੋਟਾ ਕਿਸੇ ਗੱਲ ਤੇ ਨਿੰਦਣਾ ਉਹ ਆਪਾਂ ਹੀ ਨਿੰਦ ਸਕਦੇ ਠੀਕ ਆ ਹੋਰ ਕੋਈ ਨਿੰਦੇ ਆਪਾਂ ਨੂੰ ਰੱਖਾਉਂਦਾ ਬਿਲਕੁਲ ਚਲੋ ਹੁਣ ਥੋੜਾ ਨਿੰਦ ਵੀ ਲੈਨੇ ਆ ਆਪਣੇ ਵਾਲੇ ਵੈਸੇ ਜਹਾਜ਼ 'ਚ ਬੈਠ ਕੇ ਜ਼ਿਆਦਾ ਤੰਗ ਕਰਦੇ ਕਿ ਬਾਹਰਲੇ ਬਿਲਕੁਲ ਵਾਸੂ ਆਪਣੇ ਆਪਣੇ ਵਾਲੇ ਜਾਤ ਚ ਪੈ ਕੇ ਰਿਸ਼ਤੇਦਾਰੀ ਲੱਭਣ ਲੱਪੈਂਦੇ ਆ ਵੀ ਭਾਬ ਕਾਕਾ ਜੀ ਕਿਹੜੇ ਪਿੰਡ ਤੋਂ ਕਿੱਥੋਂ ਆ ਗਾ ਫਿਰ ਬੰਦੇ ਲਾਦਾ ਵੀ ਹੁਣੇ ਪਤਨੀ ਇਹਨੇ ਕਿਹੜਾ ਸੱਪ ਘੜ ਦੇਣਾ ਉਹ ਇਸ ਕਰਕੇ ਠੀਕ ਹੈ ਜੀ ਸਾਰੇ ਸਾਰਿਆਂ ਦਾ ਮੁਹੱਬਤ ਹੈ ਜੀ ਮੇਰੀ ਤਾਂ ਮੈਂ ਤਾਂ ਮੈਨੂੰ ਬੜੀ ਬਾਰ ਮੌਕਾ ਮਿਲਿਆ ਪੰਜਾਬ ਸਰਕਾਰ ਦੇ ਵਿੱਚ ਵੀ ਕੰਮ ਕਰਨ ਦਾ ਬੜਾ ਰਿਣੀ ਆ ਮੈਨੂੰ ਇੱਥੋਂ ਵੀ ਮੇਰੇ ਸਟੇਟ ਚੋਂ ਵੀ ਬਹੁਤ ਜਿਹੜੀ ਹੈਗੀ ਹੈ ਮੁਹੱਬਤ ਮਿਲੀ ਹੈਗੀ ਹੈ ਸੋ ਇਸ ਕਰਕੇ ਸਾਰਾ ਕੁਝ ਠੀਕ ਹੀ ਪੋਜ਼ਿਟਿਵ ਵੀ ਰਿਹਾ ਜੀ ਲਾਈਫ ਚ ਅਸਾਂ ਮੈਨੂੰ ਇਹ ਦੱਸੋ ਵੀ ਖੁੱਦ ਏ ਤੁਹਾਡੇ ਚਾਹਜ ਆ ਡੈਡੀ ਤੁਹਾਡੇ ਅੱਜ ਟ੍ਰੇਨ ਤੇ ਗਏ ਅਸਾਂ ਉਹ ਦਿਨਾਂ ਨਾਲ ਐਕਚੁਅਲੀ ਸਾਡੀ ਮੈਂ ਹੀ ਗੱਲ ਕਹੂੰਗਾ ਜੀ ਸਾਡੀ ਫੈਮਿਲੀ ਜਿੱਥੇ ਪਹੁੰਚੀ ਹੈ ਉਹ ਵਿਦਾਊਟ ਗੋਡਫਾਦਰ ਪਹੁੰਚੀ ਹੈ ਔਰ ਇਹਦਾ ਇੱਕੋ ਰੀਜ਼ਨ ਰਿਹਾ ਕਿ ਸਾਡੇ ਫਾਦਰ ਨੇ ਹਮੇਸ਼ਾ ਨਾ ਜ਼ਮੀਨ ਛੱਡੀ ਹੈ ਤੇ ਨਾ ਸਾਨੂੰ ਛੱਡਣ ਦਿੱਤੀ ਐ ਮੈਨੂੰ ਯਾਦ ਹੈ ਜਦੋਂ ਮੇਰੇ ਫਾਦਰ ਸਕੂਲ ਆਉਂਦੇ ਹੁੰਦੇ ਸੀਗੇ ਜਦੋਂ ਅਸੀਂ ਸਕੂਲ 'ਚ ਪੜ੍ਹਦੇ ਹੁੰਦੇ ਸੀ ਤੇ ਉਹਨਾਂ ਦਾ ਟੀਚਰਸ ਨੂੰ ਇਹ ਕਦੀ ਵੀ ਸਵਾਲ ਨਹੀਂ ਸੀ ਹੁੰਦਾ ਕਿ ਇਹਨਾਂ ਦੇ ਨੰਬਰ ਕਿੰਨੇ ਆਏ ਹੀ ਆਲਵੇਜ਼ ਯੂਸ ਟੂ ਸੇ ਆਈ نو ਮਾਈ ਕਿਡ ਆਰ ਇੰਟੈਲੀਜੈਂਟ ਇਨਫ ਆਮ ਕੰਫੀਡੈਂਟ ਕਿ ਦੇ ਵਿਲ ਸਕੋਰ ਪਾਸਿੰਗ ਮਾਰਕਸ ਤੇ ਬਟ ਉਹਨਾਂ ਦਾ ਹਮੇਸ਼ਾ ਇੱਕ ਚੀਜ਼ ਇਹ ਹੁੰਦਾ ਸੀ ਵੀ ਇਹ ਕਿਤੇ ਮੇਰੇ ਨਿਆਣੇ ਆ ਕੇ ਇੱਥੇ ਇਹ ਤਾਂ ਨਹੀਂ ਕਹਿੰਦੇ ਵੀ ਅਸੀਂ ਐਸਐਸਪੀ ਦੇ ਬੱਚੇ ਆ ਯਾ ਐਸਪੀ ਦੇ ਬੱਚੇ ਆ ਸੋ ਉਹਨਾਂ ਨੇ ਹਮੇਸ਼ਾ ਆਪਣੀ ਲਾਈਫ ਵੀ ਔਰ ਅਪਬ੍ਰਿੰਗਿੰਗ ਜਿਹੜੀ ਹੈ ਸਾਡੀ ਵੀ ਉਹ ਇਸ ਤਰ੍ਹਾਂ ਦੀ ਰੱਖੀ ਹੈ ਕਿ ਸਾਨੂੰ ਕਦੀ ਇਹ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਸਾਡੇ ਕੋਲ ਕੀ ਹੈ ਕੀ ਨਹੀਂ ਹੈ ਨਾ ਅਸੀਂ ਮਾੜੇ ਟਾਈਮ ਚ ਕਦੀ ਘਬਰਾਏ ਆ ਨਾ ਚੰਗੇ ਟਾਈਮ ਚ ਕਦੀ ਇਹਦਾ ਮਹਿਸੂਸ ਕੀਤਾ ਹੈ ਕਿ ਬਸ ਦੁਨੀਆ ਸਾਡੇ ਪੈਰਾਂ ਤੇ ਹੈ ਮੈਂ ਇੱਕ ਸਵਾਲ ਪੁੱਛਣਾ ਚਾਹਣਾ ਔਰ ਮੈਂ ਯਕੀਨ ਕਰਦਾ ਆਪਾਂ ਜਿੰਨਾ ਇੱਕ ਟਾਈਮ ਦੇ ਵੀ ਮਿਲਿਆ ਹਾਲਾਂਕਿ ਮੈਂ ਤੁਹਾਨੂੰ ਪਹਿਲੀ ਵਾਰ ਮਿਲਿਆ ਅ ਅਮੀਰ ਕਰਦੇ ਆਪਾਂ ਮਿਲਦੇ ਰਹਾਂਗੇ ਹਾਂ ਅ ਬੜੀ ਇਮਾਨਦਾਰੀ ਨਾਲ ਇੱਥੇ ਜੇ ਅਸੀਂ ਦਿਖ ਗਏ ਅ ਕਾਮਯਾਬ ਕਿਸੇ ਵੀ ਬਿਜ਼ਨਸ ਨੂੰ ਲੈ ਕੇ ਹਨ ਅਸੀਂ ਦੇ ਲਈ ਜ਼ਿਆਦਾ ਸਿੱਟ ਰਹੇ ਹਾਂ ਜਾਂ ਸੱਚੀ ਮੁਸ਼ਕਿਲ ਦਾ ਕੰਮ ਅ ਵੀਰ ਜੀ ਮੈਂ ਤੁਹਾਨੂੰ ਆਪਣਾ ਪਰਸਨਲ ਐਕਸਪੀਰੀਅੰਸ ਦੱਸਾਂ ਕਿ ਗੱਲ ਇਹ ਹੈ ਕਿ ਪਹਿਲੀ ਗੱਲ ਤੇ ਹੈ ਵੀ ਯੂ ਹੈਵ ਟੂ ਬੀ ਕੌਨਫिडेंट ਅਬਾਊਟ ਯੋਰਸੈlf 80-90% ਪਤਾ ਪ੍ਰੋਬਲਮ ਕੀ ਹੈ ਜੀ ਮੈਂ ਤਾਂ ਹੁਣ ਸਾਰਾ ਦਿਨ ਪੰਜਾਬ ਦੇ ਨੌਜਵਾਨਾਂ ਚ ਰਹਿਣਾ ਕਿਸੇ ਦੀ ਵਿਜਨ ਹੀ ਨਹੀਂ ਕਿਸੇ ਦਾ ਗੋਲ ਨਹੀਂ ਨਵਰੀਤ ਵੀਰ ਆਪ ਜੀ ਵੀ ਮੈਨੂੰ ਆਮ ਸ਼ੋਰ ਜਦੋਂ ਤੁਸੀਂ ਆਪਣਾ ਕੈਰੀਅਰ ਸ਼ੁਰੂ ਕੀਤਾ ਹੋਗਾ ਇੱਕ ਤੁਹਾਡੀ ਏਮ ਹੋਗਾ ਯਾਰ ਮੈਂ ਲਾਈਫ ਚਾਹ ਬਣਨਾ ਮੇ ਬੀ ਇਨ ਮੀਡੀਆ ਮੇ ਬੀਨ ਬਿਜ਼ਨਸ ਮੇਬੀ ਸਮ ਚਿਲਡਰਨ ਹੈਵ ਆਈਪੀਐਸ ਜਾਂ ਆਈਏਐਸ ਅਫਸਰ ਜਿਹੜੇ ਬਣਨਾ ਚਾਹੁੰਦੇ ਆ ਠੀਕ ਹੈ ਉਹਨੂੰ ਅਚੀਵ ਕਰਨ ਲਈ ਮੇਬੀ ਤੁਸੀਂ 60 ਸਾਲ ਦੀ ਉਮਰ ਤੱਕ ਜੋ ਤੁਸੀਂ ਡ੍ਰੀਮ ਕੀਤੀ ਹੋਗੀ ਯਾਰ ਇੱਕ ਦਿਨ ਮੈਂ ਆਪ ਮੁਰਨਾ ਉਹਨੂੰ ਪਹੁੰਚਦੇ ਪਹੁੰਚਦੇ ਤੁਹਾਨੂੰ ਜ਼ਿੰਦਗੀ ਦੇ 20 ਸਾਲੀਆਂ 25 ਸਾਲ ਲੱਗ ਜਾਣ ਬਟ ਐਟ ਲੀਸਟ ਤੁਸੀਂ ਉਸ ਡਾਇਰੈਕਸ਼ਨ ਦੇ ਪੋਜ਼ਿਟਿਵਲੀ ਤੇ ਚੱਲ ਹੀ ਰਹੇ ਹੋ ਨਾ ਹੁਣ ਇੱਥੇ ਪ੍ਰੋਬਲਮ ਪੰਜਾਬ ਦੇ ਵਿੱਚ ਵੀਰ ਮੈਂ ਸਭ ਤੋਂ ਵੱਡੀ ਮੈਨੂੰ ਇਹ ਇਹ ਮਹਿਸੂਸ ਹੁੰਦੀ ਹੈ ਵੀ ਵਿਜ਼ਨ ਹੀ ਹੈ ਨਹੀਂ ਕਿਸੇ ਦੀ ਕਿਸੇ ਵੀ ਬੱਚੇ ਨੂੰ ਜੇ ਪੁੱਛ ਲੋ ਤੇ ਉਹਨਾਂ ਦਾ ਹੁਣ ਤੇ ਇੱਕੋ ਹੀ ਨਜ਼ਰੀਆ ਬਸ ਲਾਈਫ ਦਾ ਕਿ ਭਈ ਫੋਰਨ ਜਾਣਾ ਹੈ ਕੈਨੇਡਾ ਜਾਣਾ ਹੈ ਮੈਨੂੰ ਕੋਈ ਬਹੁਤ ਘੱਟ ਬੱਚੇ ਆ ਜਿਹੜੇ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਕੋਈ ਟੱਕਰਿਆ ਹੋਵੇ ਕਿ ਜੀ ਮੈਂ ਆਈਪੀਐਸ ਬਣਨਾ ਚਾਹੁੰਨਾ ਮੈਂ ਆਈਐਸ ਬਣਨਾ ਚਾਹੁੰਨਾ ਮੈਂ ਪਾਇਲਟ ਬਣਨਾ ਚਾਹੁੰਨਾ ਮੈਂ ਇਹ ਕਰਨਾ ਚਾਹੁੰਨਾ ਸੋ ਇੰਨਾ ਔਖਾ ਨਹੀਂ ਹੈਗਾ ਪਰ ਸਾਡੀ ਜਿਹੜੀ ਹੈ ਨਾ ਵਿਲ ਯੰਗਸਟਰਸ ਦੀ ਉਹ ਡੇ ਬਾਏ ਡੇ ਕਮਜ਼ੋਰ ਹੁੰਦੀ ਜਾਂਦੀ ਉਹ ਮੈਨੂੰ ਕਾਰ ਨਹੀਂ ਸਮਝ ਆਇਆ ਕਿਉਂ ਮਤਲਬ ਮੈਂ ਹੁਣ ਸਕੂਲ ਚ ਜਾਣਾ ਜੀ ਦਾ ਕਾਰਨ ਇਹ ਵੀ ਹੋ ਸਕਦਾ ਵੀ ਕੈਨੇਡਾ ਹੁਣ ਤੱਕ ਹੁਣ ਤਾਂ ਥੋੜਾ ਜਿਹਾ ਔਖਾ ਹੈਗਾ ਈਜ਼ੀ ਰਹਾ ਜਿਵੇਂ ਕਿ ਉੱਥੇ ਬੇਸਿਕ ਕੰਮ ਆ ਜਿਹੜੇ ਹਨ ਉਹ ਕਰਕੇ ਵੀ ਚੰਗੇ ਪੈਸੇ ਕਮਾਏ ਜਾ ਸਕਦੇ ਇਸ ਜਦ ਕਿ ਇੱਥੇ ਬੜਾ ਕ੍ਰੀਏਟਿਵ ਹੋਣਾ ਪੈਂਦਾ ਤੇ ਬੜਾ ਮੈਂ ਕਹਣਾ ਵੀ ਮੈਂ ਕਿਸੇ ਦੀ ਬੇਇੱਜ਼ਤੀ ਨਹੀਂ ਕਰਦਾ ਪਰ ਮੈਂ ਕਹਿੰਦਾ ਇੱਥੇ ਐਵਰੇਜ ਰਹਿ ਕੇ ਨਹੀਂ ਚੱਲਿਆ ਜਾ ਸਕਦਾ ਨਹੀਂ ਮੈਂ ਇਸ ਚੀਜ਼ ਨੂੰ ਵੀ ਰਕਾਂਟ੍ਰੈਡ ਕਰੂੰਗਾ ਓਕੇ ਮੈਂ ਮੈਂ ਬੜੀ ਹੈਰਾਨੀ ਵਾਲੀ ਗੱਲ ਹੈ ਇੱਕ ਦਿਨ ਮੈਂ ਆਪਣੇ ਬ੍ਰਦਰ ਨਾਲ ਗਿਆ ਉਹ ਗਿਆ ਹੋਇਆ ਸੀਗਾ ਉਹ ਹੀ ਹੈਡ ਗੋਨ ਟੂ ਅ ਬਾਰਬਰ ਸ਼ਾਪ ਤੇ ਉਹ ਜਦੋਂ ਗਿਆ ਤੇ ਉਹਨੇ ਉੱਥੇ ਜਾ ਕੇ ਪੁੱਛਿਆ ਵੀ ਯਾਰ ਉਹ ਫਲਾਣਾ ਬੰਦਾ ਹੈ ਨਹੀਂ ਵੀ ਕਰਕੇ ਵੀ ਮੈਂ ਪਿਛਲੀ ਵਾਰ ਦੋ ਤਿੰਨ ਵਾਰ ਵਾਲ ਕਟਾਉਣ ਆਇਆ ਵੀ ਹਾਲੇ ਤੱਕ ਉਹ ਹੈ ਨਹੀਂ ਉਹ ਕਹਿੰਦਾ ਜੀ ਉਹ ਇੰਗਲੈਂਡ ਕੋਰਸ ਕਰਨ ਗਿਆ ਹੋਇਆ ਸੋ ਇਫ ਯੂ ਸੀ ਵੀਰ ਕੀ ਜਦੋਂ ਵੈਨ ਵੀ ਵਰ ਗਰੋਇੰਗ ਹਮ ਉਦੋਂ ਕੈਰੀਅਰ ਬਹੁਤ ਕਨਫਾਈਨਡ ਸੀ ਜੀ ਤੁਹਾਡੀ ਫੈਮਿਲੀ ਚ ਐਜੂਕੇਟਿਡ ਬੱਚਾ ਮੈਡੀਕਲ ਕਰੋ ਹਮ ਠੀਕ ਹੈ ਜੀ ਜਿਹਨਾਂ ਮੈਥਸ ਇੰਟਰਸਟ ਲੱਗਦਾ ਉਹ ਨਾਨ ਮੈਡੀਕਲ ਕਰੋ ਵੀਰ ਠੀਕ ਹੈ ਜੀ ਤੇ ਜਿਹੜੇ ਬੱਚੇ ਨੂੰ ਘਰ ਦੇਉਣ ਲੱਗਦਾ ਸੀਗਾ ਵੀ ਧੱਕੇ ਧੁੱਕੇ ਨਾਲ ਤੋਰ ਲਾਂਗੇ ਉਹਨੂੰ ਲੋਚ ਕਰ ਦਿੰਦੇ ਹੁੰਦੇ ਸੀਗੇ ਤੇ ਜਿਹੜਾ ਪਤਾ ਸੀ ਵੀ ਘਰ ਦੇਣ ਵਿੱਚ ਹਥਿਆਰ ਛਿੱਟਤੇ ਤਾਂ ਉਹ ਸਾਡੇ ਟਾਈਪ ਦੇ ਨੂੰ ਹੁੰਦਾ ਸੀ ਵੀ ਆਰਟਸ ਦੇ ਵਿੱਚ ਮੈਨ ਐਡਮਿਸ਼ਨ ਮਿਲ ਜੇ ਨੇ ਦਿਸ ਇਜ਼ ਵਰਦੀ ਕੈਰੀਅਰਸ ਬਟ ਤੁਸੀਂ ਅੱਜ ਦਾ ਦੇਖੋ ਵੀ ਸਿੰਗਰਸ ਆਰ देयर ਪ੍ਰੋਫੈਸ਼ਨਲ ਸਿੰਗਰਸ ਆਰ देयर ਠੀਕ ਹੈ ਜੀ ਬਾਲ ਕੱਟਣ ਵਾਲੇ ਜਿਹੜੇ ਏਅਰ ਮੇਕਿੰਗ ਮਨੀ ਠੀਕ ਹੈ ਜੀ ਫਿਰ ਤੁਸੀਂ ਇਹਦੇ ਦੇਖੋ ਖੇਤੀਚਰੇ ਲੋਕ ਲੱਗੇ ਹੋਏ ਨੇ ਉਹ ਚੰਗਾ ਪੈਸਾ ਕਮਾ ਰਹੇ ਆ ਪੋਟੈਟੋ ਕਿੰਗਸ ਹੈਗੇ ਆ ਇੰਡਸਟਰੀ ਦੇ ਵਿੱਚ ਜਿਹੜੇ ਲੱਗੇ ਹੈਗੇ ਜਿਹੜੇ ਹੁਣ ਸਾਡੇ ਵਰਗੇ ਐਵੀਏਸ਼ਨ ਚ ਗਏ ਸੀ ਅੱਛਾ ਲਾਈਫ ਤੇ ਵਿੱਚ ਕਰ ਰਹੇ ਹੈਗੇ ਸੋ ਐਸਾ ਨਹੀਂ ਹੈ ਕਿ ਮੈਂ ਤੇ ਇਹ ਸਦਾ ਓਵਰ ਦਾ ਟਾਈਮ ਓਪਰਚੁਨਿਟੀਆਂ ਵਧੀਆਂ ਪਰ ਸਾਡੀ ਵਿਲ ਜਿਹੜੀ ਹੈ ਨਾ ਵੀਰ ਉਹ ਉਹ ਮਤਲਬ ਜਿਹਨੂੰ ਡਾਇਰੈਕਸ਼ਨਲੈਸ ਹੋ ਗਈ ਹੈ ਅਸੀਂ ਹੁਣ ਜਿਨ੍ਹਾਂ ਨੂੰ ਤੁਸੀਂ ਆਪ ਜੀ ਨੇ ਕਿਹਾ ਮੈਨੂੰ ਯਾਦ ਹੈ ਕੁਦਰਤੀ ਮਾਹੌਲ ਵੀ ਵਧੀਆ ਉਹੀ ਗੱਲ ਵਾਲਾ ਹੋ ਗਿਆ ਸਾਹਮਣੇ ਮੈਨੂੰ 1995 ਦੇ ਵਿੱਚ ਮੈਂ ਕੈਨੇਡਾ ਗਿਆ ਜੀ ਤੇ ਵੈਨਕੂਵਰ ਦੇ ਵਿੱਚ ਨਾ ਬਲੂ ਬੈਰੀ ਫਾਰਮਸ ਹੈ ਜੀ ਬਹੁਤ ਵੱਡੇ ਵੱਡੇ ਅੱਛਾ ਤੇ ਅਸੀਂ ਰਾਤ ਨੂੰ ਸਾਡੀ ਫਲਾਈਟ ਲੈਂਡ ਕੀਤੀ ਤੇ ਸਵਰੇ ਤਾਇਆ ਜੀ ਉਹਨਾਂ ਨੇ ਕੰਮ ਜਾਣਾ ਸੀਗਾ ਤੇ ਮੈਨੂੰ ਕਹਿੰਦੇ ਕਹਿੰਦੇ ਉਹਨਾਂ ਦਾ ਪਿਛੇ 30 ਏਕੜ ਦਾ ਘਰ ਦੇ ਨਾਲ ਬਲੂ ਬੈਰੀ ਦਾ ਫਾਰਮ ਸੀਗਾ ਸੋ ਮੈਂ ਜਦੋਂ ਜਦੋਂ ਗਿਆ ਜੀ ਉੱਥੇ ਤਾਂ ਬਲੂਬੈਰੀ ਦੇ ਫਾਰਮ ਦੇ ਉੱਤੇ ਤੇ ਮੈਂ ਤਾਇਆ ਜੀ ਕਹਿੰਦੇ ਵੀ ਅਸੀਂ ਬੇਟੇ ਰਾਤ ਹੋ ਗਈ ਹੈ ਵੀ ਤੁਸੀਂ ਲੈਂਡ ਕੀਤੇ ਅਸੀਂ ਸਵੇਰੇ ਕੰਮ ਤੇ ਚੱਲਣਾ ਤੁਸੀਂ ਫਾਰਮ ਤੇ ਚੱਲ ਜਿਓ ਮੈਂ ਜਦੋਂ ਵੀਰ ਫਾਰਮ ਤੇ ਗਿਆ ਤੇ ਮੈਂ ਦੇਖ ਕੇ ਹਨ ਹੋ ਗਿਆ ਕਿ 70 70 75 75 ਸਾਲ ਦੇ ਬਜ਼ੁਰਗ ਉੱਥੇ ਬਲੂਬੈਰੀ ਤੋੜ ਰਹੇ ਤੇ ਮੈਂ ਉਹਨਾਂ ਨੂੰ ਬਜ਼ੁਰਗਾਂ ਨੂੰ ਕਿਹਾ ਮੈਂ ਜੀ ਮੇਰੀ ਗੱਲ ਸੁਣੋ ਕਹਿੰਦੇ ਕੀ ਮੈਂ ਕਹਾਂ ਜੀ ਵੀ ਇੱਥੇ ਆ ਕੇ ਤੁਸੀਂ ਬਲੂ ਬੈਰੀਆਂ ਤੋੜਨ ਦੇ 70 ਸਾਲ ਦੀ ਉਮਰ 'ਚ ਜੇ ਆਪਣੇ ਮੁਲਕ 'ਚ ਆਪਾਂ ਨੂੰ ਸਰਦਾਰੀ ਮਿਲਦੀ ਔਥੇ ਅਸੀਂ ਪਾਣੀ ਦਾ ਗਲਾਸ ਵੀ ਨਹੀਂ ਫੜਨਾ ਪਸੰਦ ਕਰਦੇ ਔਥੇ ਅਸੀਂ ਕਹਿੰਦੇ ਵੀ ਅਸੀਂ ਘਰ ਦੇ ਸਰਦਾਰ ਆਂ ਪਾਣੀ ਦਾ ਗਲਾਸ ਵੀ ਸਾਨੂੰ ਕੋਈ ਫੜਾਵੇ ਸੋ ਜਿਹੜੀ ਵਿਲਨ ਵੀਰ ਉਹ ਓਵਰ ਦਾ ਟਾਈਮ ਘਟਦੀ ਜਾਂਦੀ ਆ ਸਾਡਾ ਇਹ ਚੁੱਕ ਹੋ ਚੁੱਕਾ ਵੀ ਸਾਨੂੰ ਇੱਥੇ ਕੰਮ ਨਾ ਕਰਨਾ ਪਵੇ ਫੋਰਨ ਜਾ ਕੇ ਅਸੀਂ ਭਾਵੇਂ 16 ਦੇ 17 ਘੰਟੇ ਕੰਮ ਕਰ ਲਈ ਉਹ ਉਹ ਸਾਨੂੰ ਐਕਸੈਪਟਡ ਆ ਬਟ ਮੈਂ ਤੁਹਾਨੂੰ ਬੜੇ ਦਿਲ ਨਾਲ ਕਹਿ ਸਕਦਾ ਕੇ اور ਵਿਸ਼ਵਾਸ ਨਾ ਕਰਦਾ ਕਿ ਜੇ ਬੰਦਾ ਹਿੰਦੁਸਤਾਨ ਚ ਵੀ ਮਿਹਨਤ ਕਰੇ ਨਾ ਡੈਡੀਕੇਟ ਕਰੇ ਆਪਣੇ ਗੋਲ ਦੇ ਲਈ ਵੀ ਆ ਮੇਰਾ ਮਿਸ਼ਨ ਆ ਯਾਰ ਆ ਮੇਰਾ ਗੋਲ ਹੈ ਮੈਂ ਇਸ ਲਈ ਕੰਮ ਕਰਨਾ ਤੇ ਤੁਸੀਂ ਸਭ ਕੁਝ ਅਚੀਵ ਕਰ ਸਕਦੇ ਯੂ ਕੈਨ ਅਚੀਵ ਐਨੀਥਿੰਗ ਅੱਛਾ ਇਹ ਗ੍ਰੇਡਿੰਗ ਹੋ ਰਹੀ ਹੈ ਦੀ ਹਾਂਜੀ ਇਹ ਸਾਡੇ ਹਮ ਕਿੰਨੇ ਤਰ੍ਹਾਂ ਦਾ ਕੱਢ ਰਹੇ ਆ ਜੀ ਸਿਰ ਅਸੀਂ ਮਾਗੇ ਐਕਚੁਅਲੀ ਤਾਂ ਮਾਗੇ ਤਿੰਨ ਤਰ੍ਹਾਂ ਦੇ ਹੁੰਦੇ ਪਰ ਇਸ ਟਾਈਮ ਤੋਂ ਮਾਗੇ ਚਾਰ ਤਰ੍ਹਾਂ ਦੇ ਨਿਕਲ ਰਹੇ ਆ ਅੱਛਾ ਚਾਰ ਤਰ੍ਹਾਂ ਦੇ ਹਾਂਜੀ ਚਾਰ ਬ੍ਰੈਡ ਨਿਕਲੇ ਹੈ ਤੁਹਾਨੂੰ ਬ੍ਰੈਡ ਦਾ ਨਿਕਲਾ ਬੀ ਸੀ ਡੀ ਤੱਕ ਨਾ ਸਹੀ ਹੈ ਇਹ ਸਾਰੇ ਇੱਥੋਂ ਹੀ ਆਪਣੇ ਇਹ ਅੱਛਾ ਇਹ ਇਹਨਾਂ ਦੀ ਕਿਰਪਾ ਦੇ ਨਾਲ ਜੀ ਮਾਗੇ 3 ਸਾਲ ਪਹਿਲਾਂ ਗੁਜ਼ਾਰੇ ਨੇ ਜੀ ਹਾਂ ਤੇ 5 ਸਾਲ ਬਾਅਦ ਤੇ ਬਾਬੂ ਜੀ ਨੇ ਹੁਣ ਸਾਡੇ ਤੇ ਕਿਰਪਾ ਕਰੀ ਹੈ ਜੀ ਅਸ ਕਿਹੜੀ ਸਪਰੇ ਕੋਈ ਤਤ ਦੀ ਘਾਟ ਆ ਤੇ ਹਾਂਜੀ ਤਤਾਂ ਦੀ ਘਾਟ ਹੁੰਦੀ ਜੀ ਇਹਦੇ ਵਿੱਚ ਤਾਂ ਮਾਕੇ ਇੱਕ ਸਪਰੇ ਹੁੰਦੀ ਹੈਗੀ ਹੂੰ ਜੰਕਰੀ ਘਾਟ ਹੁੰਦੀ ਇੱਕ ਸਪਰੇ ਕਰਦੇ ਜੀ ਬਾਗਬਾਨੀ ਵਿਭਾਗ ਮੈਂ ਜ਼ਾਹੀ ਬਗੀਚਾ ਲਿਆ ਉਹ ਸਾਨੂੰ ਦੱਸ ਦਿੰਦੇ ਨੇ ਜੀ ਤੇ ਅਸੀਂ ਉਹੀ ਸਪਰੇ ਲਗਾਏ ਜੀ ਕਰੀ ਗਏ ਅੱਛਾ ਅੱਛਾ ਉਹ ਵੀ ਸਮੇਂ ਦੇ ਸਮੇਂ ਆ ਕੇ ਇਨਸਪੈਕਸ਼ਨ ਕਰਕੇ ਦੱਸਦੇ ਰਹਿੰਦੇ ਆ ਜੀ ਕਿ ਕਿਹੜੀ ਕਿਹੜੀ ਸਪਰੇ ਤੇ ਇਹ ਪੱਤੇ ਨੂੰ ਕੀ ਹੋਇਆ ਵਾ ਇਹ ਕਿਹੜੀ ਬਿਮਾਰੀ ਹੈ ਜੀ ਇਹ ਤਾਂ ਮਾਕੇ ਕੀੜਾ ਲੱਗ ਜਾਂਦਾ ਜੀ ਨੁਨਾ ਜੀ ਹੂੰ ਮੈਂ ਮੈਂ ਤਾਂ ਵਾਹ ਵੀ ਐਸੀ ਵੀ ਥੋੜਾ ਬਹੁਤਾ ਪੰਗੇ ਲੈਨੇ ਆ ਮੈਂ ਤਾਂ ਕਰਕੇ ਬਾਈ ਨੂੰ ਤੁਹਾਣਾ ਜਿਹੜਾ ਹੈਗਾ ਆ ਇੰਟਰਸਟ ਪੂਰਾ ਲੱਗਦਾ ਜੀ ਮੈਂ ਤਾਂ ਹੈਰਾਨ ਹੋਇਆ ਜਦੋਂ ਦੇ ਤੁਸੀਂ ਆਏ ਹਰ ਇੱਕ ਚੀਜ਼ ਦਾ ਪੁੱਛਣਾ ਦੇਖਣਾ ਕਰਨਾ ਉਹ ਜਿਸ ਬੰਦੇ ਨੂੰ ਇੰਟਰਸਟ ਹੋਵੇ ਉਹੀ ਇਸ ਚੀਜ਼ ਦੀ ਨੌਲੇਜ ਰੱਖਦਾ ਜੀ ਨਹੀਂ ਉਹ ਚਲੋ ਹੁਣ ਮੈਂ ਕਹਿੰਦਾ ਜੀ ਦੇਖੋ ਪੰਜਾਬ ਦੀ ਇੱਕ ਬਿਊਟੀ ਦੇਖੋ ਕਿੰਨੀ ਸੋਹਣੀ ਆ ਮੈਂ ਨਹੀਂ ਇਹ 'ਚ ਬਲੀਵ ਕਰਦਾ ਵੀ ਇੱਕ ਬੰਦੇ ਕੋਲੇ ਮਤਲਬ ਹਜ਼ਾਰਾਂ ਏਕੜੀਆਂ ਸੈਂਕੜੇ ਏਕੜ ਹੋਵੇ ਉਹੀ ਅ ਮਤਲਬ ਉਹੀ ਇਹ ਕੰਮ ਕਰੂਗਾ ਨਹੀਂ ਸਾਡੇ ਕੋਲ ਇੱਕ ਛੋਟਾ ਜਿਹਾ ਵੀ ਇੱਕ ਥਾਂ ਦਾ ਟੁਕੜਾ ਹੈ ਨਾ ਅਸੀਂ ਖਾਨ ਯੋਗਾ ਫਰੂਟ ਤੇ ਸਬਜ਼ੀਆਂ ਇਹ ਤਾਂ ਘਟ ਟੁਕੜਟ ਪ੍ਰੋਡਿਊਸ ਕਰ ਸਕਦੇ ਹਾਂ ਬਿਲਕੁਲ ਕਰ ਸਕਦੇ ਵੀਰੇ ਤੇ ਇਹ ਵੀ ਇੱਕ ਦਿੱਕਤਾਂ ਚੋਂ ਆ ਮੈਨੂੰ ਲੱਗਦਾ ਵੀਰ ਦੇਖੋ ਮੈਂ ਇੱਕ ਗੱਲ ਕਹਾਂਗਾ ਹਾਂ ਮੈਂ ਪਹਿਲੀ ਗੱਲ ਤੇ ਕਦੀ ਵੀ ਕੋਈ ਕੰਮ ਛੋਟਾ ਨਹੀਂ ਹੁੰਦਾ ਹਾਂ ਮੈਂ ਮੇਰੀ ਪਹਿਲੀ ਨੌਕਰੀ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਮੇਰੇ ਫਾਦਰ ਐਸਪੀ ਸੀਆਈਡੀ ਜਲੰਧਰ ਸੀ ਤੇ ਮੈਂ ਪ੍ਰੈਸ਼ਰ ਕੁੱਕਰ ਵੇਚਦਾ ਸੀ ਪ੍ਰੈਸ਼ਰ ਕੁੱਕਰ ਹਾਂਜੀ ਸੋ ਮੈਂ ਉਹ ਉਸ ਟਾਈਮ ਤੇ ਬੈਕ ਇਨ 1998 ਨਾ ਨਹੀਂ ਵੇਚਦੇ ਮਤਲਬ ਵੀ ਕਿਵੇਂ ਕੋਈ ਸ਼ੋਅਰੂਮ ਚ ਸੀ ਤੁਸੀਂ ਨਾ ਮੈਂ ਉਹ ਨਾ ਇੱਕ ਕਨਸੈਪਟ ਆਇਆ ਸੀਗਾ ਪਹਿਲੋਂ ਵੀ ਘਰਾਂ 'ਚ ਆ ਕੇ ਬੈਲ ਮਾਰ ਕੇ ਤੁਹਾਨੂੰ ਦਿਖਾਉਂਦੇ ਹੁੰਦੇ ਸੀ ਪੈਂਫਲੇਟ ਜਿਹਾ ਵੀ ਉਹ ਫਿਰ ਤੁਸੀਂ ਕਹਿੰਦੇ ਹਾਂ ਚਲੋ ਚਾਰ ਦੇ ਦਿਓ ਤੇ ਫਿਰ ਜਦੋਂ ਚਾਰ ਤੁਸੀਂ ਖਰੀਦ ਲਏ ਤੇ ਫਿਰ ਜਦੋਂ ਅਸੀਂ ਡਿਲੀਵਰ ਕਰਨਾ ਉਹ ਕੰਪਨੀ ਨੇ ਡਿਲੀਵਰ ਕਰਨੇ ਤੇ ਸਾਨੂੰ ਕਮਿਸ਼ਨ ਮਿਲਣੀ ਐਸਾ ਲੋਕ ਖਰੀਦ ਲੈਂਦੇ ਸਿੱਧਾ ਹਾਂ ਦਿੱਤੇ ਸੀ ਜੀ ਕਈ ਵਾਰ ਕੁੱਤੇ ਵੀ ਅੱਗੇ ਪੈਂਦੇ ਸੀਗੇ ਪਰ ਚਲੋ ਹੁਣ ਜਿਹੜਾ ਕੰਮ ਸੀਗਾ ਕਿਉਂਕਿ ਸ਼ੁਰੂ ਤੋਂ ਹੀ ਤਮੰਨਾ ਸੀ ਕਿ ਮੈਂ ਲਾਈਫ 'ਚ ਆਪਣਾ ਕਰਨਾ ਚਾਹੁੰਨਾ ਕੁਝ ਫਿਰ ਮੇਰੀ ਫਰਸਟ ਜੌਬ ਸੌਰੀ ਮੈਂ ਬੇਚ ਤੁਸੀਂ ਕਹੋਗੇ ਇਹ ਟੋਕਦਾ ਟੋਕਿਆ ਹੀ ਜਾਂਦਾ ਬਾਈ ਜਦੋਂ ਹੁਣ ਅੱਛਾ ਬੇਸਿਕਲੀ ਜਿਹੜੇ ਬੰਦੇ ਆਂ ਦੀ ਇੰਨੀ ਡੀਲਿੰਗ ਹੋਵੇ ਪਬਲਿਕ ਡੀਲਿੰਗ ਉਹਨਾਂ ਦਾ ਮਨੋਵਿਗਿਆਨ ਨਾ ਬਹੁਤ ਹੋਰ ਤਰ੍ਹਾਂ ਦਾ ਹੋਇਆ ਹੁੰਦਾ ਉਹ ਬੰਦੇ ਨੂੰ ਦੇਖਦੀ ਮੈਨੂੰ ਲੱਗਦਾ ਜਿੰਨੀ ਬੰਦੇ ਨੂੰ ਪੜ੍ਹਨ ਦੀ ਸਮਰੱਥਾ ਉਹ ਉਹ ਕਿੱਤੇ ਵਾਲਿਆਂ ਦੀ ਹੁੰਦੀ ਆ ਜਿਵੇਂ ਤੁਸੀਂ ਕਿਹਾ ਜੀ ਹਨਾ ਉਹ ਵੀ ਇੱਕ ਕਮਾਲ ਦੀ ਚੀਜ਼ ਹੈ ਵੀ ਉਹ ਵਿਕਸਤ ਹੋ ਜਾਂਦੀ ਹੈ ਤੁਹਾਨੂੰ ਬੰਦਾ ਦੇਖ ਕੇ ਜਿਹੜਾ ਹੋ ਜਾਂਦਾ ਵੀ ਇਹਨਾਂ ਦਾ ਐਕਸਪੀਰੀਅੰਸ ਨਾ ਵੀਰ ਜੀ ਬੰਦਾ ਠੋਕਰਾਂ ਖਾਖਾ ਜਦੋਂ ਹਮ ਐਕਸਪੀਰੀਅੰਸ ਚ ਬੰਦਾ ਥੱਲੇੋਂ ਉੱਤੇ ਤੱਕ ਜਾਂਦਾ ਨਾ ਬਹੁਤ ਖੁਸ਼ ਮਿਲਦਾ ਹੈ ਜੀ ਜਬ ਪਿਆਰ ਵੜੀ ਜੱਫੀ ਵੀ ਮਿਲਦੀ ਹੈ ਪਿੱਠ 'ਚ ਛੁਰਾ ਵੀ ਮਿਲਦਾ ਕਿੰਨੇ ਵਿੱਚ ਫਿਰ ਹਾਂ ਜੀ ਕਿੰਨੇ ਵਿੱਚ ਤੇ ਸੀ ਮੇਰੇ ਖਿਆਲ ਨਾਲ 25 30 ਤੇ ਵੇਚੇ ਹੋਣੇ ਆ 25 30 ਪ੍ਰੈਸ਼ਰ ਕੁੱਕਰ ਜਿਹੜੇ ਹੈਗੇ ਆ ਵੇਚਨੇ ਦੇਚੇ ਫਿਰ ਮੈਂ ਮਹੀਨਾ ਕੋ ਕੀਤਾ ਕੰਮ ਤੇ ਫਿਰ ਉਸ ਤੋਂ ਬਾਅਦ ਛੱਡਤਾ ਜੀ ਕਿਉਂਕਿ ਫਿਰ ਦੁਬਾਰਾ ਸ਼ੁਰੂ ਹੋ ਗਈ ਪੜ੍ਹਾਈ ਯੂਨੀਵਰਸਿਟੀ ਫਿਰ ਉਸ ਤੋਂ ਬਾਅਦ ਮੈਂ ਪੋਲੀਟੈਕਨਿਕ ਕਾਲਜ ਜਿਲੰਦਰ ਦੇ ਵਿੱਚ ਟੀਚਰ ਲੱਗਾ ਅੱਛਾ ਤੇ ਮੇਰੀ ਉਦੋਂ ਤਨਖਾਹ 1800 ਰੁਪਏ ਸੀ ਓਕੇ ਤੇ ਫਿਰ ਮੈਂ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਮੇਰੀ ਉੱਥੇ ਮੈਂ 6 ਮਹੀਨੇ ਪੜਾਇਆ ਤੇ ਲੱਡਵਲੀ ਰੋਡ ਦੇ ਉੱਤੇ ਹੈਗਾ ਜੀ ਜਿਲੰਦਰ ਪੋਲੀਟੈਕਨਿਕ ਉਸ ਤੋਂ ਬਾਅਦ ਵੀਰ ਜੀ ਫਿਰ ਮੈਂ ਰਾਮਗੜੀਆਂ ਫਗਵਾੜੇ ਕਾਲਜ ਹੂੰ ਮੈਂ ਉੱਥੇ ਮੇਰੀ ਸਿਲੈਕਸ਼ਨ ਹੋਈ ਐਜ਼ ਅ ਟੀਚਰ ਹੂੰ ਤੇ ਮੈਨੂੰ ਮੈਨੂੰ ਯਾਦ ਆ ਮੈਨੂੰ ਤਨਖਾਹ ਲੱਗੀ ਪਹਿਲੀ 7800 ਰੁਪਿਆ ਅੱਛਾ ਤੇ ਮੈਂ ਤੇ 1800 ਤੋਂ 7800 ਤੋਂ ਫਿਰ ਤਾਂ ਬਹੁਤ ਪ੍ਰੋਮੋਸ਼ਨ ਸੀ ਨੀ ਸੁੱਤਾ ਨਹੀਂ ਮੈਂ ਸਾਰੀ ਰਾਤ ਇੰਨੀ ਖੁਸ਼ੀ ਮੈਂ ਕਿਹਾ ਵੀ ਇੰਨਾ ਪੈਸਾ ਸਾਂਭੂਗਾ ਕਿਦਾਂ ਮਤਲਬ ਇਹ ਮਤਲਬ ਕਿਹੜੀ ਪਹਿਲੇ ਮੈਂ ਫਿਰ ਮਨ ਸੋਚਣ ਵੀ ਇੱਕ ਸਕੋਡਾ ਗੱਡੀ ਹੁੰਦੀ ਸੀ ਤੇ ਮੈਂ ਸੋਚਿਆ ਅੱਛਾ ਭਾਈ ਇਹਦੀ ਕਿਸ਼ਤ ਜਿਹੜੀ ਐ ਇਹਦੀ ਇੰਨੇ ਦੀ ਪਾਉਗੀ ਇਹਦੀ ਇੰਨੇ ਦੀ ਪਾਉਗੀ ਮਤਲਬ ਉਸ ਰਾਤ ਮੈਂ ਸਾਰੀ ਨਹੀਂ ਸੁੱਤਾ ਵੀ ਮੈਨੂੰ 7800 ਰੁਪਏ ਦੀ ਨੌਕਰੀ ਲੱਗ ਗਈ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਮੈਂ ਹੁਣ ਹੁਣ ਅੱਜਕੱਲ ਦੇਖਦਾ ਕਿ ਅੱਜਕੱਲ ਦੇ ਜਿਹੜੇ ਨੌਜਵਾਨ ਨੇ ਉਹ ਜਿਹੜਾ ਹੈਗਾ ਵੀਰ ਜੀ ਉਹ ਸਿਰ ਇਸ ਚੀਜ਼ ਤੇ ਕੀਨ ਰੱਖਦੇ ਆ ਕਿ ਨਹੀਂ ਜੀ ਆਹ ਕੰਮ ਛੋਟਾ ਜੀ ਅਸੀਂ ਹੁਣ 25000 ਤੋਂ ਥੋੜੋ ਸ਼ੁਰੂ ਕਰਾਂਗੇ ਤੇ ਮੈਂ ਹੁਣ ਆਪਣਾ ਬਿਜ਼ਨਸ 5100 ਰੁਪਏ ਤੋਂ ਸ਼ੁਰੂ ਕੀਤਾ ਜੀ ਤੇ ਅੱਜ ਆ ਮੈਂ ਮਤਲਬ 100 ਕਰੋੜ ਕਲੱਬ ਤੋਂ ਕ੍ਰੋਸ ਕਰ ਗਿਆ ਹੂੰ ਸੋ ਵੀ ਅਕੇ ਤੁਹਾਨੂੰ ਜਿਹੜੀ ਲਾਈਫ ਨੂੰ ਸਟਾਰਟ ਜਦੋਂ ਕਰਨਾ ਹੈ ਨਾ ਜੀ ਉਦੋਂ ਜਿੱਦਾਂ ਹੁਣ ਤੁਸੀਂ ਕਿਹਾ ਵੀ ਤੁਸੀਂ ਛੋਟਾ ਜਿਹਾ ਖੇਤ ਹੀ ਆ ਭਾਵੇਂ ਕਿੱਲਾ ਹੀ ਆ ਹੂੰ ਤੁਸੀਂ ਕਿੱਲੇ ਤੇ ਕੰਮ ਸ਼ੁਰੂ ਕਰੋ ਹੂੰ ਫਿਰ ਤੁਹਾਨੂੰ ਕੌਣ ਰੋਕਦਾ 100 ਕਿੱਲੇ ਠੇਕੇ ਦੇ ਲੋ ਹੂੰ ਤੁਸੀਂ ਆਪਾਂ ਇੱਕ ਕਿੱਲਾ ਦੇ ਕੇ ਵਾਏ ਅਸੀਂ ਸਰਕਮਸਟੈਂਸਸ ਨੂੰ ਆਪਣੇ ਉਤੇ ਹਾਵੀ ਕਿਉਂ ਹੋਣ ਦਿੰਨੇ ਆ ਹੂੰ ਸਾਨੂੰ ਸਾਨੂੰ ਜਿਹੜੀ ਆ ਜੀ ਹਿਊਮਨਸ ਅਸੀਂ ਵੀ ਹੈਵ 올 ਦ ਟੈਂਡੈਂਸੀ ਟੂ ਫਾਈਟ ਦੀ ਆਡਸ ਤੇ ਅਸੀਂ ਕਿਉਂ ਨਾ ਆਪਣੇ ਜਿੰਮਤ ਰੱਖ ਕੇ ਆਰਡਸ ਨੂੰ ਫਾਈਟ ਕਰੀਏ ਮੈਂ ਤਾਂ ਹੁਣ ਕਈ ਵਾਰ ਆ ਕਿ ਕਈ ਬੰਦੇ ਮੈਨੂੰ ਗੱਲ ਕਰ ਇੱਕ ਦਿਨ ਮੈਨੂੰ ਇੱਕ ਬੰਦਾ ਗੱਲ ਕਰ ਰਿਹਾ ਸੀ ਕਹਿੰਦਾ ਜੀ ਕਿ ਮੈਂ ਜੀ ਬੜਾ ਅਫਸੈਟ ਆ ਲਾਈਫ ਚ ਮੇਰਾ ਦਿਲ ਕਰਦਾ ਮੈਂ ਆਪਣੀ ਲਾਈਫ ਖਤਮ ਕਰ ਲਾਂ ਮੈਂ ਇਹਦੇ ਕੋਈ ਸੋਲੂਸ਼ਨ ਥੋੜਾ ਜੇ ਤੂੰ ਮਰਦਾ ਹੈ ਤੇ ਲੜ ਤੈਨੂੰ ਕੀ ਲੱਗਦਾ ਮੇਰਾ ਆਪਣਾ ਵੀਰ ਜੀ ਮੇਰਾ 2017 ਚ ਹੈਲੀਕਾਪਟਰ ਕ੍ਰੈਸ਼ ਕੀਤਾ ਸੀ ਤੇ ਐਂਡ ਇਟ ਇਟ ਕ੍ਰੈਸ਼ਡ ਐਂਡ ਤੁਸੀਂ ਮੇਰੇ ਆਫਿਸ ਪੁੱਛੋ ਮੈਨੂੰ 4.5 ਪਤਾ ਲੱਗਾ ਤੇ 7 ਵਜੇ ਜਦੋਂ ਸਾਰਾ ਕੁਝ ਇੱਕ ਵਾਰ ਸਾਰਾ ਕਿਉਂਕਿ ਇੱਕਦਮ ਜਦੋਂ ਖਬਰ ਪਤਾ ਲੱਗਦੀ ਹੁੰਦੀ ਤਾਂ ਬੰਦਾ ਹਿਲ ਜਾਂਦਾ ਕਿਹੜੀ ਜਗ੍ਹਾ ਕਰਿਆ ਇਹ ਛੱਤੀਸਗੜ੍ਹ ਹੋਇਆ ਸੀ ਜੀ ਸੋ 7 ਵਜੇ ਜਦੋਂ ਮੈਂ ਉੱਠਿਆ ਮੈਂ ਮੁੰਡਿਆਂ ਨੂੰ ਕਿਹਾ ਬॉयਜ਼ लेट्स ਗੈਟ ਅਪ ਤੇ ਉਹ ਸਾਰੇ ਮੁੰਡੇ ਮੇਰੇ ਵੱਲ ਦੇਖਣ ਲੱਗੇ ਕਿ ਮੈਂ ਕਿਹਾ लेट्स ਗੋ ਕਹਿੰਦਾ ਸਰ ਹੁਣ ਕੀ ਕਰਾਂਗੇ ਮੈਂ ਕੀ ਕਰਾਂ ਮੈਂ ਕਿਹਾ ਇੱਕ ਟਿਕਾ ਤਿਲ ਲਿਆਂਵਾਂਗੇ ਲੈ ਬਾਟ 3 ਉਹ ਕੁਦਰਤ ਨਹੀਂ ਮਤਲਬ ਉਸ ਵੇਲੇ ਮੈਂ ਤਾਂ ਹਿੰਮਤ ਕੀਤੀ ਦਿਖਾਉਣ ਨੂੰ ਵੀ ਕਿ ਮੈਂ ਯੂ ਨੋ ਆਪਾਂ ਸਰਕਮਸਨ ਫਾਈਟ ਕਰ ਕੁਦਰਤੇ ਮੇਰੇ ਮੂੰਹੋਂ ਕਢਾਤਾ ਮੈਂ ਕਿਹਾ ਯਾਰ ਇੱਕ ਡਿਗਿਆ ਤਾਂ ਕਿ ਤਿੰਨ ਲੈ ਕੇ ਆਵਾਂਗੇ ਐਂਡ ਐਂਡ ਦੈਟ ਇਨ ਦੈਟ 1 ਇਅਰ 1 ਇਅਰ ਐਂਡ ਹਾਫ ਮਤਲਬ ਡੇਢ ਸਾਲਾਂ ਦੇ ਵਿੱਚ ਆਈ ਬੋਟ 3 ਸੋ ਇਹ ਹੈ ਕਿ ਤੁਹਾਨੂੰ ਹੁਣ ਮੈਂ ਕਈ ਵਾਰ ਬੜੀ ਵਾਰ ਜਾਨਾ ਜੀ ਮੈਂ ਲੋਕਾਂ ਨੂੰ ਬੜਾ ਕਰਨਾ ਯਾਰ ਤੁਸੀਂ ਇਹ ਨਾ ਦੇਖ ਸਾਡੇ ਵੱਲ ਸਾਡੀਆਂ ਸਕਸੈਸ ਸਟੋਰੀਆਂ ਨਾ ਦੇਖੋ ਤੁਸੀਂ ਸਾਨੂੰ ਹੁਣ ਅੱਜ ਗੱਡੀਆਂ 'ਚ ਦੇਖਦੇ ਆਂ ਜਹਾਜ਼ਾਂ 'ਚ ਦੇਖਦੇ ਆਂ ਤੁਸੀਂ ਸਾਨੂੰ ਤੁਰੇ ਫਿਰਦੇ ਇੱਕ ਦੇਖਦੇ ਆਂ ਵੀ ਵਿਦੇਸ਼ਾਂ ਜਾਂਦੇ ਯਾਰ ਤੁਸੀਂ ਸਾਡੀ ਮਿਹਨਤ ਦੇਖ ਮੈਨੂੰ ਮੈਨੂੰ ਯਾਦ ਹੈ ਕਿ ਆਪਣੀ ਸ਼ਾਦੀ ਤੋਂ ਜਿਹੜਾ ਮੇਰੀ 20 ਤਰੀਕ ਨੂੰ 22 ਤਰੀਕ ਨੂੰ ਮੇਰੀ ਸ਼ਾਦੀ ਹੋਈ 23 ਨੂੰ ਮੈਨੇਜ ਯੂਨੀਵਰਸਿਟੀ 25 ਨੂੰ ਮੈਂ ਆਪਣੇ ਦਫ਼ਤਰ ਸੀ ਉਹ 25 ਨੂੰ ਮੈਂ ਮਤਲਬ ਔਰ ਮੇਰੀ ਸ਼ਾਦੀ ਦੇ 5 ਸਾਲ ਲੱਗੇ ਮੈਨੂੰ ਆਪਣੀ ਵਾਈਫ ਤੇ ਬੱਚਿਆਂ ਦੇ ਨਾਲ ਫਿਲਮ ਦੇਖਣ ਜਾਣ ਲਈ ਸੋ ਇਟ ਵਾਸ ਆਫਿਸ ਐਂਡ ਐਂਡ ਫਿਲਮ ਦੇਖ ਲੈਣੇ ਤੁਸੀਂ 3 ਘੰਟੇ ਦੀ ਨਹੀਂ ਉਹ ਉਹ ਜਿਹੜਾ ਕਿਤੇ ਫੈਮਲੀ ਦਾ ਭਾਜੀ ਦਬਕਾ ਦੁਬਕਾ ਪੈ ਜੇ ਉਹਨੂੰ ਦੇਖ ਲੈਣਾ ਬਟ ਨਵਰੀਤ ਪਾਜੀ ਅੰਦਰ ਦੀ ਗੱਲ ਇਹ ਆ ਵੀ ਮੈਂ ਤੇ ਜਾ ਕੇ ਚਾਦਰ ਉੱਤੇ ਪਾ ਕੇ ਸੌਂਗੇ ਮਿਲਦਾ ਵੀ ਲੈ ਵਧੀਆ ਹੋਗਾ ਦੁਨੀਆ ਤੋਂ 2 ਘੰਟੇ ਲੂਫ ਹੋ ਗਏ ਮੈਂ ਨੀਂਦ ਪੂਰੀ ਕਰ ਲੈਣਾ ਪਤਾ ਨਹੀਂ ਮੈਨੂੰ ਬਹੁਤ ਔਖਾ ਲੱਗਦਾ ਫਿਲਮ ਦੇਖਣਾ ਮੇਰਾ ਵੀ ਇਹੀ ਹੈ ਹੁਣ ਹਾਲੀਵੁੱਡੀ ਜਦੋਂ ਨਿਆਣੇ ਜਵਾਨ ਹੋਈ ਜਾਂਦੇ ਨੇ ਨਾ ਫਿਰ ਬੰਦਾ ਕਮਜ਼ੋਰ ਹੋਈ ਜਾਂਦਾ ਉਹ ਫਿਰ ਜਦੋਂ ਕਹਿੰਦੇ ਡੈਡੀ ਜਾਣਾ ਬਟ ਮੈਂ ਉਹਨੂੰ ਇੱਕ ਗੱਲ ਕਹਤੀ ਆ ਮੈਂ ਕਹਾਂ ਵੀ ਦੇਖੋ ਗੱਲ ਇਹ ਹੈ ਜਾਵਾਂਗਾ ਤੁਹਾਡੇ ਨਾਲ ਹਾਂ ਪਰ ਇਹ ਕਿਸੇ ਨੇ ਪ੍ਰੈਸ਼ਰ ਨਹੀਂ ਪਾਉਣਾ ਵੀ ਫਿਲਮ ਦੇਖਣੀ ਹੈ ਉਹ ਜਾਈਦਾ ਅੱਜਕੱਲ ਜਿਹੜੇ ਥੀਏਟਰ ਵੀ ਤੁਸੀਂ ਦੇਖਿਆ ਉਹ ਵਧੀਆ ਸਿਸਟਮ ਹੁੰਦੇ ਚਾਹੰਦਿਆਂ ਨੂੰ ਚਾਦਰ ਚੁੱਦਰ ਕੰਬਲ ਦੇ ਰਹਿੰਦੇ ਆ ਤੇ ਉਸੇ ਲੰਮੇ ਪੈਦੇ ਜੁੱਤੀ ਜਾਤੀ ਲਈਦੇ ਕੰਬਲ ਲਈਦਾ ਉੱਤੋਂ ਸੌਜੀ ਦਾ ਇੰਟਰਵਲ ਤੇ ਉਠਾ ਦਿੰਦੇ ਆ ਵੀ ਡੈਡੀ ਪਾਪ ਕੌਰ ਖਾਣੇ ਜਾਂ ਕੋਈ ਠੰਡਾ ਪੀਣਾ ਉਹ ਪੀ ਕੇ ਫਿਰ ਲੰਮੇ ਪੈ ਜੀਦਾ ਤਿੰਨ ਘੰਟਿਆਂ ਬਾਅਦ ਫਿਰ ਕੰਮ ਕਰਨ ਦਾ ਬੜਾ ਮਜ਼ਾ ਆਉਂਦਾ ਨਾਲੇ ਤੇ ਨਿਆਣਿਆਂ ਨੂੰ ਖੁਸ਼ੀ ਹੋਉਂਦੀ ਵੀ ਡੈਡੀ ਫਿਲਮ ਦੇਖ ਕੇ ਆਏ ਆ ਤੇ ਦਫ਼ਤਰ ਵਾਲੇ ਫਿਰ ਕਹਿੰਦੇ ਵੀ ਅੱਜ ਬੌਸ ਗਿਆ ਤੇ ਫਿਲਮ ਦੇਖਣ ਸੀ ਆਇਆ ਬੜਾ ਫਰੈਸ਼ ਹੋ ਗਿਆ ਵੀ ਆਉਂਦਿਆਂ ਨੂੰ ਕਹਿੰਦਾ ਅੱਜ 6 ਘੰਟੇ ਕੰਮ ਬਾਅਦ ਹੀ ਚੱਲੂ ਤਾਂ ਇਸ ਕਰਕੇ ਕਦੀਕਦਾਰ ਜਿਹੜੇ ਬੱਚੇ ਕਹਿੰਦੇ ਚਲੇ ਜਾਈਦਾ ਜੀ ਬਟ ਮੇਰੀਆਂ ਰੁਚੀਆਂ ਹੋਰ ਤਰ੍ਹਾਂ ਦੀਆਂ ਮੈਂ ਭਾਜੀ ਮੈਨੂੰ ਸੋਸ਼ਲ ਸਰਵਿਸ ਕਰਨ ਦਾ ਬਹੁਤ ਸ਼ੌਕ ਹੈ ਤੁਹਾਡੀ ਐਨਜੀਓ ਵੀ ਹੈ ਇੱਕ ਮੇਰੀ ਹੈ ਜੀ ਮੈਂ ਉਹ ਚ ਮੇਨਲੀ ਕੀ ਕਰਦੇ ਹਾਂ ਉੱਦਾਂ ਮੇਰਾ ਵੀਰ ਸੁਪਨਾ ਸੀ ਕਿ ਆਮ ਪਿੰਡਾਂ ਚ ਉੱਠ ਕੇ ਸੀ ਇਥੇ ਤੱਕ ਪਹੁੰਚੇ ਹਾਂ ਤੇ ਮੈਂ ਮੇਰਾ ਮਨ ਸੀਗਾ ਕਿ ਮੈਂ ਲੋਕਾਂ ਲਈ ਕੁਝ ਆਪਣੀ ਲਾਈਫ ਤੋਂ ਉੱਤੇ ਉੱਠ ਕੇ ਕੁਝ ਕਰ ਸਕਾਂ ਕਿ ਮੈਂ ਉਹਨਾਂ ਦੀ ਲਾਈਫ 'ਚ ਕੁਝ ਇੱਕ मीनिंग ਛੱਡ ਸਕਾਂ ਕਿ ਇੱਕ ਹੈਪੀਨੈਸ ਛੱਡ ਸਕਾਂ ਸੋ ਜਿਹੜਾ ਮੇਰਾ 40ਵਾਂ ਬਾਤ ਮੈਂ 38 ਸਾਲ ਦੀ ਉਮਰ 'ਚ ਹੀ ਟਾਰਗੇਟ ਬਣਾ ਲਿਆ ਸੀ ਕਿ ਕਿ ਮੈਂ 40 ਸਾਲ 'ਚ ਆਪਣੇ ਆਪ ਨੂੰ ਲੋਕ ਇੱਕ ਚੀਜ਼ ਗਿਫਟ ਕਰਦੇ ਵਾਏ ਮੇਰਾ ਟਾਰਗੇਟ ਸੀਗਾ ਕਿ ਮੈਂ 40 ਸਾਲ ਦੀ ਉਮਰ 'ਚ ਆਪਣੇ ਆਪ ਨੂੰ ਜਿਹੜਾ ਨਾ ਇੱਕ ਐਨਜੀਓ ਗਿਫਟ ਕਰਨਾ ਫਿਰ ਮੈਂ ਆਪਣੇ ਐਨਜੀਓ ਬਣਾਇਆ ਇਨਸਾਨੀਅਤ ਪਹਿਲਾਂ ਉਸ ਹੱਸਤਾ ਔਰ ਜਿੱਦਾਂ ਕਹਿੰਦੇ ਵੀ ਕੁਦਰਤ ਨੇ ਪਤਾ ਨਹੀਂ ਉਹ ਚ ਸੇਵਾ ਹੀ ਲੈਣੀ ਸੀ ਫਿਰ ਵੀਰ ਜੀ ਕੋਵਿਡ ਆ ਗਿਆ ਤੇ ਕੋਵਿਡ ਦੇ ਵਿੱਚ ਵੀਰ ਜੀ ਫਿਰ ਮੈਂ 300 ਪਿੰਡ ਆਪਣੇ ਇਲਾਕੇ ਦੇ ਸੈਨੀਟਾਈਜ਼ ਕਰਵਾਏ ਮੈਂ ਜਦੋਂ ਇੰਟਰਨੈਟ ਤੇ ਕਿਉਂਕਿ ਇੱਕਦਮ ਕੋਵਿਡ ਆ ਗਿਆ ਸਭ ਕੁਝ ਲੌਕ ਹੋ ਗਿਆ ਜੀ ਤੇ ਫਿਰ ਮੈਂ ਜਦੋਂ ਇੰਟਰਨੈਟ ਵਗੈਰਾ ਤੇ ਦੇਖਿਆ ਤੇ ਮੈਂ ਦੇਖਿਆ ਇੰਗਲੈਂਡ ਚ ਦੁਬਈ ਚ ਫੋਰਨ ਚ ਜਿਹੜੀਆਂ ਹੈਗੇ ਸੜਕਾਂ ਸੈਨੀਟਾਈਜ਼ ਹੋ ਰਹੀਆਂ ਵਿਲੇजेस ਸੌਰੀ ਆਪਣਾ ਘਰ ਸੈਨੀਟਾਈਜ਼ ਹੋ ਰਿਹਾ ਗਲੀਆਂ ਸੈਨੀਟਾਈਜ਼ ਹੋ ਰਹੀਆਂ ਫਿਰ ਮੈਂ ਆਪਣੇ ਜਿਹੜੇ ਟਰੈਕਟਰ ਹੈ ਇਹਨਾਂ ਦੇ ਵਿੱਚ ਉਹ ਸਪਰੇ ਮਸ਼ੀਨਾਂ ਲਵਾ ਕੇ ਤੇ 300 ਟਰੈਕ 300 ਪਿੰਡ ਸੈਨੀਟਾਈਜ਼ ਕੀਤੇ ਆਪਣੇ ਰੋਪੜ ਏਰੀਆ ਦੇ ਔਰ ਫਿਰ ਉਸ ਤੋਂ ਬਾਅਦ 2 ਲੱਖ ਮਾਸਕ ਵੰਡੇਆ ਔਰ ਉਸ ਤੋਂ ਬਾਅਦ 10 ਹਜ਼ਾਰ ਪਰਿਵਾਰ ਜਿਹੜੇ ਗਰੀਬ ਪਰਿਵਾਰ ਮਤਲਬ ਜਿਨ੍ਹਾਂ ਦਾ ਕੰਮਕਾਜ ਬੰਦ ਹੋ ਉਸ ਨੂੰ 10 ਹਜ਼ਾਰ ਦੇ ਆਸ-ਪਾਸ ਜਿਹੜਾ ਰਾਸ਼ਨ ਵੰਡਿਆ ਫਿਰ ਮੈਂ ਇੱਕ ਦਿਨ ਗਿਆ ਜੀ ਕਿ ਕਿਸੇ ਨੇ ਮੈਨੂੰ ਉਹ ਕਹਿੰਦਾ ਜੀ ਵੀ ਤੁਸੀਂ ਮੇਰੇ ਮਦਰ ਨੂੰ ਮਿਲਣ ਜਾਓਗੇ ਤੇ ਮੈਂ ਕਹਿੰਦਾ ਚਲੋ ਮੈਂ ਚਲੇ ਗਿਆ ਉੱਥੇ ਮੇਰੇ ਨੋ ਦੀ ਮਦਰ ਨੂੰ ਉਹਦੀ ਮਦਰ ਵਾਸ ਹੈਂਡੀਕੈਪ ਬੈਟਤੀ ਸੀਏ ਤੇ ਮੈਨੂੰ ਕਹਿੰਦੇ ਵੀ ਪੁੱਤ ਮੇਰਾ ਬੜਾ ਮਨ ਸੀ ਮੈਨੂੰ ਅੱਜ ਕਿਸੇ ਨੇ ਦੱਸਿਆ ਵੀ ਲਾਲਪੁਰਾ ਪਿੰਡ ਆਇਆ ਵੀ ਮੈਂ ਆਪਣੇ ਮੁੰਡੇ ਨੂੰ ਕਿਹਾ ਵੀ ਤੂੰ ਜਾ ਕੇ ਮੈਨੂੰ ਮਤਲਬ ਉਹਨੂੰ ਕਹਿ ਵੀ ਮੈਨੂੰ ਮਿਲ ਕੇ ਜਾਵੇ ਤੇ ਮੈਂ ਉਹਨੂੰ ਕਿਹਾ ਮੈਂ ਕਹਿੰਦੀ ਵੀ ਤੁਸੀਂ ਮਤਲਬ ਹੈਂਡੀਕੈਪ ਹੈ ਵੀਲਚੇਅਰ ਫਿਰ ਉਹਨਾਂ ਨੇ ਮੈਂ ਦੱਸਿਆ ਕਹਿੰਦੇ ਵੀ ਰੈੱਡ ਕਰਾਸ ਤੋਂ ਸਾਨੂੰ ਮਿਲਦੀ ਹੈ ਬਟ ਬੜੀ ਮੁਸ਼ਕਲ ਆਉਂਦੀ ਹੈ ਕਿਉਂਕਿ ਪਹਿਲੋਂ ਤੁਹਾਨੂੰ ਫਾਰਮ ਭਰ ਕੇ ਜਾਣਾ ਫਿਰ ਦੂਸਰੀ ਗੱਲ ਇਹ ਹੈ ਵੀ ਜਦੋਂ ਰਿਸੀਵ ਕਰਨ ਜਾਣਾ ਹੈ ਹੂੰ ਉਦੋਂ ਤੁਹਾਨੂੰ ਆਪ ਰਿਸੀਵ ਕਰਨ ਜਾਣਾ ਪੈਂਦਾ ਹੈ ਤੇ ਉਹ ਕਹਿੰਦੇ ਵੀ ਜੇ ਅਸੀਂ ਤਾਂ ਹੈਂਡੀਕੈਪ ਹੈਗੇ ਮੈਂ ਫਿਰ ਵੀ ਉਸ ਵੇਲੇ ਮੰਨ ਕਸਮ ਖਾ ਲਈ ਕਿ ਮੈਂ ਆਪਣੇ ਇਲਾਕੇ ਵਿੱਚ ਕਿਸੇ ਵੀ ਹੈਂਡੀਕੈਪ ਨੂੰ ਜਿਹੜਾ ਤਕਲੀਫ ਨਹੀਂ ਦੇਣੀ ਫਿਰ ਮੈਂ 100 ਤੋਂ ਦੇ ਕਰੀਬ व्हीलचेयरਾਂ ਜਿਹੜੀਆਂ ਡਿਸਟ੍ਰਿਬਿਊਟ ਕੀਤੀਆਂ ਹੁਣ ਮੈਂ ਕੱਲ ਮੇਰੇ ਫਾਦਰ ਦਾ 70th ਬਰਸਤੇ ਸੀਗਾ ਵੀਰ ਤੇ ਮੈਂ ਮੇਰੇ ਮਨ ਦੀ ਮਨਸ਼ਾ ਸੀ ਕਿ ਮੇਰੇ ਫਾਦਰ ਨੇ ਆਪਣੀ ਲਾਈਫ ਹਮੇਸ਼ਾ ਪੁਲਿਸ ਬੈਕ ਵਿੱਚ ਰਹਿ ਕੇ ਵੀ ਹੀ ਵਾਸ ਅ ਪਬਲਿਕ ਫਿਗਰ ਸੋ ਹੁਣ ਵੀ ਸੋਸ਼ੀਅਲੀ ਕਰਦੇ ਨੇ ਮਤਲਬ ਬਹੁਤ ਮੈਂ ਫਿਰ ਉਹਨਾਂ ਦਾ ਇਹ ਡੇ ਜਿਹੜਾ ਸਾਡੀ ਫੈਮਿਲੀ ਲਈ ਬਹੁਤ ਗ੍ਰੈਂਡ ਡੇ ਸੀ ਫਿਰ ਮੈਂ ਵੀਰ ਕੱਲ ਕੈਂਸਰ ਕੈਂਪ ਲਾਇਆ ਕੈਂਸਰ ਡਿਟੈਕਸ਼ਨ ਕੈਂਪ ਲਾਇਆ ਜਿਹੜਾ ਹੈਗਾ ਆ ਫਿਰ ਨਾਲ ਅੱਖਾਂ ਦਾ ਚੈੱਕ ਅਪ ਕੈਂਪ ਲਾਇਆ ਆਈ ਸਾਈਡਲੀ ਐਨਕਾ ਫਰੀ ਦਿੱਤੇ ਆ ਹੁਣ ਪਰਸੋਂ ਉਹਨਾਂ ਨੇ ਜਾਣਾ ਸਾਰਿਆਂ ਨੇ ਆਪਰੇਸ਼ਨ ਜਿਹੜੇ ਆ ਅਪਰੋਕਸੀਮੇਟਲੀ 67 ਪੇਸ਼ੈਂਟਸ ਆ ਜਿਨ੍ਹਾਂ ਦੇ ਲੈਂਸੇਸ ਪੈਣੇ ਉਹਨਾਂ ਨੂੰ ਸਰਜਰੀ ਲਈ ਲੈ ਕੇ ਚੱਲਣਾ ਸੋ ਮੈਨੂੰ ਇਸ ਤਰ੍ਹਾਂ ਦੇ ਕੰਮ ਕਰਨੇ ਬਹੁਤ ਅੱਛੇ ਲੱਗਦੇ ਆ ਐਂਡ ਗੋਡ ਹੈਜ਼ ਬੀਨ ਵੈਰੀ ਕਾਈਂਡ ਮੈਂ ਕੱਲ ਦੇਖਿਆ ਜੀ ਮੈਂ ਕਦੀ ਵੀ ਜੇ ਇੱਕ ਕਦਮ ਅਹ ਇਨਸਾਨੀਤਰੀ ਸੇਵਾ ਲਈ ਕੀਤਾ ਨਾ ਰੱਬ ਨੇ ਮੈਨੂੰ 10 ਉਹਦੇ 10 ਗੁਣਾ ਮੋੜ ਕੇ ਵਾਪਸ ਦਿੱਤਾ। ਔਰ ਮੈਂ ਤੇ ਇਹੀ ਹਰ ਨੌਜਵਾਨ ਨੂੰ ਕਹੂੰਗਾ ਕਿ ਮਿਹਨਤ ਕਰੋ ਵਾਹਿਗੁਰੂ ਤੇ ਵਿਸ਼ਵਾਸ ਕਰੋ ਬਟ ਗਰੀਬ ਨੂੰ ਜ਼ਰੂਰ ਜਿਹੜਾ ਨਾ ਉਹ ਕਹਿੰਦੇ ਨਾ ਗਰੀਬ ਦੀ ਮੂੰਹ ਜਿਹੜਾ ਗੁਰੂ ਦਾ ਗੂਲਕ ਪੜਾ ਚੱਕਰ ਹੈਗਾ ਜੀ ਉਹਦੇ ਚ ਹੀ ਸੇਵਾ ਕਰੋਗੇ ਤੇ ਕੁਦਰਤ ਤੁਹਾਨੂੰ ਹਮੇਸ਼ਾ ਬਖਸ਼ਿਸ਼ ਕਰੇਗੀ ਕੋਈ ਐਸਾ ਸੁਪਨਾ ਨਹੀਂ ਜਿਹੜਾ ਤੁਹਾਡਾ ਸਾਕਾਰ ਨਹੀਂ ਹੋਏਗਾ। ਟਰੈਕਟਰ ਤੁਸੀਂ ਇਹ ਜ਼ਮੀਨ ਜਦੋਂ ਪੱਧਰ ਕਰੀ ਆ ਉਹ ਕਿਸਾ ਕੀ ਸੀ ਉਹ ਵੀ ਇੱਕ ਕਹਾਣੀਆਂ ਵੀਰ ਮੈਂ ਜਦੋਂ ਅੱਛਾ ਬਾਈ ਨੇ ਹੁਣ ਮੈਨੂੰ ਪਤਾ ਨਹੀਂ ਬਾਈ ਕਿਵੇਂ ਸੁਣਾਊਗਾ ਪਹਿਲਾਂ ਬਾਈ ਨੇ ਕਹੀ ਸੁਣਾਈ ਸੀ ਕਹਿੰਦਾ ਨਵਰੀਤ ਵੀਰ ਜਦੋਂ ਕਹਿੰਦਾ ਲੜਾਈ ਹੋ ਜਾ ਪਹਿਲਾਂ ਥਪੜਾ ਆਪ ਹੀ ਮਾਰਨਾ ਪੈਂਦਾ ਉਦੋਂ ਬਾਈ ਨੇ ਐ ਸ਼ੁਰੂ ਕਰੀ ਸੀ ਹੁਣ ਬਾਈ ਨੇ ਪਤਾ ਨਹੀਂ ਇਹਨਾਂ ਕਿੰਨਾ ਨਹੀਂ ਨਹੀਂ ਮੈਂ ਲਾਉਂਗਾ ਉਹ ਵੀ ਗੱਲ ਆਉਂਗਾ ਜੀ ਸੋ ਜਦੋਂ ਆਏ ਜ਼ਮੀਨ ਕਰਾਇਣਾ ਜੀ ਇੱਥੇ ਵਿੱਚ ਦੋ ਪਾਸਿਆਂ ਸੀਸਿਆਂ ਚ ਵੰਡੀ ਸੀ ਵੀਰ ਜੀ ਚੋ ਸੀ ਹਾਂ ਤੇ ਨਵਰੀਤਪੀਰ ਮੈਂ ਜਦੋਂ ਆਇਆ ਨਾ ਤਾਂ ਉਹ ਜਦੋਂ ਨਾਲ ਸੀਗੇ ਕੰਮ ਜਿਹੜੇ ਹੈਗੇ ਆ ਜੀ ਤੇ ਪੰਜ ਟਰੈਕਟਰ ਆਏ ਵੀ ਜ਼ਮੀਨ ਸਿੱਧੀ ਕਰਨੀ ਆ ਹੂੰ ਤੇ ਉਹ ਭੱਜੀ ਜਾਣ ਜੀ ਪਹਿਲੇ ਇੱਕ ਜਣਾ ਆਵੇ ਫਿਰ ਵਾਪਸ ਚਲ ਜੇ ਉਹ ਨਹੀਂ ਨਹੀਂ ਜੀ ਵहां ਤੋਂ गिर ਜਾਏਗਾ ਟਰੈਕਟਰ ਕਾ ਮੈਂ ਮਨ ਚ ਸੋਚਿਆ ਮੈਂ ਯਾਰਾ ਜੇ ਲੜਾਈ ਚ ਪਹਿਲਾਂ ਚਪੇੜਾ ਆਪਾਂ ਨਾ ਮਾਰੀ ਤੇ ਕਿਸੇ ਨੇ ਵੀ ਨਹੀਂ ਤੁਰਨਾ ਹੂੰ ਤੇ ਮੈਂ ਉਹਨਾਂ ਨੂੰ ਫਿਰ ਮੁੰਡਿਆਂ ਨੂੰ ਕਿਹਾ ਮੈਂ ਉਹਨੂੰ ਕਿਹਾ ਮੈਂ ਯਾਰ ਤੁਸੀਂ ਅੱਗੇ ਨਹੀਂ ਲਾ ਸਕਦੇ ਪਿੱਛੇ ਤਾਂ ਆ ਸਕਦੇ ਆ ਕਹਿੰਦਾ ਹਾਂ ਜੀ ਪਿੱਛੇ ਆਵਾਂਗੇ ਜੀ ਫਿਰ ਮੈਂ ਵੀਰ ਅੱਗੇ-ਅੱਗੇ ਆਪਣਾ ਟਰੈਕਟਰ ਲੈ ਕੇ ਲਾਇਆ ਪਿੱਛੇ-ਪਿੱਛੇ ਪੰਜ ਟਰੈਕਟਰ ਹੋਰ ਕਰਦੇ ਫਿਰ ਜਮੀਨ ਵਾਈ ਜੀਸੀਬੀ ਤੇ ਸੀ ਗਿਆ ਕਿਉਂਕਿ ਇੱਥੇ ਖੱਖਰ-ਕੁੱਕਰ ਸੀਗੇ ਬੜੀ دیر ਬਾਦ ਵਾਣੀ ਸੀ ਉਹ ਜੀਸੀਬੀ ਚਲਾਈ ਵਿੱਚ ਮੈਂ ਨਾਲ ਬੈਠਾ ਸੀ ਜੀਸੀਬੀ ਤੋਂ ਖੱਖਰਾਂ ਦਾ ਛਿੜ ਗਿਆ ਉਹ ਜਿਹੜਾ ਭੁੰਡੀਆਂ ਦਾ ਖੱਖਰ ਛਿੜ ਗਿਆ ਜੀ ਓਪਨਡਾਂ ਲੜ ਗਈਆਂ ਜੀ ਤੇ ਬਣ ਗਿਆ ਭਾਈ ਆਨਲੇ ਡਰਗਾ ਬਣ ਜਾਂਦਾ ਬੰਦਾ ਫੁੱਲ ਕੇ ਬਣੀਆਂ ਵੀਰੇ ਸਭ ਤੋਂ ਵਧੀਆ ਗੱਲ ਹੈ ਵੀ ਕਿ ਮੇਰੀ ਇਕਾਤ ਮੈਂ ਜਿਹੜਾ ਕੰਮ ਕਰਦਾ ਬੜੇ ਜਰੂਰਨਾ ਕਰਦਾ ਮੈਨੂੰ ਭੁੱਲੀ ਗਿਆ ਵੀ ਹਫਤੇ ਬਾਅਦ ਮੇਰੀ ਮੈਰਿਜ ਅਨਿਵਰਸਰੀ ਸੋਰੀ ਆਪਣਾ ਮੇਰੀ ਇੰਗੇਜਮੈਂਟ ਸੀ ਤੇ ਉਹ ਹੋਇਆ ਕਿ ਵੀ ਉਹ ਅੱਖਾਂ ਤੇ ਐਨਕ ਲਾ ਕੇ ਤੇ ਮੈਂ ਟਰੈਕਟਰ ਚਲਾਉਂਦਾ ਰਿਹਾ ਚਲਾਉਂਦਾ ਰਿਹਾ ਤੇ ਅੱਜ ਵੀ ਮੇਰੀ ਇੰਗੇਜਮੈਂਟ ਤੇ ਜਿਹੜੀਆਂ ਫੋਟੋਆਂ ਉਹਦੇ ਵਿੱਚ ਮੇਰੀ ਵੱਖਰੀ ਐਨਕ ਲੱਗੀ ਆ ਤੇ ਆ ਗੱਲਾਂ ਸੁਝੀਆਂ ਉਹਦੇ ਨਾਲ ਕਿਉਂਕਿ ਭੁੰਡੀਆਂ ਦੇ ਵਗਰੇਂਡਾ ਨੇ ਵੱਢ ਲਿਆ ਸੋ ਇਸ ਕਰਕੇ ਜਿਨਾ ਹੈਗਾ ਨਾ ਐਡੇ ਕੰਮ ਬੜੇ ਕਰਦੇ ਰਹਿਣਾ ਮੈਨੂੰ ਮੈਨੂੰ ਅੱਛਾ ਲੱਗਦਾ ਜੀ ਮੈਨੂੰ ਆਪਣੀ ਮਿੱਟੀ ਨਾਲ ਜੁੜਿਆ ਹੋਇਆ ਰਹਿਣਾ ਹੌਣ ਵੀ ਉਹਨਾ ਮੈਂ ਜਦੋਂ ਲੋਕਾਂ ਦੇ ਲੋਕ ਸੇਵਾਇ ਕਰਦਾ ਰਹਿਣਾ ਫਿਰ ਵੀ ਆ ਕੇ ਆਪਣੇ ਖੇਤਾਂ ਟ੍ਰੈਕਟਰ ਟੁਕਟੇ ਚਲਾਉਣਾ ਕਰਨਾ ਸਾਨੂੰ ਮਤਲਬ ਮੈਂ ਇਹ ਸੋਚਦਾ ਵੀ ਆਰ ਬlesਟ ਕਿ ਸਾਨੂੰ ਇੱਕ ਵਿਰਸਾ ਮਿਲਿਆ ਲਾਲਪੁਰਾ ਸਾਹਿਬ ਦੇ بیٹے ਹੋਣ ਦੇ ਦੋ ਨੁਕਸਾਨ ਲਾਲਪੁਰਾ ਸਾਹਿਬ ਦੇ ਹੋਣ بیٹے ਹੋਣ ਦੇ ਦੋ ਨੁਕਸਾਨ ਇੱਕ ਤੇ ਸਾਡੀ ਮਿਹਨਤ ਜਿਹੜੀ ਹੈ ਕਿਉਂਕਿ ਜਦੋਂ ਤੁਸੀਂ ਬਹੁਤ ਵੱਡੇ ਨਾਂ ਦੇ ਥੱਲੇ ਚੱਲਦੇ ਆ ਤੇ ਤੁਹਾਡੀ ਜਿਹੜੀ ਮਿਹਨਤ ਆ ਨਾ ਉਹਨੂੰ ਲੋਕ ਬੜੀ ਛੇਤੀ ਜ਼ੀਰੋਨ ਕਰ ਦਿੰਦੇ ਕਿਸਮਤ ਤੇ ਚਲਾਈ ਜਾਂਦੇ ਸਾਰਾ ਕੁਝ ਔਰ ਦੂਸਰਾ ਇਹ ਵੀ ਕਈ ਵਾਰ ਆਪਣੀ ਲਾਈਫ ਚ ਮਤਲਬ ਬੜਾ ਟਾਈਮ ਕਈ ਵਾਰ ਮਹਿਸੂਸ ਹੁੰਦਾ ਹੈ ਕਿ ਯਾਰ ਮੈਂ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਨਹੀਂ ਕਰ ਪਾਇਆ ਮੈਂ ਆਪਣੀ ਫੈਮਲੀ ਨਾਲ ਟਾਈਮ ਸਪੈਂਡ ਨਹੀਂ ਕਰ ਪਾਇਆ ਇਸ ਵਾਰ ਲੋੜੀ ਸੀ ਮੇਰੇ ਲਈ ਮਤਲਬ ਮੈਂ ਬੜਾ ਅਪਸਾਈਡ ਹੋ ਗਿਆ ਮੇਰਾ ਕਿਉਂਕਿ ਕੁਝ ਪਾਰਟੀ ਦੇ ਪ੍ਰੋਗਰਾਮ ਸੀ ਮੈਂ ਮੇਰੇ ਪੇਰੈਂਟਸ ਮੇਰੀ ਫੈਮਲੀ ਸਾਰੀ ਲੋੜੀ ਤੇ ਇਕੱਠਾ ਸੀ ਮੈਂ ਨਹੀਂ ਜਾ ਸਕਿਆ ਮੈਂ ਚਲੋ ਇੱਥੇ ਲੋਕ ਸੇਵਾ ਚ ਰੁਕ ਗਿਆ ਸੀ ਬਟ ਉਹੀ ਗੱਲ ਹੈ ਵੀ ਸਾਡੇ ਸੈਕਰੀਫਾਈਸ ਜਿਹੜੇ ਹਮੇਸ਼ਾ ਵੱਡੇ ਨਾਮ ਦੇ ਥੱਲੇ ਰੁਕ ਜਾਂਦੇ ਹਰ ਕੋਈ ਕਹਿੰਦਾ ਯਾਰ ਇਹ ਕਿਸਮਤੀ ਖਾਈ ਜਾਂਦੇ ਆ ਉਹ ਇਸ ਕਰਕੇ ਦੂਜਾ ਦੂਜਾ ਵੀਰ ਉਹੀ ਆ ਵੀ ਤੁਸੀਂ ਹਮੇਸ਼ਾ ਸਕੈਨਰ ਦੇ ਥੱਲੇ ਹੋ ਮਤਲਬ ਅਸੀਂ ਵੀ ਯਾਰ ਹਿਊਮਨ ਬੀਿੰਗ ਆ ਲੱਤ ਲਈ ਗੱਲ ਵੀਰੇ ਉਹ ਤਾਂ ਮੈਂ ਮੈਂ ਕਹਾ ਲੈਣਾ ਜਿਹੜਾ ਮੈਨੂੰ ਤੁਸੀਂ ਪਹਿਲਾਂ ਕਿਹਾ ਬਾਈ ਕਹਿੰਦਾ ਵੀ ਜੇ ਕਹਿੰਦਾ ਕੁਦਰਤ ਹੀ ਤੁਹਾਡੇ ਸੱਟ ਵੀ ਵੱਜੀ ਆ ਉਹ ਸੁਣਾਓ ਉਹ ਵੀਰੇ ਮੈਂ ਨਾ ਤੁਸੀਂ 24 ਕੇ ਡਿਸਕੈਨਰ ਤੇ ਆ ਮਤਲਬ ਮੈਂ ਮੈਂ ਕਈ ਵਾਰ ਸੋਚਦਾ ਹੁੰਨਾ ਯਾਰ ਕਿ ਕਈ ਵਾਰ ਟੈਲੀਫੋਨ ਆਉਂਦਾ ਵੀ ਸਰ ਜਿਨਾਉਣਾ ਹੈਲੀਕਾਪਟਰ ਖਰਾਬ ਹੋ ਗਿਆ ਹਮ ਅੱਛਾ ਕਈ ਵਾਰ ਫੋਨ ਆਉਂਦਾ ਸਰ ਇਹਨਾਂ ਨੂੰ ਨੁਕਸਾਨ ਹੋ ਗਿਆ ਮਤਲਬ ਲਾਈਫ ਆ ਹੀ ਹੁਬਨਾਂ ਕਈ ਵਾਰ ਆਪਣੀ ਵੀ ਤਬੀਅ ਠੀਕ ਨਹੀਂ ਹੁੰਦੀ ਪਰ ਜਦੋਂ ਤੁਸੀਂ ਬਾਹਰ ਪਬਲਿਕ ਲਾਈਫ 'ਚ ਜਾਣਾ ਨਾ ਤੇ ਕੋਈ ਤੁਹਾਡੀ ਮਜਬੂਰੀ ਨਹੀਂ ਜਾਣਨਾ ਚਾਹੁੰਦਾ ਉਹ ਮਤਲਬ ਤੁਹਾਨੂੰ ਹੱਸ ਦੇਈ ਜੇ ਤੁਸੀਂ ਉਹਨੂੰ ਮਤਲਬ ਤੁਹਾਨੂੰ ਉਹ ਬੋਲੀ ਵੀ ਜਾਊਗਾ ਨਾ ਤੇ ਤੁਹਾਡੇ ਕੋਈ ਆਪਸ਼ਨ ਨਹੀਂ ਸਿਵਾਏ ਉਹਦੇ ਸਮਾਈਲ ਪਾਸ ਕਰਨ ਦਾ ਮਤਲਬ ਤੁਸੀਂ ਉਹਨੂੰ ਕਹਿ ਨਹੀਂ ਸਕਦੇ ਯਾਰ ਮੇਰਾ ਮੂਡ ਅਫਸੈਟ ਆ ਛੱਡ ਯਾਰ ਮਤਲਬ ਮੁੜ ਕੇ ਕਦੀ ਗੱ ਕੰਮ ਕਰਦਾਗਾ ਫਿਰ ਉਹ ਤੇ ਇਦਾਂ ਵੀ ਸਾਡੇ ਤਾਂ ਤੁਰੇ ਜਾਂਦੇ ਵੀ ਫੋਟੋ ਆ ਜਾਂਦੀ ਹੈ ਮਤਲਬ ਜੇ ਕਿਸੇ ਮਾੜੇ ਮਤਲਬ ਬੰਦੇ ਨੇ ਲੱਤ ਦੇ ਸੱਟ ਵੀ ਲੱਗੀ ਹੋਵੇ ਤੇ ਉਹ ਵੀ ਦੋ ਖਬਰਾਂ ਬਣ ਜਾਂਦੀਆਂ ਸਵੇਰੇ ਵੀ ਜਾਂ ਤਾਂ ਜੀ दारू ਪੀ ਕੇ ਰਾਤੀ ਜਿਹੜੇ ਹੈਗੇ ਜੀ ਇਹ ਪੋਲਿਟਿਸ਼ੀਅਨਸ ਆ ਫ ਡਿੱਗੇ ਹੋਣੇ ਆ ਤੇ ਜਾਂ ਆ ਜਾਂਦੀ ਹੈ ਵੀ ਇਹ दारू ਪੀ ਕੇ ਤੁਰੇ ਹੋਣੇ ਉਹ ਵਿਚਾਰੇ ਭਾਵੇਂ ਦਰਦ ਨਾਲ ਉਹਦੇ ਲੰਗ ਮਾਰ ਮਾਰ ਕੇ ਜਾਨ ਨਿਕਲੀ ਹੋਵੇ ਬੜੀ ਵੱਡੀ ਡਿਸਐਡਵਾਂਟੇਜ ਹੈ ਮੈਂ ਮੈਂ ਨਾ ਇੱਕ ਗੱਲ ਸ਼ੇਅਰ ਕਰਨਾ ਚਾਹਾਂਗਾ ਤੁਹਾਡਾ ਚੈਨਲ ਮੈਨੂੰ ਬਹੁਤ ਮਤਲਬ ਆਈ ਰੀਲੀ ਅਪਰੀਸ਼ੀਏਟਡ ਵੀ ਮੈਂ ਮੈਂ ਜਸਪੀਤ ਵੀਰ ਮੈਨੂੰ ਇਸ ਚੀਜ਼ ਦਾ ਬਹੁਤ ਅੱਛਾ ਲੱਗਾ ਕਿਉਂਕਿ ਜਿਹੜਾ ਤੁਸੀਂ ਕਨਸੈਪਟ ਜਦੋਂ ਬਈ ਨਾਲ ਡਿਸਕਸ ਕੀਤਾ ਨਾ ਕਿ ਪਰਸਨਲ ਸੋਰੀ ਪੋਲੀਟੀਕਲ ਲਾਈਫ ਤੋਂ ਹਟ ਕੇ ਪਰਸਨਲ ਲਾਈਫ ਕਿਉਂਕਿ ਅਸੀਂ ਵੀ ਹਿਊਮਨ ਆ ਸਾਡਾ ਵੀ ਆਰ ਜਸਟ ਲਾਈਕ ਅਦਰ ਪੀਪਲ ਸਾਡੇ ਵੀ ਇਮੋਸ਼ਨਸ ਐ ਲਾਈਫ ਐ ਸਾਡੀ ਤੇ ਉਹ ਕਦੀ ਵੀ ਪ੍ਰੋਜੈਕਟ ਨਹੀਂ ਹੁੰਦੀ ਪੋਲਿਟਿਕਲੀ ਦੇ ਤੇਰੇ ਤੁਸੀਂ ਕਦੀ ਵੀ ਨਾਮ ਸੁਣੋਗੇ ਜਾਂ ਤਾਂ ਉਹਦੇ ਤੇ ਅਟੈਕ ਹੋ ਰਿਆ ਹੁੰਦਾ ਜਾਂ ਉਹਨੂੰ ਬਦਨਾਮ ਕੀਤਾ ਜਾ ਰਿਹਾ ਹੁੰਦਾ ਉਹ ਮਤਲਬ ਉਹਦੇ ਵਿਚਾਰੇ ਦਾ ਅਸਲੀ ਕੈਰੇਕਟਰ ਤੇ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਬੰਦਾ ਹੈ ਕੀ ਇਹਦਾ ਕੈਰੇਕਟਰ ਕੀ ਅਸਲੀ ਸੋ ਮੈਂ ਮੈਂ ਇੱਕ ਚੀਜ਼ ਮੈਂ ਬੜਾ ਹੈਰਾਨ ਹੋਇਆ ਜੀ 2016 ਦੀ ਗੱਲ ਹੈ ਮੈਂ ਕੈਨੇਡਾ ਸੀ ਤੇ ਮੇਰੇ ਮਾਮਾ ਜੀ ਟਰੂਡੋ ਸਾਹਿਬ ਦੇ ਕਾਫੀ ক্লোਜ਼ ਹੈ ਸੀਗੇ ਮਤਲਬ ਉਹਨਾਂ ਨੇ ਕਾਫੀ ਅੱਛੇ ਤੇ ਮੈਨੂੰ ਉਹਨਾਂ ਉਹਨਾਂ ਨੇ ਮੈਨੂੰ ਕਹਿੰਦੇ ਮੈਂ ਟੋਰਾਂਟੋ ਸੀ ਮੈਨੂੰ ਕਹਿੰਦੇ ਵੀ ਟੂਡੋ ਸਾਹਿਬ ਲੰਚ ਤੇ ਆ ਰਹੇ ਆ ਬਈ ਤੂੰ ਜ਼ਰੂਰ ਆ ਬੀ ਨੀ ਪੈਗ ਮੈਂ ਕਹ ਜੀ ਕੋਈ ਗੱਲ ਨਹੀਂ ਮੈਂ ਆ ਜਨਾ ਕਹਿੰਦੇ ਨਹੀਂ ਨਹੀਂ ਇਟਸ ਐਨ ਓਪਰਚ्युनिटी ਵੀ ਸਾਡੀ ਇਲੈਕਸ਼ਨ ਆਲ ਵਲੀ ਹੈ ਹੀ ਇਸ ਗੋਇੰਗ ਟੂ ਕੰਟੈਸਟ ਐਜ਼ ਅ ਪ੍ਰਾਈਮ ਮਿਨਿਸਟਰ ਤੇ ਆਓ ਮੈਂ ਚਲੇ ਗਿਆ ਜੀ ਚਲੇ ਗਿਆ ਤੇ ਉਹਨਾਂ ਨੇ ਉੱਥੇ ਉਹ ਟੇਬਲਸ ਲਾਉਂਦੇ ਨਾਰਮਲੀ ਉਹਥੇ ਪੋਲਿਟੀਕਲੀ ਵੀ ਗੈਦਰਿੰਗ ਫੰਡ ਗੈਦਰਿੰਗ ਲਈ ਤੁਹਾਡਾ ਡਿਨਰ ਜਾਂ ਲੰਚ ਅਰੇਂਜ ਕਰਦੇ ਆ ਟੂਡੋ ਸਾਹਿਬ ਆਏ ਸਪੋਰਟਸ ਕਾਰ ਦੇ ਵਿੱਚ ਵੀ ਆਏ ਉਹਨਾਂ ਨੇ ਆਪਣੀ ਸਪੀਚ ਪੂਝ ਦਿੱਤੀ ਤੇ ਸਪੀਚ ਪੂ ਦੇ ਕੇ ਤੇ ਉਹਨਾਂ ਨੇ ਫਿਰ ਸਾਰਾ ਕੁਝ ਹੋ ਗਿਆ ਲਾਂਚ ਸ਼ੁਰੂ ਕਰ ਉਹਨਾਂ ਨੇ ਆਪਣਾ ਗਲਾਸ ਬੀਅਰ ਦਾ ਫੜਿਆ ਤੇ ਪੀਣ ਲੱਪੇ ਹਾਂ ਤੇ ਮੈਂ ਆਪਣੇ ਮਾਮਾ ਨੂੰ ਕਿਹਾ ਮੈਂ ਮਾਮਾ ਹੀ ਮੈਂ ਦੇਖੋ ਤੁਹਾਡੇ ਦੇ ਸਾਡੇ ਦੇਸ਼ ਦਾ ਕਿੰਨਾ ਅੰਤਰ ਹੈ ਹਾਂ ਕਹਿੰਦੇ ਕਿਉਂ ਮੈਂ ਦੇਖੋ 2 ਡੋਜ਼ ਬੀਅਰ ਪੀ ਰਿਹਾ ਹਾਂ ਤੇ ਨਾਲ ਸਾਰੇ ਬਸਤੀ ਆਰਾਮ ਦੇ ਨਾਲ ਤੁਹਾਡਾ ਮੈਂ ਕਿਹਾ ਸਾਡਾ ਹੁੰਦਾ ਇਹ ਕਹਣਾ ਸੀ ਇਹ ਕਾ ਚਲਾਏਗਾ ਦੇਸ਼ ਜੋ ਖੁਦ ਰਹਤਾ ਹੈ ਨਸ਼ੇ ਵਿੱਚ ਧੁੱਤ ਸਾਡੇ ਅਜਿਹੀ ਚਲਣੀ ਸੀ ਹਨਾ ਜੀ ਦਿਨ ਵਿੱਚ ਟੱਲੀ ਹੋਣੇ ਵਾਲਾ ਕੈਸੇ ਚਲਾਏਗਾ ਦੇਸ਼ ਸੋ ਇਹ ਕਿ ਯਾਨੀ ਪੰਜਾਬੀ ਚ ਹੁੰਦਾ ਟਰੂਡੋ ਹੋਇਆ ਪੀ ਕੇ ਟੱਲੀ ਹਰਾ ਇੱਕ ਅੱਧੀ ਤੱਕੇ ਨਾਲ ਜੋੜ ਜੰਨੇ ਸੀ ਰਾਤ ਨੂੰ ਪੀਕੇ ਭਾਬੀ ਨਾਲ ਕੀਤਾ ਕਲੇਸ਼ ਸੋ ਇਹ ਵੀ ਇਹ ਉਹਨਾਂ ਮੋਲਕਾਂ ਦੀ ਬਿਊਟੀ ਆ ਜਿਹੜੀ ਮੈਂ ਉਮੀਦ ਕਰਦਾ ਕਦੀ ਇੱਥੇ ਵੀ ਆਊਗੀ ਮਤਲਬ ਲੋਕ ਇਸ ਤਰ੍ਹਾਂ ਦਾ ਸਪੇਸ ਦੇਣਗੇ ਕਿ ਉੱਥੇ ਲੋਕ ਪੋਲਿਟੀਕਲੀ ਪੋਲਿਟਿਕਸ ਤੋਂ ਵੱਖਰਾ ਰੱਖਦੇ ਪਰ ਪਰਸਨਲ ਸਪੇਸ ਬੰਦੇ ਨੂੰ ਦਿੰਦੇ ਆ ਮੈਨੂੰ ਲੱਗਦਾ ਹਜੇ ਇਹ ਟਾਈਮ ਕਾਫੀ ਲੱਗ ਜਾਣਾ ਹਜੇ ਘਟੂ ਘਟ ਚੇਂਜ ਤਾਂ ਹੋ ਰਿਹਾ ਮਤਲਬ ਕੱਲਾ ਸਾਡੇ ਹੱਥੇ 'ਚ ਮੋਬਾਈਲ ਨਹੀਂ ਆਇਆ ਮੋਬਾਈਲ ਦੇ ਨਾਲ ਇੱਕ ਪੂਰੀ ਇੱਕ ਦੁਨੀਆ ਜਿਹੜੀ ਆਈ ਆ ਹਨਾ ਨਾਲ ਪਰ ਮੈਂ ਇੱਕ ਦਿਨ ਦੇਖ ਰਿਹਾ ਸੀਗਾ ਕਿਸੇ ਪੋਲੀਟੀਸ਼ਨ ਦੀ ਵਿਚਾਰਾ ਦੁਬਈ ਚ ਸ਼ੋਪਿੰਗ ਕਰਨੇ ਉਹਦੀ ਵੀਡੀਓ ਬਣਾ ਕੇ ਪਾ ਦਿੱਤੀ ਹਾਂ ਠੀਕ ਹੈ ਆਪਣੀ ਫੈਮਿਲੀ ਨੇ ਕਿਹਾ ਥਿਸ ਇਜ਼ ਲਾਈਫ ਯਾਰ ਜਦੋਂ ਤੁਹਾਨੂੰ ਜ਼ਿੰਦਗੀ ਚ 365 ਦਿਨ ਅਗਲੇ ਨੇ 300 ਦਿਨ ਦੇ ਦਿੱਤੇ ਸਾਲ ਦੇ 65 ਦਿਨ ਤਾਂ ਉਹ ਡਿਸਰਵ ਕਰਦੇ ਹੀ ਆ ਨਾ ਆਪਣੇ ਬੱਚਿਆਂ ਆ ਆਪਣੀ ਫੈਮਿਲੀ ਨਾਲ ਸਭ ਤੋਂ ਛੋਟੇ ਤੋਂ ਛੋਟਾ ਕੰਮ ਜਿਹੜਾ ਤੁਸੀਂ ਜਾਜ ਤੇ ਕਰਨਗੇ ਉਹ ਸਭ ਤੋਂ ਛੋਟਾ ਸਭ ਤੋਂ ਛੋਟਾ ਦਾ ਛੋਟਾ ਕੰਮ ਮੈਂ ਜਹਾਜ਼ ਦੇ ਵਿੱਚ ਇੱਕ ਵਾਰ ਆਪਣਾ ਸੂਟਕੇਸ ਭੁੱਲ ਗਿਆ ਸੀ ਉਹ ਲੈਣ ਗਿਆ ਸੀ ਕਿੱਥੋਂ ਕਿੱਥੇ ਇਹ ਰਾਏਪੁਰ ਤੋਂ ਝਾਰਸੁਗੁੜਾ ਇੱਕ ਥਾਂ ਹੈ ਜੀ ਉੜੀਸਾ ਦੇ ਵਿੱਚ ਉੱਥੋਂ ਚਾਰਟਰ ਪਲੇਨ 'ਚ ਆਉਣਾ ਸੀ ਤੇ ਚਾਰਟਰ ਪਲੇਨ ਆਇਆ ਰਾਏਪੁਰ ਲੈਂਡ ਕੀਤੇ ਤੇ ਮੈਂ ਬਾਹਰ ਆ ਕੇ ਪੁੱਛਿਆ ਮੈਂ ਯਾਰ ਸੂਟਕੇਸ ਕਿੱਥੇ ਰਹਿ ਗਿਆ ਤੇ ਉਹ ਕਹਿੰਦੇ ਜੀ ਸੂਟਕੇਸ ਤੇ ਉਹ ਤੇ ਕਾਲੀ ਕਾਲੀ ਚ ਰੱਖਿਆ ਹੀ ਨਹੀਂ ਗਿਆ ਉਹ ਸੀਗਾ ਤੇ ਕਾਗਜੀ ਸੀਗੇ ਪਰ ਲਿਜਾਣਾ ਲੈ ਕੇ ਜਾਣੇ ਬੜੇ ਜ਼ਰੂਰੀ ਸੀ ਕਿਉਂਕਿ ਅਗਲੇ ਦਿਨ ਮੇਰੀ ਪ੍ਰੈਜ਼ੈਂਟ ਮੈਂ ਨਾ ਪ੍ਰੈਜ਼ੈਂਟੇਸ਼ਨ ਦੇਣੀ ਸੀ ਉਹ ਕਾਗਜ਼ ਉੱਤੇ ਸੀਗੇ ਤੇ ਮੈਂ ਫਿਰ ਇਹਨੂੰ ਹੈਲੀਕਾਪਟਰ ਮੈਂ ਯਾਰ ਹੈਲੀਕਾਪਟਰ ਕਹਿੰਦਾ ਸਰ ਉਹ ਪਾਇਲਟ ਬਸ ਉਹਨੇ ਟੈਸਟ ਫਲਾਈਟ ਕਰ ਗਿਆ ਮੈਂ ਇਹਨੂੰ ਕਿਹਾ ਵੀ ਤਿਆਰੀ ਕਰ ਦਵਾ ਦਮ ਮੈਨੂੰ ਝਾਰ ਸਕੂੜਾ ਲੈ ਕੇ ਜਾ ਫਿਰ ਮੈਂ ਗਿਆ ਉੱਥੋਂ ਆਪਣਾ ਬੈਗ ਲੈ ਕੇ ਵਾਪਸ ਆਇਆ ਸੋ ਛੋਟੇ ਤੋਂ ਛੋਟਾ ਕੰਮ ਇਹੋ ਜਿਹਾ ਚਲੋ ਬਹੁਤ ਬਹੁਤ ਥੈਂਕ ਯੂ ਵੀਰੇ ਸੋ ਮੱਚ ਨਵਰੀਤ ਵੀਰ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਐਂਡ ਆਈ ਵਿਸ਼ ਯੂ ਬੈਸਟ ਆਫ ਲੱਕ ਐਂਡ ਲੈਟ ਮੀ ਟੈਲ ਯੂ ਇਹ ਜਿਹੜਾ ਤੁਹਾਡਾ ਸ਼ੋਅ ਆ ਇਹ ਸਾਡੇ ਵਰਗੇ ਬਡਿੰਗ ਜਿਹੜੇ politicans ਨੇ ਉਹਨਾਂ ਲਈ ਇਟਸ ਅ ਬlesing ਸਾਨੂੰ ਮੌਕਾ ਮਿਲਦਾ ਆਪਣੀ ਲਾਈਫ ਬਾਰੇ ਡਿਸਕਸ ਕਰਨ ਦਾ ਔਰ ਆਈ ਐਮ ਸ਼ੋਰ ਕਿ ਬਾਕੀ ਵੀ ਜਿਹੜੇ ਸਾਡੇ ਕਿਤੇ ਨਾ ਇਨਵੋਲ ਹੋ ਤੁਹਾਨੂੰ ਦਿਲੋਂ ਦੁਆਵਾਂ ਦਿੰਦੇ ਹੋਣੇ ਵੀ ਘਟੋ ਘਟ ਪੋਲਿਟਿਕਸ ਤੋਂ ਹਟ ਕੇ ਤੁਸੀਂ ਲੋਕ ਦਿਖਾਣੇ ਵੀ ਇਹ ਬੰਦੇ ਵੀ ਵਿਚਾਰੇ ਮਿਹਨਤੀ ਹੈ ਕੰਮਕਾਜੂ ਹੈ ਇਦਾਂ ਨਹੀਂ ਆ ਵੀ ਜੋ ਸਟੇਜਾਂ ਤੇ ਬੋਲਿਆ ਜਾਂਦਾ ਵੀ ਆਹ ਕਰ ਲਿਆ ਆਹ ਕਰ ਲਿਆ ਲੂਟੂ ਨਹੀਂ ਚੋਰ ਨਹੀਂ ਹੈਗੇ ਮਿਹਨਤ ਕਰਨ ਵਾਲੇ ਇਨਸਾਨ ਹੈਗੇ ਸੋ ਰੀਲੀ ਥੈਂਕ ਯੂ ਫੋਰ ਕਮਿੰਗ ਥੈਂਕ ਯੂ so much ਥੈਂਕ ਯੂ ਥੈਂਕ ਯੂ ਨਮੇ ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣੋ